चल मैं लगा शुरू कर ते मर जा, मैं भूमिका बंधवा ते फिर बोली। ओके ओते मां चल हांजी, आपां सही हुण है। फेसबुक ते लाइव करन लगे आ, ते 120 मिंट दा कीता। एक मिनट मैं देख लवां, फेसबुक ते लाइव हो गया जदों। हांजी, सारिआं नूं प्यार भरी सत श्री अकाल जी, सारिआं नूं प्यार भरी सत श्री अकाल जी। ਤੇ ਫੇਸਬੁੱਕ ਤੇ ਵੀ ਲਾਈਵ ਸ਼ੁਰੂ ਹੋ ਚੁੱਕਾ ਆ, ਤੇ 1200 ਬੰਦਾ ਵੈਬਸਾਈਟ ਤੇ ਸੁਣਦਾ ਪਿਆ, ਐਪ ਤੇ ਸੁਣਦਾ ਪਿਆ, ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ। ਤੇ ਸ਼ੁਰੂ ਵਾਹ ਚ ਜੀ ਮੈਂ ਵਾਹ। ਦੱਸ ਦਵਾਂ, ਮੈਨੂੰ ਸਭ ਤੋਂ ਜ਼ਿਆਦਾ ਸਵਾਲ ਆਉਂਦਾ ਭਾਜੀ, ਕੈਨੇਡਾ ਜਾ ਕੇ ਟੂਰਿਸਟ ਜਿਹੜਾ ਉਹ ਕੰਮ ਵਾਲਾ ਵੀਜ਼ਾ ਲੈ ਸਕਦਾ ਵਰਕ ਪਰਮਿਟ? ਭਰਾਵੋ ਮੈਨੂੰ 2 ਸਾਲ ਹੋ ਗਏ ਰੌਲਾ ਪਾਉਂਦੇ ਨੂੰ। ਹਾਂਜੀ, ਵਰਕ ਪਰਮਿਟ ਲੈਂਦੇ ਆ ਲੋਕ, ਸਰਕਾਰ ਨੂੰ ਵੀ ਪਤਾ ਆ, ਪਰ ਕਾਨੂੰਨੀ ਤੌਰ ਤੇ ਵਰਕ ਪਰਮਿਟ ਲੈ ਨਹੀਂ ਸਕਦੇ, ਪਰ ਲੋਕ ਵਰਕ ਪਰਮਿਟ ਟੂਰਿਸਟ ਆ ਕੇ ਲੈਂਦੇ ਆ। ਹੁਣ ਫੇਰ ਉੱਚੀ ਦੇਣੀ ਕਹਿਣ ਲੱਗਾ, ਟੂਰਿਸਟ ਆ ਗਏ ਲੋਕ ਵਰਕ ਪਰਮਿਟ ਲੈਂਦੇ ਆ, ਸਰਕਾਰ ਨੂੰ ਵੀ ਪਤਾ ਆ, ਸੋ ਟੂਰਿਸਟ ਆ ਗਏ ਵਰਕ ਪਰਮਿਟ ਲੈ ਸਕਦੇ ਕੈਨੇਡਾ 'ਚ। ਤੇ ਅੱਜ ਦਾ ਵਿਸ਼ਾ ਆ ਜੀ ਸਰਬਜੀਤ ਸਿੰਘ ਜੀ ਸਪੇਨ ਵਾਲੇ, ਜੋ ਕਿ 30 ਓਏ ਹੋਏ ਦੇਸ਼ਾਂ ਦੇ ਵੀਜ਼ੇ ਲਗਾ ਕੇ ਆ ਵੀ ਘੁੰਮ ਚੁੱਕੇ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਸਰਬੀਆ, ਪੋਲੈਂਡ, ਰੋਮਾਨੀਆ, ਬਰਤਾਨੀਆ, ਕੋਈ ਦੇਸ਼ ਹੀ ਨਹੀਂ ਛੱਡਿਆ ਨਹੀਂ। ਤੇ ਸਰਬਜੀਤ ਸਿੰਘ ਜੀ ਲੈਣ ਤੇ ਨੇ ਸਾਡੇ ਨਾਲ, ਤੇ ਰੇਡੀਓ ਤੇ ਤੁਸੀਂ ਕਾਲਾਂ ਕਰਕੇ ਆਪਣੇ ਸਵਾਲ ਪੁੱਛਿਓ ਕਿਸੇ ਵੀ ਦੇਸ਼ ਬਾਰੇ, ਕਿਉਂਕਿ 30 ਦੇਸ਼ਾਂ 'ਚ ਬੰਦਾ ਜਾ ਕੇ ਆਇਆ, ਉੱਥੇ ਦੇ ਕੰਮਕਾਰ ਸਾਰਾ ਕੁਝ ਇਸ ਨੂੰ ਪਤਾ ਆ, ਤੇ ਤੁਹਾਡੇ ਨਾਲ ਸਾਂਝੇ ਕਰੂਗਾ ਵਿਚਾਰ। ਰੇਡੀਓ ਸਕਾਈਪ ਤੇ ਕਾਲ ਕਰ ਸਕਦੇ ਆ, ਤੇ ਤੁਹਾਨੂੰ ਨੰਬਰ ਪਤਾ ਹੀ ਆ। ਤੇ ਬਾਕੀ ਉਹ ਹਾਂਜੀ ਸਰਬਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ, ਇੰਨਾ ਅਦਬੀ ਚੱਲੀਏ ਪਹਿਲੀ ਕਾਲ। ਲੜਾ ਲੜਾ ਵੀਰ ਮੇਰਾ। ਓਕੇ ਜੀ, ਪਹਿਲੀ ਕਾਲ ਆਪਾਂ ਲੈਨੇ ਆ, ਤੇ ਹਾਂਜੀ ਕਰੋ ਕਾਲ ਜੀ। ਤੇ 30 ਦੇਸ਼ਾਂ 'ਚ ਜਾ ਕੇ ਆਇਆ, ਤੇ ਦੱਸੂਗਾ ਸਾਰਾ ਕੁਝ ਉੱਥੇ ਕੰਮ ਕਾਰ ਕਿੱਦਾਂ ਆ, ਜਿਹੜੇ ਵੀ ਸਵਾਲ ਆਉਂਦੇ ਹਨਾ। ਤੇ ਆਪਾਂ ਪਹਿਲੀ ਕਾਲ ਕਰਦੇ ਆ, ਕਰੋ ਜੀ ਕਾਲ ਸਕਾਈਪ ਤੇ। ਤੇ ਕਈ ਵੀਰ ਪੁੱਛਦੇ ਰਹਿੰਦੇ ਵੀ ਕਾਲ ਕਰਨੀ ਕਿੱਦਾਂ ਆ ਹਨਾ, ਇੱਕ ਵਾਰ ਯਾਰ ਉਹ ਵੀ ਦੱਸ ਉਹ ਦਿਓ ਯਾਰ ਹਨਾ। ਉਹ ਮੈਂ ਹੀ ਗੱਲ, ਤੂੰ ਵੀ ਚੱਲ ਕਰ ਲਾ ਬਾਅਦ, ਮੈਂ ਵਿੱਚੇ ਵੀ ਗੱਲ ਕਰਨੀ ਸੀ। ਬਾਹਰ ਇਹ ਵੀ ਬਾਹਰ ਸੰਬੰਧੀ ਆ ਗੱਲ ਤੇਰੀ, ਇਹ ਵੀ ਬਹੁਤ ਲੋਕ ਆ ਵੀ ਹੁਣ ਮੈਂ ਕਿਹੜਾ ਸਾਰਾ ਕੁਛ ਯਾਰ ਆ, ਜਿਹੜੇ ਗੂਗਲ ਤੇ ਸਭ ਕੁਛ ਹੈਗਾ ਹਨਾ, ਇੰਟਰਨੈਟ ਤੇ ਸਾਰੀ ਦੁਨੀਆ ਭਰ ਦੀ ਜਾਣਕਾਰੀ ਹੈਗੀ ਆ। ਨਹੀਂ, ਹੁਣ ਉਹੀ ਕਈ ਤਾਂ ਵਾਰੀ ਤੈਨੂੰ ਤਾਂ ਹੀ ਤਾਂ ਸੱਦਿਆ ਵੀ, ਜੇ ਤੂੰ ਵੀਜ਼ੇ ਲਵਾ ਸਕਦਾ ਆ ਪਰ ਲੋਕ ਹੈਗਾ ਤੇ ਨਹੀਂ ਲਵਾ ਸਕਦੇ, ਉਹੀ ਤਾਂ ਆਪਾਂ ਦੱਸਣਾ ਸਾਰਿਆਂ ਨੂੰ ਵੀ ਬਾਈ ਤੁਸੀਂ ਮੈਂ ਵੀ ਉਹੀ ਲਵਾ ਲੱਗਾ ਸਕਦੇ ਹੋ ਕਰਨਾ ਨਾ। ਵੀ ਅੱਜ ਅੱਜ ਮੈਂ ਤੇਰਾ ਅੱਗੇ ਵੀ ਇੱਕ ਦਿਨ ਕਈ ਲੋਕਾਂ ਦੇ ਕਮੈਂਟ ਵੇਖੇ ਸੀ, ਅੱਜ ਵੀ ਜਦੋਂ ਲਿੰਕ ਪਾਇਆ ਨਾ ਤੇ ਫੇਸਬੁੱਕ ਤੇ, ਲੋਕੀ ਉਦੋਂ ਵੀ ਪੁੱਛਣ ਡੇ ਸੀ ਭਾਜੀ ਕਾਲ ਕਿੱਦਾਂ ਕਰਨੀ। ਲੋਕੀ ਯਾਰ ਉਹਦੇ ਕਹਿਣ ਗੁਆ ਵੀ ਮੂੰਹ ਚ ਬੁਰਕੀ ਕੋਈ ਪਾ ਦੇ ਹਨ, ਉੱਤੇ ਲਿੰਕ ਵੀ ਦਿੱਤਾ, ਲਿੰਕ ਤੇ ਕਲਿੱਕ ਕਰੀਏ ਆਪਾਂ ਤੇ ਉਹ ਚ ਇਨਫੋਰਮੇਸ਼ਨ ਨਿਕਲ ਆਉਣੀ ਆ ਨਾ, ਵੀ ਐਫਰਟ ਨਹੀਂ ਕਰਨੀ, ਕਮੈਂਟ ਕਰ ਦੇਣਾ ਵਾ ਵੀ ਭਾਜੀ ਕਾਲ ਕਿੱਦਾਂ ਕਰੀਏ, ਉਹੀ ਉਹ ਮੈਂ ਲਿੰਕ ਤਾਂ ਤੇ ਯਾਰ, ਕਲਿੱਕ ਜਦੋਂ ਦਾ ਕਰੀਏ ਰੇਡੀਓ ਇੱਥੇ। ਚੱਲਿਆ ਇੱਕ ਵੀਕ ਹੋ ਗਿਆ ਰੌਲਾ ਪਾਉਂਦੇ ਨੂੰ, ਵੀ ਭਰਾਵੋ ਲਿੰਕ ਆਪਾਂ ਹਰੇਕ ਪੋਸਟ ਤੇ ਪਾਈ ਦਾ, ਫੇਰ ਦੱਸ ਦਿੰਨਾ www.indiradio.ca ਲਿੰਕ ਪਾਇਆ, ਉੱਤੇ ਕਲਿੱਕ ਕਰੋ ਤੇ ਜੋ ਮੈਂ ਦੱਸਦਾ ਉਹ ਭਰ ਕੇ ਕਲਿੱਕ ਕਰੋ, ਤੇ ਜਦੋਂ ਤੁਸੀਂ ਮੇਰੀ ਵੈਬਸਾਈਟ ਤੇ ਜਾਓਗੇ ਲਿਖਿਆ ਹੋਣਾ YouTube, Instagram, Facebook, Skype, Skype ਤੇ ਕਲਿੱਕ ਕਰੋ ਤੇ ਤੁਹਾਡੀ ਕਾਲ ਲੱਗ ਜਾਣੀ ਆ ਪ੍ਰੋਗਰਾਮ 'ਚ। ਜੇ ਤੁਸੀਂ ਆਸਟ੍ਰੇਲੀਆ ਤੋਂ ਆ ਤੇ ਆਸਟ੍ਰੇਲੀਆ ਤੋਂ ਤੁਸੀਂ ਨੰਬਰ ਲਾ ਕੇ ਕਾਲ ਲਾ ਸਕਦੇ ਆ, 4900055517। ਜੇ ਤੁਸੀਂ ਅਮਰੀਕਾ ਜਾਂ ਕੈਨੇਡਾ ਤੋਂ ਆ, 510 730 3153। ਜੇ ਤੁਸੀਂ ਇੰਡੀਆ ਤੋਂ, ਅਰਬ ਤੋਂ ਜਾਂ ਸਪੇਨ ਚੋਂ ਕਿਤੋਂ ਵੀ ਆ ਤੇ ਸਕਾਈਪ ਤੁਹਾਡੇ ਲਈ ਬੈਸਟ ਆ। ਤੇ ਥੋੜੇ ਕੁ ਵੀਕਾਂ ਤੱਕ WhatsApp ਆਪਾਂ ਲਿਆਉਣਾ ਸਕਾਈਪ ਦਾ, ਪੰਗਾ ਹੀ ਮੁਕਾ ਦੇਣਾ। ਤੇ ਪਹਿਲੀ ਕਾਲ ਆ ਗਈ ਆ ਜੀ, ਤੇ ਪੁੱਛਦੇ ਆ ਭਾਜੀ ਤੋਂ ਕਿੱਥੋਂ ਤੇ ਕਿੱਦਾਂ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਹੈਲੋ ਹੈਲੋ ਵੀਰੇ, ਸਵਾਲ ਪੁੱਛੋ ਯਾਰ, ਨਿਆਣੇ ਨਾਲ ਬਾਅਦ ਚ ਗੱਲ ਕਰ ਲਾਂਗੇ, ਸਵਾਲ ਪੁੱਛੋ ਭਾਜੀ, ਕਾਲਾਂ ਬਹੁਤ ਆਉਂਦੀਆਂ। ਚਲੋ ਅਗਲੀ ਕਾਲ ਲੈਨੇ ਆ, ਤੇ ਅਗਲੀ ਕਾਲ ਲੈਨੇ ਆ ਭਾਜੀ, ਤਾਂ ਨਿਆਣਿਆਂ ਨੇ ਖੇਲੀ ਜਾਂਦਾ। ਤੇ ਅਗਲੀ ਕਾਲ ਆਈ ਆ ਜੀ ਸਤਿੰਦਰਜੀਤ ਸਿੰਘ, ਸਤਿ ਸ੍ਰੀ ਅਕਾਲ ਭਾਜੀ। ਭਾਜੀ ਕੀ ਹਾਲ ਜੋ? ਹਾਂਜੀ ਭਾਜੀ, ਕਿੱਥੋਂ ਬੋਲਦੇ ਤੇ ਕੀ ਸਵਾਲ ਪੁੱਛਣਾ ਸਾਬੀ ਨੂੰ ਜਲਦੀ? ਇੱਕ ਮਿੰਟ, ਉਹਨਾਂ ਦਾ ਕਨੈਕਸ਼ਨ ਘੱਟ ਹੋ ਗਿਆ ਦੋਨਾਂ ਕਾਲਰਾਂ ਦਾ। ਤੂੰ ਕਦਾ ਆਇਆ ਭਾਈ ਕਾਲਰ ਤੂੰ ਨੂੰ ਗੱਲ ਵੇਖਣ ਸੁਣ, ਤੇ? ਗੱਲ ਉਹ ਚੱਲ ਮੈਂ ਤੈਨੂੰ ਉਹ ਵੀ ਗੱਲ ਦੱਸਦਾ, ਜਰੂਰੀ ਨਾ ਤੂੰ ਸਾਰੇ ਮੇਰੇ ਕੋਈ, ਮੈਂ ਤੈਨੂੰ ਉਹ ਹੀ ਹੰਡਿਆ ਆਪਣੇ ਆ ਪੰਜਾਬ ਦੇ ਕੈਨੇਡਾ ਦਾ ਜ਼ੋਰ, ਤੇ ਉਹ ਹੋ ਸਕਦਾ ਉਹਨਾਂ ਦਾ ਸਵਾਲ ਤੇਰੇ ਬਾਰੇ ਵੀ ਹੋਵੇ, ਤੂੰ ਇਹ ਪੁੱਛ ਲਿਆ ਕਰ ਵੀ ਸਵਾਲ ਕੀ ਆ ਤੁਹਾਡਾ, ਹੋ ਸਕਦਾ ਤੇਰੇ ਤੇਰੇ ਚਲੋ ਪੁੱਛ ਰਿਲੇਟਡ ਲਓ, ਹੋਵੇ ਇਹ ਵੀ ਹਨਾ। ਮੈਂ ਪੇਜ ਤੋਂ ਵੀ ਕਮੈਂਟ ਪੜ੍ਹੀ ਜਾਣੇ ਆ ਸਾਰੇ ਹਨਾ, ਜੇ ਕਿਸੇ ਦਾ ਕੋਈ ਸਵਾਲ ਪੇਜ ਤੇ ਵੀ ਕਮੈਂਟ ਕਰੀ ਚਲੋ। ਤੇ ਅਗਲੀ ਕਾਲ ਆਈ ਆ ਜੀ, ਕੱਲਾ ਯਾਰ ਡ੍ਰੌਪ ਹੋਈ ਜਾਂਦੀ ਆ, ਇੱਕ ਮਿੰਟ ਦੇਖ ਲਈਏ ਕੀ ਚੱਕਰ ਆ।
हेलो। हाँ सत श्री अकाल भाजी, कितों दे की सवाल सत थोड़ा? श्री अकाल भाजी। भाजी साबी भाजी ने सवाल लिया। हाँ हाँ जी, हाँ जी, भाई हाँ जी, साहब पुछो सत भाजी। श्री अकाल। सत यार श्री भाई अकाल भाजी। थोड़ा जा आप अपने प्रोग्राम विच खोल के दस्यो भी जे आपां सर्बिया जाने हां सर्बिया तो अगे किवें होर कंट्रियां च जा हाँ सकदा। भाजी, सर्बिया दी मैं तुहानूं गल दसदा वी, सर्बिया दा ना हुण ते ऐस वेले एंट्री, चलो एक तो हुण कोविड आ गया ना, कोविड करके इहदे करके ते ऐस वेले हुण नाम मात्र ही है। चलो 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 हां इहदा, चलो जिवें जिवें खुलूगा हाँ जो जदों नॉर्मल होया खुलूगा ना भाजी, उन्होंने ना कुत्ता भेल नहीं मैं है मेरे ख्याल डेढ़ साल पहला गया सी, उदों तक उन्होंने काफी अच्छा स्ट्रिक्ट करता सी, जी। ते हुण एंट्री वो दिंदे आ, हुण ऐसा दे कह लो तो कोई 10-20% नूं ही वो एंट्री दिंदे आ, मोस्टली वो मोड़ ही दिंदे कहिंदे, ते 10-20% भी वो जिहड़ा बंदा कॉन्फिडेंस नाल अपने आप नूं प्रूव कर ले ते अगे ओह निकलदा भाजी। अगे ओह हुण उत्थों मुंडे जर्मन भी जांदे सी, ते कई एक मैनू मुंडा उत्थे मिलिया सी, वो बेचारा तो किसे पासे ही नहीं लगा, 5-6 महीने खज्जल हो गए, तो मेरे ख्याल ना उहदा जिहड़ा कॉन्टैक्ट नंबर ही ना मेरे को, मैं उन्हों कॉन्टैक्ट भी कल भी मैं सगों उन्होंने मैसेज किया, वो नहीं मेरे को, जानी कि उन्हें जिम्मे नंबर चेंज कर लिया होगा, पता नहीं बाहर पहुंच गया या वापस इंडिया चला गया, तो इदा वहां ऐसा भी वो यार हिंदी जो सवाल सिक्योर सिक्योर नहीं भाजी, उच्च शोर कुछ तो नहीं, हुण औखा वो हो गया जे तुसी उत्थों ग्रीस जाना, हाँ ग्रीस जाना सौखा वा, पर होरां कंट्रियां निकलना हौली हौली, हुण उन्होंने जिवें पिछे जे अपना बहुत, जानी कि हजारां ही लोकी पहुंच गए ना अपने पंजाबी, तो उन्होंने पता लग गया भी इथों गेम कड़ी चलन रही है, सो इस करके हुण सख्ताई है, पर उन्हां वीरां वास्ते जड़े कहिंदा मतलब जिन्हां को बजट ही 1 लाख दा वा 2 लाख दा है ना, वो कहिंदा ओहदी ओहदी जिवें अड़ी है भी मैं जाना जा मैं जाना यूरोप या कनेडा अमरीका जाना, उन्हां वास्ते रिस्क टेकिंग हैगा, वो रिस्क लैके अपना, क्योंकि बहुत मुंडे इदां दे आ जिहड़े पहुंचे आ, भी तुहानूं पता हुण वीडियो पाई दियां, कदी कदी गालां भी पैंदियां, कदी कदी इदां दा मैसेज भी विच आ जांदा, भाजी मैं जर्मन तों बोलदा नहीं, तुहाडी फलानी वीडियो वेखी सी सर्बी वाली, ते असीं मैं जर्मन आ गया, मैं 1.5 लाख जा गया, मैं 2 लाख जा गया, तो अग्गे हुण खज्जल खुआरी आ भाजी, तुहानूं उत्थे जंट बहुत टक्करदे आ, मैं जदों सर्बिया सी ना ते सर्बिया दे विच ही मैं ते गया नहीं सी, मैं ते कदे गांह नहीं जाना, ते मैनूं भी उत्थे टकराउंदे सी मुंडे अपने उत्थे मिलदे ही, मैं पुछया उदां इक दो मैं भाजी गांह जाना, ते मैनूं उन्होंने उसे वेले एजेंट मैनूं कॉल करन लग पई, अज ही इन्ने पैसे दे दे तैनूं परसों ही भेज दिंदे आ, 2,000 यूरो लगना वा 3,000 यूरो लगना, इदां पैसे वो लैंदे आ, सो ये भी चीज ते डिपेंड आ भी तुहानूं वो जिहड़ा अग्गे वो फ्रॉड टक्करना वा कि सही बंदा टक्करना, ते बाकी ये गल आ भी मेरी जिहड़ी इस वेले एडवाइस है ना इन टोटल, मैं वो जिदां आखिया वा जिहड़े बंदे को तो बजट हैगा ना 6-7 लाख रुपये, जिहड़ा सोचदा मैं खज्जल नहीं होना वो तो ना जाए हुण, ते जेड़ा कोई बाला ही आ भी जिन्हें वो कहिंदा भी मैं तो सिर धड़ दी ला ही देनी है, मेरे को तो 1-1.5 लाख ही है ना, ते मैं तो भाई जाना भी उत्थे, वो बंदा रिस्क ले ले, पर ये जरूर मान के जावे, हो सकदा वो महीने की 15 दिनों च क्लियर हो जाए, तो हो सकदा वो 4-4 5-5 महीने खज्जल खुआर हो, क्योंकि वो कई बार वक्खो वक्खो देशों की ट्राई मारने की कोशिश करते हैं, कई बार कहते ग्रीस वालों तोर देंगे, कई बार मुंडे की गल हुई है भी वो ग्रीस चले गए, उत्थों ग्रीस चले गए, तो उन्होंने जरा हूँ ग्रीस तो अगे जाना उन्होंने वास्ते औखा से, उन्होंने फिर की किया उन्होंने फिर एजेंट ने कहा भी इदा तुम ग्रीस तो वापस आ जाओ, ग्रीस तो वापस आ गए, फिर आके फिर दोबारा ट्राइया मार गया उन्होंने, मेरे बॉर्डर जिम्मे बॉर्डर है उत्थे बॉर्डर ने सख्ताई तो नहीं कोई भी उत्थे नहीं नहीं भाजी जेड़ा तो यूरोपियन यूनियन ना उन्हें नाल तो सख्ताई होनी होनी है, हूँ ग्रीस वगैरह कंट्री है हाले उन्होंने उधरों की है नहीं गई इन्नी, भी बाकी जड़ी ओदी आले दुआले कंट्रियां हों तो है पेट्रोलियम वगैरह पर इन्नी नहीं होंगी उन्होंने दरम्यान, ठीक। पर भाजी जे तो कहे मैं जो आख्या भी इस वे ये मान के जाओ भी 90% रेडी हो गए जाना उत्थे खज्जल खुआरी वास्ते, 10% आ, सो 10% ही कोई लकी हुण मैं कहूंगा भी आउंदे निकल सकदे आ, साल 1.5 साल पिछे तक गल होर सी, हुण इस वेले तो हुण मैनूं कोविड करके पता भी नहीं गया क्योंकि मैं उत्थे नहीं हैगा, भी इन्ना जरूर एक्सपीरियंस, मैं दूजी गल होर दसदा एक भी कोई जाना चाहणगे भी कई हो सकदा सिर्फ घूमण वास्ते जाण, क्योंकि यूरोप की एक कंट्री है बहुत सोहनी है, मैनू खासकर उन्हों का कैपिटल का मैं नाम दिमाग चो निकल गया भी असि वो बेलग्रेड, मैन बेलग्रेड, हाँ बेलग्रेड घूमते फिरते रहे, बेलग्रेड भी सोहनी है, पर जो असि बाहर निकले ना बेलग्रेड के विचों तो मैं वेख के हैरान सी भी तुसी इदा ही कह लो भी तुसी इटली च फिरन डे तुसी स्विट्जरलैंड च फिरन डे, एड्डी सोहनी कंट्री साफ सफाई घर बार यही लोगों के, हाँ सर्बिया भी सर्बिया ही सर्बिया सर्बिया भाजी, हाँ भी ओके बहुत अबीर सोहनी है, हो कमाई नहीं हैगी, पर जिन्हें घूमन भी जाना ना जेड़ा चाहुंदा वा इंडिया तो भी मैं आप चल मैं एक यूरोप का टच वेख के आवा,
ਵੀ ਯਾਰ ਮੇਰਾ, ਕਿਉਂਕਿ ਕਈ ਸੁਣਨ ਵਾਲੇ ਬਹੁਤ ਏਦਾਂ ਦੇ ਹੋਣਗੇ ਜਿਹੜੇ ਸ਼ਾਇਦ ਸਿਰਫ ਘੁੰਮਣਾ ਜਾਣਾ ਚਾਹੁੰਦੇ ਆ, ਵੀ ਉਹਨਾਂ ਨੂੰ ਪਤਾ ਯਾਰ ਪਤਾ ਨੀ ਜਰਮਨ ਦਾ ਵੀਜ਼ਾ ਲੱਗਣਾ ਕਿ ਨਹੀਂ, ਪਤਾ ਨੀ ਇਟਲੀ ਦਾ ਲੱਗਣਾ ਕਿ ਨਹੀਂ, ਚੱਲ ਪਹਿਲਾਂ ਸ਼ੁਰੂਆਤ ਹੀ ਇੱਥੋਂ ਕਰ ਲਈਏ, ਵੀ ਸਰਬੀਆ ਘੁੰਮ ਆਈਏ, ਫਿਰ ਉਹ ਘੁੰਮ ਲਈਏ, ਤੇ ਸ਼ਾਇਦ ਸਾਨੂੰ ਗਾਂਹ ਸ਼ਣਗਣ ਵੀ ਮਿਲ ਜੇ। ਤੇ ਕੰਟਰੀ ਘੁੰਮਣ ਨੂੰ ਬਹੁਤ ਵਧੀਆ ਤੇ ਬਹੁਤ ਸਸਤੀ ਆ, ਤੁਸੀਂ 1000 ਯੂਰੋ ਲੈ ਜਾਓਗੇ ਨਾ ਕੋਈ ਬੰਦਾ ਨਾਲ। ਸੋ ਹੁਣ ਤਾਂ ਚੱਲ ਰੇਟ ਜ਼ਿਆਦਾ ਹੋ ਗਿਆ, 90,000 ਰੁਪਈਆ ਲਾ ਲਓ, 90,000 ਰੁਪਈਏ ਦੇ ਨਾਲ ਬੰਦਾ 1 ਵੀਕ ਰੱਜ ਕੇ ਪੂਰੀ ਆਸ਼ੀ ਆ, ਵੀ ਮੁਕਾਇਆ ਨੀ ਮੁੱਕਣਾ 1000 ਯੂਰੋ, ਇਹ ਵੀ ਤੈਨੂੰ ਮੈਂ ਗੱਲ ਦੱਸਦਾ, ਬਹੁਤ ਸੋਹਣਾ ਵਾ ਘੁੰਮਣ ਨੂੰ। ਬਟ ਇੱਕ ਸੋਰੀ, ਮੈਂ ਗੱਲ ਮੇਰੀ ਲੰਮੀ ਹੋ ਜਾਣੀ ਕਿਉਂਕਿ ਬੜਿਆ ਜਾਣੇ ਦੇ ਇਹਦੇ ਰਿਲੇਟਡ ਹੀ ਸਵਾਲ ਆਉਣੇ, ਮੈਂ ਪਹਿਲਾਂ ਹੀ ਕਲੀਅਰ ਕਰੀ ਕੋਈ ਜਾਣਾ। ਨੀ ਕੋਈ ਨੀ, ਕਰੀ ਚੱਲੀ ਦੇ ਬਾਰੇ, ਇਹਦੇ ਬਾਰੇ ਹੀ ਆ ਮੋਸਟਲੀ ਸਵਾਲ। ਹਾਂ, ਸੋ ਉੱਥੇ ਏਅਰਪੋਰਟ ਤੇ ਜਦੋਂ ਮੈਂ ਉਤਰਿਆ ਤੇ ਮੈਂ ਵੇਖਿਆ ਆਪਣੇ ਮੁੰਡੇ ਜਿਹੜੇ ਇਹਨੂੰ ਰੋਕਦੇ ਸੀ ਨਾ, ਇੱਕ ਤਾਂ ਮੁੰਡਿਆ ਜਿੱਦਾਂ ਵੀ ਯਾਰ ਕੋਈ ਕਿਸੇ ਨੂੰ ਆਪਾਂ ਗਲਤ ਨੀ ਜਾਂਦੇ, ਪਰ ਹੁਣ ਜਦੋਂ ਅਸੀਂ ਇੰਡੀਆ ਜਾਈਦਾ ਆਪਣਾ ਜਿਹੜਾ ਫੈਸ਼ਨ ਆ ਉਹ ਸਾਫ਼ ਪਤਾ ਲੱਗ ਜਾਂਦਾ ਵੀ ਆਹ ਕੱਪੜਾ ਇੰਡੀਆ ਦਾ, ਵੀ ਜਿਹੜਾ ਬੰਦਾ ਟਰੈਵਲ ਕਰਨ ਵਾਲਾ ਨਾ ਉਹ ਕੱਪੜੇ ਨੀ ਉਦਾਂ ਦਾ। ਆਪਣੇ ਮੁੰਡੇ ਕੀ ਕਰਦੇ ਟਰੈਵਲ ਕਰਨ ਡੇ ਹੁੰਦੇ ਆ, ਟਾਈਟ ਟਾਈਟ ਜੀਨਾਂ ਪਾ ਕੇ, ਜਿਹੜੀਆਂ ਸਕਿਨ ਟਾਈਟ ਜਿਹੀਆਂ ਹੁੰਦੀਆਂ ਉਹ ਹੋਰ ਹੀ ਤਰ੍ਹਾਂ ਦੀਆਂ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਯਾਰ ਫ੍ਰੀਕੁਐਂਟ ਟਰੈਵਲਰ ਨੀਗਾ, ਜਾਂ ਲਿਫਾਫਿਆਂ ਚ ਟਿਕਟਾਂ ਪਾਈਆਂ ਹੁੰਦੀਆਂ ਜਾਂ ਫਾਈਲਾਂ ਲਾਈਆਂ ਹੁੰਦੀਆਂ ਵਾ। ਜਿਹੜਾ ਹੁਣ ਮੈਂ ਜਦੋਂ ਵੀ ਕਿਤੇ ਜਾਂਦਾ ਮੈਂ ਥੋੜੀ ਕੋਈ ਫਾਈਲ ਚੱਕਦਾ, ਮੇਰੇ ਫੋਨ ਦੇ ਵਿੱਚ ਹੀ ਟਿਕਟਾਂ, ਮੇਰੇ ਫੋਨ ਦੇ ਵਿੱਚ ਹੀ ਹੋਟਲ ਬੁਕਿੰਗ ਆ, ਮੇਰੇ ਫੋਨ ਦੇ ਵਿੱਚ ਹੀ ਸਾਰਾ ਕੁਛ। ਅਗਲਾ ਮੈਨੂੰ ਪੁੱਛੇਗਾ ਜੇ ਕੋਈ ਇਮੀਗ੍ਰੇਸ਼ਨ ਵਾਲਾ ਕਿੱਥੇ ਜਾਣਾ, ਹੋਟਲ ਦਾ ਨਾਂ ਕੀ, ਈਵਨ ਮੈਂ ਕਈ ਕੋਨਫੀਡੈਂਸ ਨਾਲ ਦਿੰਦਾ ਮੈਨੂੰ ਨੀ ਯਾਦ, ਰੁਕੀ ਮੈਂ ਫੋਨ ਤੇ ਦੇਖ ਲਾ, ਵੇਖ ਕੇ ਅਗਲਾ ਕਹਿੰਦਾ ਠੀਕ ਆ, ਕਨਵਿੰਸ ਹੋ ਜਾਂਦਾ। ਜਦੋਂ ਆਪਾਂ ਫਾਈਲਾਂ ਹੀ ਚੱਕ ਕੇ ਤੁਰ ਪਈਦਾ ਨਾ, ਉਦੋਂ ਏਅਰਪੋਰਟ ਤੇ ਉਹਨਾਂ ਨੂੰ ਕਲੀਅਰ ਹੀ ਲੱਗ ਜਾਂਦਾ ਯਾਰ ਇਹ ਬੰਦਾ ਇਹ ਨੀ, ਇਹਨੇ ਨੀ ਟਰੈਵਲ ਕੀਤਾ, ਇਹਨੂੰ ਨਹੀਂ ਹੈਗੀ ਮਤ। ਸੋ ਮੈਂ ਵੀ ਕਿਸੇ ਟਾਈਮ ਉਦਾਂ ਦਾ ਹੀ ਸੀ ਵੀ ਜਦੋਂ ਇੰਡੀਆ ਤੋਂ ਅਸੀਂ ਤੁਰੇ ਹਾਂ, ਵੀ ਮੈਨੂੰ ਵੀ ਦਿੱਲੀ ਏਦਾਂ ਹੀ ਖੱਜਲ ਖਵਾਰ ਹੋਏ ਹਨ, ਲੰਮੇ ਲੰਮੇ ਕੋਟ ਪਵਾ ਤੇ ਏਜੰਟਾਂ ਨੇ, ਪਤਾ ਹੀ ਨਹੀਂ ਸੀ। ਪਰ ਜਿਹੜਾ ਆਮ ਹੀ ਜਾਣ ਜਾਣ ਘੁੰਮਣ ਫਿਰਨ ਵਾਲਾ ਆਦਮੀ ਹੈ ਨਾ, ਉਹ ਆਪਣੇ ਪਹਿਰਾਵੇ ਤੋਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਦਾ ਵਾ ਤੇ ਬਾਕੀ ਆ ਫਾਈਲਾਂ ਫੁਈਲਾਂ ਨੂੰ ਅਵਾਇਡ ਕਰੇ, ਤੇ ਕਾਫੀ ਉਹਨਾਂ ਦੇ ਸ਼ੱਕ ਸ਼ੁਕਰੇ ਦੂਰ ਹੋ ਜਾਂਦੇ ਆ ਕਿ ਉਹਨਾਂ ਨੂੰ ਲੱਗਦਾ ਵੀ ਬੰਦਾ ਘੁੰਮਣ ਫਿਰਨ ਵਾਲਾ ਹੀ ਹੈ। ਤੇ ਸਾਨੂੰ ਕੋਈ ਏਡੀ, ਮੈਂ ਤਾਂ ਚੱਲ ਮੈਂ ਆਪਣਾ ਕਾਰਡ ਵੀ ਨਹੀਂ ਵਿਖਾਇਆ ਇੱਥੋਂ ਦਾ, ਤੇ ਮੈਂ ਆਪਣਾ ਇੰਡੀਅਨ ਪਾਸਪੋਰਟ ਦਿੱਤਾ ਸੀ, ਤੇ ਮੈਂ ਬੜਾ ਕੋਈ ਨਹੀਂ ਸੀ ਆਪਾਂ ਨੂੰ ਪ੍ਰੋਬਲਮ ਆਈ, ਤੇ ਹੋਰ ਵੀ ਕਿਤੇ ਜਾਈਦਾ ਕਦੀ ਹੁੰਦੀ ਨਹੀਂ, ਕਿਉਂਕਿ ਮੇਰੇ ਖਿਆਲ ਦੇ ਨਾਲ ਜਾਂ ਹੁਣ ਕੰਫੀਡੈਂਸ ਜਿਹਾ ਆ ਗਿਆ ਵਾ ਉਹਨਾਂ ਨੂੰ ਲੱਗ ਜਾਂਦਾ ਵਾ। ਸੋ ਰੱਬ ਵਿਜੇ ਬੜੇ ਲੱਗੇ ਹੋਣੇ ਤੇਰੇ ਪਾਸਪੋਰਟ ਤੇ, ਅਗਲਿਆਂ ਨੂੰ ਸ਼ੱਕ ਹੀ ਨਹੀਂ ਰਹਿੰਦੀ ਕੋਈ। ਨਹੀਂ ਨਹੀਂ ਉਹ ਵੀ ਗੱਲ ਹੈ, ਬਟ ਭਾਜੀ ਫਿਰ ਵੀ ਉਹ ਤੇ ਡੈਫੀਨੇਟਲੀ, ਪਰ ਇਹ ਗੱਲ ਮੈਟਰ ਕਰਦੀ ਜੇ। ਹਾਂ ਹੁਣ ਉੱਥੇ ਜਦੋਂ ਰੋਕਦੇ ਸੀ ਮੈਂ ਆਪ ਹੀ ਦੇਖਦਾ ਹਾਂ, ਹੁਣ ਉਹ ਫਲਾਈਟ ਦੇ ਵਿੱਚ ਕੀ ਸੀ, ਉਹਨਾਂ ਨੇ ਸਾਡੀ ਅਸੀਂ ਉਦੋਂ ਮੈਂ ਗਿਆ ਸੀ ਵਾਇਆ ਮੋਸਕੋ ਵਾਇਆ ਰਸ਼ੀਆ, ਤੇ ਉਦੋਂ ਇੰਨੇ ਜਾਣੇ ਡਿਪੋਰਟ ਕਰਨ ਲੱਗ ਪਏ ਸੀ, ਤੇ ਈਵਨ ਉਹ ਮੋਸਕੋ ਵੀ ਰੋਕਣ ਲੱਗ ਪਏ ਸੀ ਕਈ ਵਾਰੀ ਵੀ ਯਾਰ ਇਹ ਬੰਦੇ ਗਾਂਹ। ਤੇ ਉਹ ਬਾਅਦ ਚ ਮੈਂ ਵੇਖਦਾ ਇੱਕ ਇੱਕ ਹਰੇਕ ਫਲਾਈਟ ਦੇ ਵਿੱਚ ਨਾ, ਹਰੇਕ ਫਲਾਈਟ ਚ 20-30 ਮੁੰਡੇ 20-30 ਮੁੰਡੇ 20-30 ਹਰੇਕ ਫਲਾਈਟ ਦੇ ਵਿੱਚ ਮੁੰਡੇ ਆਉਣ ਡਏ ਸੀ, ਤੇ ਉਹਨਾਂ ਚੋਂ ਇੰਟਰਵਿਊ 10 ਕੁ ਨੂੰ ਦੇਣ ਡਿਆ ਸੀ, ਤੇ 10 ਜਿਹੜੇ ਖਿਲਾਰਦੇ ਸੀ ਨਾ, ਉਹਨਾਂ ਦੀ ਇੱਕ ਚੀਜ਼ ਕਾਮਨ ਹੀ ਸੀ, ਤੁਹਾਨੂੰ ਮੈਂ ਇਹ ਗੱਲ ਦੱਸਦਾ, ਉਹ ਵੀ ਉਹ ਪਹਿਰਾਵਾ ਉਦਾਂ ਦਾ, ਪਲੱਸ ਉਹਨਾਂ ਨੇ ਆਪਣੇ ਆਪ ਨੂੰ ਕੈਰੀ ਕਿੱਦਾਂ ਕੀਤਾ, ਜਿਹੜੀਆਂ ਫਾਈਲਾਂ ਬਣਾ ਕੇ ਨਾਲ ਤੁਰੇ ਆ, ਜਾਨੀ ਕਿ ਜਿਵੇਂ ਏਜੰਟ ਵੀ ਬਣਾਉਂਦੇ ਫਾਈਲ ਹੈ ਨਾ, ਉਹ ਫਿਰ ਲੱਗ ਜਾਂਦਾ। ਨਹੀਂ ਭਾਜੀ ਹੁਣ ਤੁਸੀਂ ਤੁਸੀਂ ਰੋਜ਼ ਦਿੱਲੀ ਜਾਂਦੇ ਆ, ਤੁਸੀਂ ਮੰਨ ਲਓ ਰੋਜ਼ ਦਿੱਲੀ ਜਾਂਦੇ, ਤੁਹਾਨੂੰ ਪਤਾ ਵਾ ਮੈਂ ਦਿੱਲੀ ਕਿਹੜੀ ਚੀਜ਼ ਦੀ ਲੋੜ ਪੈਣੀ ਆ, ਮੈਂ ਕਿੱਦਾਂ ਕੈਰੀ ਕਰਨਾ ਜਾਂ ਕੀ ਆ। ਜਿਹੜਾ ਬੰਦਾ ਪਹਿਲੀ ਵਾਰ ਜਾਣਾ ਉਹਨੇ ਉਹਨੂੰ ਪਤਾ ਹੀ ਨਹੀਂ, ਉਹਨੇ ਸਾਰਾ ਕੁਛ ਜਿਵੇਂ ਡਰਿਆ ਜਾਂ ਜਿਵੇਂ ਤੁਸੀਂ ਸਮਝ ਸਕਦੇ ਆ ਨਾ, ਇਹਨਾਂ ਨੂੰ ਪਤਾ ਲੱਗ ਜਾਂਦਾ ਭਾਜੀ। ਠੀਕ ਆ ਜੀ ਵੀਰ, ਕਹਿੰਦੀ ਨੂੰ ਵੀਰ ਨੂੰ ਹੋਰ ਸਵਾਲ ਆ ਵੀ ਆਪਣੇ ਇਹਨਾਂ ਕੰਟਰੀਆਂ ਤੋਂ ਬਗੈਰ ਆਪਣਾ ਯੂਰਪ ਕੰਟਰੀ ਹੋਰ ਕਿਸੇ ਨੂੰ ਹੈਗਾ ਇੰਡੀਅਨ ਨੂੰ ਵੀਜ਼ਾ ਆਪਣੀ ਔਨ ਅਰਾਈਵਲ ਵੀਜ਼ਾ? ਬਾਈ ਮੈਂ ਇਦਾਂ ਹੁਣ ਭਾਜੀ ਮੈਂ ਦੱਸ ਦਿੰਦਾ ਤੁਹਾਨੂੰ ਭਾਜੀ, ਪਤਾ ਕੀ ਗੱਲ ਆ, ਚੱਲ ਤੂੰ ਦੱਸ ਦੇ। ਨਹੀਂ ਇੱਕ ਮੈਂ ਤੈਨੂੰ ਦੱਸਦਾ, ਕੇਸ ਆਇਆ ਸੀ ਇੱਕ ਮੇਰੇ ਕੋਲ ਇਦਾਂ ਦਾ, ਤੇ ਹਨਾ ਇੱਕ ਭਰਾ ਦਾ ਕੇਸ ਆਇਆ ਸਾਡੇ ਕੋਲ ਹਨਾ, ਪਿਛਲੇ ਸਾਲ ਹੀ ਜਦੋਂ ਸਰਬੀਆ ਦੀ 2 ਸਾਲ ਪਹਿਲਾਂ ਮੈਂ ਵੀਡੀਓ ਪਾਈ, ਉਦੋਂ ਬਹੁਤ ਮੁੰਡੇ ਗਏ ਆ ਹਨਾ, 2 ਸਾਲ ਪਹਿਲਾਂ ਦੀ ਆਪਣੀ ਪਾਈ ਉਹ, ਤੇ ਉਹ ਸੁਣ ਕੇ ਗਏ ਸੀ, ਤੇ ਇੱਕ ਕੇਸ ਆਇਆ ਕਬੀਰ ਦਾ ਖੰਨੇ ਤੋਂ ਸੀ ਹਨਾ, ਸਭੀ ਨੂੰ ਵੀ ਪਤਾ, ਤੇ ਉਹ ਕਹਿੰਦਾ ਭਾਜੀ ਮੇਰੇ ਕੋਲ ਵੀਜ਼ਾ ਐਸੀ ਕੰਟਰੀ ਦਾ, ਮੇਰੇ ਕੋਲ ਪਾਸਪੋਰਟ ਮਿਲਿਆ ਮੈਨੂੰ ਐਸੀ ਯੂਰਪ ਦੀ ਕੰਟਰੀ ਦਾ, ਤੇ ਉਹ ਬੰਦੇ ਨੇ ਮੈਨੂੰ 1,00,000 ਰੁਪਏ ਲੈ ਕੇ, ਨੈਟ ਤੇ ਕੋਈ ਬੰਦਾ ਮਿਲਿਆ 1,00,000 ਰੁਪਏ ਲਏ ਤੇ ਮੈਨੂੰ ਪਾਸਪੋਰਟ ਦੇ ਦਿੱਤਾ ਐਸੀ ਕੰਟਰੀ ਦਾ ਯੂਰਪ ਦੀ। ਮੈਂ ਕਿਹਾ ਕਿਹੜੀ ਕੰਟਰੀ ਆ ਭਰਾਵਾ? ਕਹਿੰਦਾ ਲਿਵਰਲੈਂਡ। ਮੈਂ ਕਿਹਾ ਸਾਲੀ ਇਹ ਕਿਹੜੀ ਕੰਟਰੀ ਆ ਗਈ, ਆਪਾਂ ਤਾਂ ਕਦੀ ਸੁਣੀ ਵੀ ਨੀ ਆਪਣੀ ਜ਼ਿੰਦਗੀ ਚ ਭਈ ਯੂਰਪ ਚ ਇੱਕ ਲਿਵਰਲੈਂਡ ਕੰਟਰੀ ਵੀ ਆ, ਦੇਸ਼ ਵੀ ਆ। ਜਦੋਂ ਉਹਦੇ ਬਾਰੇ ਸਰਚ ਕੀਤੀ ਤੇ ਭਰਾਵੋ ਉਹ ਵਾਲੀ ਕੰਟਰੀ ਉਹ ਬੰਦੇ ਨੇ ਆਪ ਹੀ ਬਣਾਈ, ਉਹ ਸੀ ਆਪ ਹੀ ਉੱਥੇ ਦਾ ਪ੍ਰੈਜੀਡੈਂਟ ਸੀ, ਆਪ ਹੀ ਪਾਸਪੋਰਟ ਬਣਾ ਤੇ, ਤੇ ਏਦਾਂ ਗਾਂਹ ਦੀ ਗਾਂਹ ਮੁੰਡੇ ਲੱਭ ਕੇ ਤੇ ਉਹਨਾਂ ਨੂੰ ਕਹਿ ਦਿੰਦਾ ਵੀ ਮੈਂ ਯੂਰਪ ਦੀ ਇਸ ਕੰਟਰੀ ਦਾ ਪ੍ਰੈਜੀਡੈਂਟ ਆ, 1,00,000 ਪਾਓ ਤੇ ਆਹ ਚੱਕੋ ਯੂਰਪ ਦਾ ਪਾਸਪੋਰਟ, ਤੇ ਉਹਨੂੰ ਮਾਨਤਾ ਤਾਂ ਕਿਸੇ ਯੂਨਾਈਟਡ ਨੇਸ਼ਨ ਨੇ ਕਿਸੇ ਨੇ ਦਿੱਤੀ ਨੀ। ਵੀ ਕਹਿਣ ਦਾ ਮਤਲਬ ਆਪਣੇ ਬੰਦੇ ਏਦਾਂ ਵੀ ਠੱਗ ਹੋ ਜਾਂਦੇ ਆ,
ਤੇ ਹੋਰ ਕਿਸੇ ਕੰਟਰੀ ਦਾ ਤਾਂ ਸਭ ਹੀ ਸਰਬੀਆ ਤੋਂ ਬਿਨਾਂ ਹੈ ਨਹੀਂ, ਹੈ ਨਾ। ਮੈਂ ਤੈਨੂੰ ਦੱਸਦਾ ਨਾ, ਉਹਨੇ ਨੀ ਬੇਲਾਰੂਸ ਮੈਂ ਗਿਆ, ਮੈਂ ਯੂਕਰੇਨ, ਇੱਧਰ ਵੀ ਜਾ ਸਕਦੇ ਹਾਂ। ਬੇਲਾਰੂਸ ਤਾਂ ਹਾਂ ਥੋੜੀਆਂ ਉਹਨਾਂ ਦੀਆਂ ਹੈਗੀਆਂ ਵਾ, ਉਹ ਵੀ ਬਹੁਤ ਹਾਂ ਸੋਹਣੀ ਕੰਟਰੀ ਆ। ਪਲੱਸ ਜਿਵੇਂ ਪਿੱਛੇ ਜੇ ਉੱਥੇ 6-7 ਮਹੀਨੇ ਪਹਿਲਾਂ ਗੇਮ ਸੀ ਉੱਥੇ, ਉਹਨਾਂ ਨੇ ਸਿਰਫ ਉਦੋਂ ਇਹੀ ਚੀਜ਼ ਕਹੀ ਸੀ ਵੀ ਸਿਰਫ ਤੁਹਾਡੇ ਕੋਲ ਟਿਕਟ ਹੋਣੀ ਚਾਹੀਦੀ ਹੈ ਗੇਮ ਦੀ, ਤੇ ਤੁਹਾਨੂੰ ਐਂਟਰੀ ਆ ਵੀ ਤੁਸੀਂ ਆ ਸਕਦੇ ਆ। ਤੋ ਇੰਡੀਅਨ ਪਾਸਪੋਰਟ ਸਿਟੀਜ਼ਨ ਨੂੰ ਮੇਰੇ ਖਿਆਲ ਨਾਲ ਉੱਥੇ ਵੀ ਜਾ ਸਕਦੇ ਜੇ ਤੁਹਾਡੇ ਕੋਲ ਇਨ ਆਊਟ ਤੁਹਾਡੇ ਕੋਲ ਡਾਇਰੈਕਟ ਹੋਣੀ ਚਾਹੀਦੀ ਹੈ ਤੁਹਾਡੀ ਫਲਾਈਟ ਬੇਲਾਰੂਸ ਨੂੰ। ਤੇ ਹੁਣ ਮੈਨੂੰ ਐਗਜੈਕਟਲੀ ਯਾਰ ਹੁਣ ਮੈਨੂੰ ਐਗਜੈਕਟਲੀ ਨਹੀਂ ਉਹਨਾਂ ਨੇ ਕੁਛ ਚੇਂਜ ਕਰਤਾ ਹੋਵੇ, ਵੀ ਉਦੋਂ ਪਿੱਛੇ ਜੇ ਮੈਂ ਉੱਥੇ ਸੀ ਉਦੋਂ ਗੇਮਸ ਦੇ ਦਰਮਿਆਨ ਉਹਨਾਂ ਨੇ ਲਿਸਟ ਜਾਰੀ ਕੀਤੀ ਸੀ ਤੇ ਇੰਡੀਆ ਵੀ ਉਹਦੇ ਵਿੱਚ ਸੀ ਵੀ ਉਹ ਗੇਮਸ ਦੀਆਂ ਟਿਕਟ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ, ਦੈਟ ਸੈਟ ਤੁਸੀਂ ਆ ਜਾ ਸਕਦੇ ਹਾਂ। ਸੋ ਉਹ ਵੀ ਇੱਕ ਬਹੁਤ ਸੋਹਣੀ ਕੰਟਰੀ ਆ, ਉਹ ਜਾਨੀ ਕਿ ਉਹਦਾ ਪੋਲੈਂਡ ਨਾਲ ਬਾਰਡਰ ਲੱਗਦਾ ਵਾ ਬੇਲਾਰੂਸ ਦਾ, ਤੇ ਏਦਾਂ ਹੀ ਯੂਕਰੇਨ ਵੀ ਆ, ਕੁਝ ਥੋੜੀਆਂ ਜਿਹੀਆਂ ਉਹਨਾਂ ਦੀਆਂ ਵੀ ਹੈਗੀਆਂ ਵਾ, ਤੁਸੀਂ ਉੱਥੇ ਵੀ ਜਾ ਸਕਦੇ ਹੋ। ਜਾਰਜੀਆ, ਜਾਰਜੀਆ ਕੰਟਰੀ ਯੂਰਪ ਚ ਆਉਂਦੀ ਹੈ ਜਾਂ ਹਾਂ ਅਲੱਗ ਭਾਜੀ, ਹੈ? ਉਹ ਵੀ ਯੂਰੋਪੀਅਨ ਕੰਟਰੀ ਆ, ਸਸਤੀ ਆ ਉਹ ਵੀ, ਤੇ ਉਹ ਵੀ ਘੁੰਮਣ ਫਿਰਨ ਨੂੰ ਵੀ ਜਿੱਦਾਂ ਸਰਬੀਆ ਕਹਿ ਲਓ ਏਦਾਂ ਹੀ ਆ, ਬਹੁਤ ਸੋਹਣੀ ਆ ਜਾਰਜੀਆ ਵੀ। ਜੇ ਭਾਜੀ ਅਸਲ ਕਿਸੇ ਨੇ ਆਉਣਾ ਨਾ, ਉਹ ਕਰੋਸ਼ੀਆ ਕਰਾਸ਼ੀਆ ਆਵੇ, ਕਰੋਸ਼ੀਆ ਤੋਂ ਗਾਂਹ ਜਾਣਾ ਵੀ ਸੌਖਾ, ਕਰੋਸ਼ੀਆ ਦੇ ਜਿੱਦਾਂ ਚਾਂਸਸ ਵੀ ਹੈਗੇ ਆ ਗਾਂਹ, ਮੇ ਬੀ ਉਹ ਇਹਦਾ ਸ਼ਨਗਨ ਦਾ ਹਿੱਸਾ ਮੈਂ ਹੋ ਵੀ ਜਾਏ ਕਰੋਸ਼ੀਆ ਦੀ ਕਰੋਸ਼ੀਆ। ਗੱਲ ਕਰਨ ਲੱਗਿਆ ਜਿਹੜੀ ਵਰਲਡ ਕੱਪ ਚ ਟੀਮ ਫਾਈਨਲ ਚ ਹਾਰੀ ਸੀ ਉੱਥੇ ਦੀ, ਉਸ ਕੰਟਰੀ ਦੀ। ਹਾਂਜੀ 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 ਠੀਕ ਹੈ ਤੇ ਠੀਕ ਹੈ। ਉੱਥੇ ਮੁੰਡੇ ਆਉਂਦੇ ਵੀ ਵਰਕ ਪਰਮਿਟ ਤੇ ਵੀ ਜਾਂਦੇ ਰਹੇ ਆ ਮੇਰੇ ਖਿਆਲ ਦੇ ਨਾਲ 2 ਲੱਖ ਰੁਪਏ ਸਮਥਿੰਗ ਦੇ ਵਿੱਚ, ਤੇ ਸਾਡੇ ਕੇ ਪਿੰਡ ਦਾ ਮੁੰਡਾ ਆਇਆ ਵੀ ਸੀ ਵਰਕ ਪਰਮਿਟ ਤੇ, ਉੱਥੋਂ ਫਿਰ ਇਟਲੀ ਨਿਕਲ ਗਿਆ ਉਹਨੇ, ਪਤਾ ਨਹੀਂ ਰੁਪਇਆ 1-1.5 ਲੱਖ ਭਰ ਕੇ ਉੱਥੋਂ। ਹਾਂਜੀ ਉੱਥੋਂ ਏਦਾਂ ਵੀ ਗਾਂਹ ਨਿਕਲ ਜਾਂਦੇ ਆ। ਅਗਲੀ ਕਾਲ ਲੈਣੇ ਆ ਵੀਰੇ, ਥੈਂਕ ਯੂ, ਬਹੁਤ ਚਲੋ ਟਾਈਮ ਠੀਕ ਹੋ ਆ ਗਿਆ ਵੀਰ, ਤੇ ਅਗਲੀ ਕਾਲ ਲੈਣੇ। ਸਿਮਰਨ ਸੈਣੀ, ਸਤਿ ਸ੍ਰੀ ਅਕਾਲ ਭਾਜੀ, ਕਿੱਥੋਂ ਤੇ ਕੀ ਸਵਾਲ ਆ? ਸਤਿ ਸ੍ਰੀ ਅਕਾਲ ਭਾਜੀ, ਮੈਂ ਭਾਜੀ ਨਵਾਂ ਸ਼ਹਿਰ ਰੁੜਕੀ ਖਾਸ ਤੋਂ ਬੋਲਦਾ ਭਾਜੀ। ਹਾਂਜੀ ਸਵਾਲ ਭਾਜੀ, ਭਾਜੀ ਸਵਾਲ ਹੈਗਾ ਇਹਦੀ ਭਾਜੀ ਸਾਡੇ ਨਾਲ। ਅੱਜ ਨਾ ਇੱਕ ਸਵੇਰੇ ਮੈਨੂੰ ਜਿੱਦਾਂ ਆਪਾਂ ਸਕਾਈਪ ਤੇ ਗੱਲ ਕਰਦੇ ਰਹੀਦਾ ਡੇਲੀ, ਆਪਣਾ ਫੋਨ ਤੁਸੀਂ ਚੱਕ ਲੈਂਦੇ ਆ ਰੱਬ ਦੀ ਮਿਹਰ ਨਾਲ, ਤੇ ਇੱਦੀ ਇੱਕ ਲੇਡੀ ਸੀਗੀ, ਭੈਣ ਸੀਗੀ ਆਪਣੀ, ਤੇ ਉਹ ਇੱਦੀ ਕਾਲ ਕਰਦੇ ਸੀਗੇ ਸਕਾਈਪ ਤੇ ਪਏ ਭਾਜੀ, ਤੇ ਉਹ ਕਹਿੰਦੇ ਜੀ ਹਿੰਦੀ ਭਾਈ ਦਾ ਫੋਨ ਹੈ। ਮੈਂ ਕਿਹਾ ਨਹੀਂ ਜੀ, ਇਹ ਜਿੱਦਾਂ ਇੱਕ ਗਰੁੱਪ ਬਣ ਜਾਂਦਾ ਜਦ ਆਪਾਂ ਕਾਲ ਕਰਦੇ ਆ ਨਾ, ਕਨਵੈਨਸ਼ਨ ਬਣ ਜਾਂਦੀ ਆ। ਤੇ ਉਹ ਕਹਿੰਦੀ ਮੈਂ ਜਿੱਦਾਂ ਬਾਹਰ ਦੇ ਬਾਰੇ ਅਕੋਰਡਿੰਗ ਪੁੱਛਣਾ ਸੀਗਾ ਕਿ ਕਿੱਦਾਂ ਵੀਜ਼ੇ ਦੇ ਲਈ ਤੇ ਖਬਰ ਲੈਣੀ ਸੀ, ਜਿੱਦਾਂ ਪਹਿਲਾਂ ਤੁਸੀਂ ਲਾਈਵ ਹੋਏ ਸੀਗੇ ਸਵੇਰੇ, ਬਾਹਰ ਦੇ ਬਾਰੇ ਦੱਸਿਆ ਸੀਗਾ ਕਿ ਆਪਾਂ ਇੱਦਾਂ ਦੱਸਾਂਗੇ ਤੁਹਾਨੂੰ, ਤਾਂ ਉਹ ਕਹਿੰਦੀ ਮੈਂ ਇਹਦੇ ਬਾਰੇ ਇਨਫੋਰਮੇਸ਼ਨ ਲੈ। ਮੈਂ ਕਿਹਾ ਤੁਸੀਂ ਉਹਨਾਂ ਨੂੰ ਜਿੱਦਾਂ ਉਹਨਾਂ ਦੇ ਪੇਜ ਤੇ ਕੰਟੈਕਟ ਕਰ ਲਓ, ਉਹਨਾਂ ਨੂੰ ਪਰਸਨਲੀ ਮੈਸੇਜ ਕਰ ਸਕਦੇ ਤੁਸੀਂ। ਹਾਂਜੀ ਜੇ ਮੰਨ ਲਓ ਕੋਈ, ਮੈਂ ਕਿਹਾ ਇੱਦਾਂ ਨਾ ਤੁਸੀਂ ਇੱਥੇ ਨਾ ਸਕਾਈਪ ਤੇ ਇਸ ਵੇਲੇ ਨਾ ਕਾਲ ਕਰਿਆ ਕਰੋ, ਕੋਈ ਹੋਰ ਤੁਹਾਨੂੰ ਐਵੇਂ ਗੁੰਮਰਾਹ ਕਰ ਦੂਗਾ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਹਾਂਜੀ ਹਾਂਜੀ ਹਾਂਜੀ, ਇਸ ਲਈ ਮੈਂ ਕਿਹਾ ਤੁਸੀਂ ਹਿੰਦੀ ਭਾਜੀ ਉਹਨਾਂ ਦੇ ਪੇਜ ਤੇ ਅਵੇਅਰ ਕਰਨ ਲਈ। ਹਾਂਜੀ ਉਹਨਾਂ ਦੇ ਪੇਜ ਤੇ ਕੰਟੈਕਟ ਕਰਿਓ ਭਾਜੀ। ਓਕੇ ਵੀਰ, ਮੇਰਾ ਸ਼ੁਕਰੀਆ। ਹੋਰ ਭਾਜੀ, ਹਾਂਜੀ ਹਾਂਜੀ, ਮੈਂ ਕਿਹਾ ਕੋਈ ਐਵੇਂ ਗੁੰਮਰਾਹ ਕਰੂ ਤੁਹਾਨੂੰ ਕੋਈ ਫਾਇਦਾ ਨਹੀਂ ਜੀ। ਹਾਂਜੀ ਥੈਂਕ ਯੂ, ਕਿਉਂਕਿ ਨਾਂ ਲੈ ਕੇ ਐਵੇਂ ਠੱਗੀਆਂ ਉਹ ਬਚ ਸਕਦੀਆਂ ਜੀ। ਹਾਂਜੀ ਹਾਂਜੀ, ਸ਼ੁਕਰੀਆ ਭਰਾ ਮੇਰਾ। ਹਾਂਜੀ ਓਕੇ ਵੀਰੇ, ਅਗਲੀ ਕਾਲ ਆਸਟ੍ਰੇਲੀਆ ਤੋਂ। ਹਾਂਜੀ ਭਾਜੀ, ਕੀ ਸਵਾਲ ਤੁਹਾਡਾ? ਹਾਂਜੀ ਸਤਿ ਸ੍ਰੀ ਹੈਲੋ, ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਸਵਾਲ ਵੀਰੇ? ਇਹ ਸਵਾਲ ਮੇਰਾ ਨਹੀਂ ਸੀਗਾ, ਮੈਂ ਤੁਹਾਡਾ ਡਿਸਕਸ਼ਨ ਸੁਣ ਰਿਹਾ ਸੀਗਾ ਤੇ ਉਹਦੇ ਬੇਸ ਤੇ ਹੀ ਆਪਣਾ ਬੰਦੇ ਕਾਫੀ ਵਿਲਿੰਗ ਨੇ ਯੂਰਪ ਚ ਜਾਣ ਦੇ, ਤੇ ਉਹਦੇ ਚ ਮੇਰਾ ਇੱਕੋ ਹੀ ਕੁਐਸਚਨ ਸੀਗਾ ਜਿਹੜਾ ਡਾਊਟ ਮੇਰੇ ਮਾਇੰਡ ਚ ਆਇਆ, ਭਈ ਆਪਣਾ ਚਲੋ ਸਰਬੀਆ ਚ ਲੈਂਡ ਹੋ ਜਾਣਗੇ ਜਾਂ ਕਿਸੇ ਵੀ ਕੰਟਰੀ ਚ ਲੈਂਡ ਹੋ ਜਾਣਗੇ, ਉਸ ਤੋਂ ਅੱਗੇ ਮਤਲਬ ਕਿੱਦਾਂ ਫਿਰ ਉਹਨਾਂ ਦਾ ਸਰੂਗਾ, ਜਾਂ ਇਹ ਕੁਐਸਚਨ ਸੀਗਾ। ਤੇ ਮਤਲਬ ਭਾਜੀ ਉੱਥੇ ਜਾ ਕੇ ਫਿਰ ਕੁਐਸਚਨ 2 ਸਾਲ ਪਹਿਲਾਂ ਜਦੋਂ ਮੈਂ ਵੀਡੀਓ ਪਾਈ ਸੀ, ਮੁੰਡੇ ਸਰਬੀਆ ਚ ਲੈਂਡ ਹੋਏ ਸੀ, ਉੱਥੋਂ ਇਰਾਨੀ ਤੇ ਪਾਕਿਸਤਾਨੀ ਨਾਲ ਬਾਰਡਰ ਸ਼ੈਂਗਨ ਵਾਲੀ ਕੰਟਰੀ ਚ ਪਹੁੰਚਾ ਦਿੰਦੇ ਸੀ 2 ਸਾਲ ਪਹਿਲਾਂ, ਤੇ ਸਾਨੂੰ ਕਿਉਂਕਿ ਸਾਡੀਆਂ ਵੀਡੀਓ ਦੇਖ ਕੇ ਮੁੰਡੇ ਪਹੁੰਚੇ ਸੀ, ਉਹਨਾਂ ਦੀਆਂ ਕਾਲਾਂ ਵੀ ਆਈਆਂ, ਭਾਜੀ ਅਸੀਂ ਜਰਮਨ ਪਹੁੰਚ ਗਏ, ਸ਼ੁਕਰੀਆ ਭਾਜੀ ਅਸੀਂ ਇੱਥੇ ਪਹੁੰਚ ਗਏ, ਤੇ ਇੱਦਾਂ ਅੱਗੇ ਦੀ ਅੱਗੇ ਮੁੰਡੇ ਗਏ ਆ। ਮੈਂ ਦੱਸ ਦਿੰਦਾ ਇਹਦਾ, ਮੈਂ ਉੱਥੇ ਉੱਥੋਂ ਗਿਆ ਵੀ ਨਾ ਮੈਂ, ਤੇ ਹਾਂ ਉਹ ਭਾਜੀ ਉੱਥੇ ਨਾ ਗੱਲ ਏਦਾਂ ਵਾ, ਉੱਥੇ ਬਹੁਤ ਆ ਨਾ ਬੈਲ, ਤੁਸੀਂ ਇੱਕ ਮਿੰਟ ਸੋਰੀ ਮੈਂ ਤੁਹਾਡੀ ਗੱਲ ਇੰਟਰਪਟ ਕੀਤੀ ਹੈ, ਇਹ ਤਾਂ ਥਿੰਗ ਆਫ ਉਹ ਤਾਂ ਥਿੰਗ ਆਫ ਦਾ ਪਾਸਟ ਹੋ ਗਈ ਨਾ ਵੀ 2 ਸਾਲ ਪਹਿਲਾਂ, ਪਰ ਆਲ ਦਾ ਟਾਈਮ ਚੇਂਜਸ ਆਉਂਦੀਆਂ ਰਹਿੰਦੀਆਂ, ਤੇ ਚੇਂਜਸ ਦੇ ਨਾਲ ਵੀ ਨੈਵਰ ਨੋ ਵੀ ਹਾਂ ਵੀ ਅੱਗੇ ਫਿਊਚਰ ਕੀ ਹੈ ਕੀ ਨਹੀਂ ਆ, ਤੇ ਉਹਦੇ ਮਤਲਬ ਬੰਦੇ ਆਪਣੇ ਚਲੋ ਭੋਲੇ ਭਾਲੇ ਆ, ਉੱਥੇ ਜਾ ਕੇ ਬੰਦਾ ਕੋਈ ਅੜ ਨਾ ਜਾਵੇ, ਬੜਾ ਤੁਸੀਂ ਸ਼ਾਇਦ ਫਿਰ ਨਾ ਸਾਰੀ ਗੱਲ ਨੀ ਸੁਣੀ ਵੀ ਜੇ ਮੈਨੂੰ ਨੀ ਪਤਾ ਤੁਸੀਂ ਸਟਾਰਟਿੰਗ ਤੋਂ ਰੇਡੀਓ ਸੁਣਿਆ ਕਿ ਨਹੀਂ,
ਮੈਂ ਉਹਦੇ ਵਿੱਚ ਉਹੀ ਗੱਲ ਕਹੀ ਹੈ ਵੀ ਹਾਂ ਮੈਂ ਉਹੀ ਗੱਲ ਮੈਂ ਉਹ ਭਾਜੀ ਨੂੰ ਵੀ ਇਹੀ ਗੱਲ ਕਹੀ ਸੀ ਜਿਹੜੇ ਭਾਜੀ ਨੇ ਪਹਿਲਾਂ ਆਏ ਸੀ ਸਰਬੀਆ ਬਾਰੇ ਵੀ ਅੱਜ ਤੋਂ 2 ਸਾਲ ਪਹਿਲਾਂ ਕਾਫੀ ਈਜ਼ੀ ਸੀ ਉਦੋਂ ਆਪਣੇ ਪੰਜਾਬੀ ਮੁੰਡੇ ਜਾਣ ਲੱਗੇ ਸੀ ਜਦੋਂ ਕਹਿੰਦੀ ਨੇ ਵੀਡੀਓ ਕੀਤੀ ਸੀ ਉਹ ਵੀਡੀਓ ਮਿਲੀਅਨ ਚ ਗਈ ਸੀ ਤੇ ਉਹਦੇ ਵਿੱਚੋਂ ਮਿਲੀਅਨ ਦੇ ਵਿੱਚੋਂ ਮੈਂ ਡੈਫੀਨੇਟਲੀ ਹਜ਼ਾਰਾਂ ਮੁੰਡੇ ਗਏ ਹੋਣਗੇ ਤੇ ਹਜ਼ਾਰਾਂ ਦੇ ਵਿੱਚੋਂ ਹੋ ਸਕਦਾ ਕੋਈ 100 ਮੁੜ ਵੀ ਆਏ ਹੋਣ ਤੇ ਕੁਝ ਪਹੁੰਚ ਵੀ ਗਏ ਹੋਣ ਸੋ ਉਦੋਂ ਤੱਕ ਆਸਾਨ ਸੀ ਉਦੋਂ ਤੱਕ ਡੇਲੀ ਤੇ ਡੇਲੀ ਗਰੁੱਪ ਜਾਣ ਵਾਲਾ ਸਾਫ਼ ਸੀ ਉੱਥੇ ਕੰਮ ਬਹੁਤ ਜ਼ੋਰਾਂ ਤੇ ਸੀ ਮੈਂ ਅੱਗੇ ਇੱਕ ਵੀਰ ਨੂੰ ਕਹਿ ਗਿਆ ਵੀ ਹੁਣ 90% ਇਹ ਸੋਚ ਕੇ ਜਾਏ ਵੀ ਉੱਥੇ ਖੱਜਲ ਹੋਵਾਂਗੇ 10% ਸੋਚਿਓ ਵੀ ਮੈਂ ਪਾਰ ਲੱਗ ਜਾਊਂ 90% ਜਿਹੜੀ ਤੁਸੀਂ ਗੱਲ ਕੀਤੀ ਨਾ ਇਹ ਬਹੁਤ ਹੀ ਇੱਥੇ ਤਵੱਜੋ ਦੇਣ ਵਾਲੀ ਗੱਲ ਹੈ ਕਿਉਂਕਿ 90% ਜਿਹੜੀ ਨਾ ਬੜਾ ਹਾਈ ਰੇਟ ਆ ਪਰਸੈਂਟੇਜ ਬਹੁਤ ਹਾਈ ਰੇਟ ਆ ਤੇ ਇਹਦੇ ਤੋਂ ਗਾਂ ਜਿਹੜਾ ਮਤਲਬ ਖੱਜਲ ਹੋ ਗਏ ਫੇਰ ਵਾਪਸ ਉੱਥੇ ਮੁੜਨਾ ਮਤਲਬ ਇੱਕ ਤਾਂ ਪੈਸੇ ਦਾ ਵੇਸਟ ਇੱਕ ਟਾਈਮ ਵੇਸਟ ਤੇ ਬਹੁਤ ਜ਼ਿਆਦਾ ਮਾਇਨੇ ਰੱਖਣ ਕਿਉਂਕਿ ਆਪਣੇ ਪੰਜਾਬ ਚ ਰਹਿ ਕੇ ਨਾ ਬੰਦਿਆਂ ਨੂੰ ਫਿਊਚਰ ਪਤਾ ਹੀ ਨਹੀਂ ਆ ਵੀ ਉੱਥੇ ਜਾ ਕੇ ਜਿੱਦਾਂ ਮੈਨੂੰ ਇੱਥੇ ਹੁਣ 16 ਸਾਲ ਹੋ ਗਏ ਆ ਵੀ ਇਹਦਾ ਬੜੀ ਬਿਗ ਪਿਕਚਰ ਬਣਾਈ ਲੰਘਣਾ ਪੈਂਦਾ ਗੱਲ ਹੀ ਛੱਡ ਦੋ ਮੈਂ ਆਪ ਡੌਂਕੀਆਂ ਲਾ ਗਿਆ ਮੈਂ ਤੇ ਕਿਸੇ ਨੂੰ ਆਪ ਨੀ ਆਂਦਾ ਹਨਾ ਵੀ ਉਹ ਗੱਲ ਮੈਂ ਅੱਗੇ ਵੀ ਗੱਲ ਇਹ ਆ ਕਰਨ ਦੀ ਵੀ ਕਈ ਏਦਾਂ ਦੇ ਮਿਲਦੇ ਆ ਵੀ ਮੈਂ ਉਹੀ ਗੱਲ ਉਹਨੂੰ ਵੀਰ ਨੂੰ ਵੀ ਆਖੀ ਵੀ ਓਦਾਂ ਨਾ ਜਾਓ ਵੀ ਜੇ ਕਿਸੇ ਨੂੰ ਜਿਹਨੂੰ ਕਿਸੇ ਨੂੰ ਬਾਹਲਾ ਹੀ ਆ ਨਾ ਵੀ ਜਿਹੜਾ ਕਹਿੰਦਾ ਮੈਂ 1-1.5 ਲੱਖ ਲਾ ਦੇਣਾ ਵਾ ਤੇ ਮੈਂ ਇੰਨਾ ਦਾ ਮੈਨੂੰ ਨਹੀਂ ਗਾ ਵੀ ਮੇਰੇ ਕੋਲ ਇਹੋ ਹੀ ਆ ਮੈਂ ਬੜੇ ਵੱਡੇ ਭੁਲੇਖੇ ਜੇ ਭਾਜੀ ਉਹ ਬੰਦਾ ਵੀ ਉਹ ਗੱਲ ਆ ਵੀ ਉਹ ਬੰਦੇ ਜਿਹੜੇ ਆ ਨਾ ਜੇ ਰਿਸਕ ਕਿਸੇ ਨੇ ਲੈਣਾ ਹੀ ਲੈਣਾ ਉਹ ਆ ਤੇ ਆਪਾਂ ਅਡਵਾਈਸ ਕਿਸੇ ਨੂੰ ਵੀ ਨਹੀਂ ਆਉਂਦੇ ਕਿਉਂਕਿ ਇਹ ਆਪਾਂ ਇਹ ਨਹੀਂ ਆਉਂਦੇ ਵੀ ਤੁਸੀਂ ਜਾਓ ਆਉਂਦੀ ਜਾਂ 2 ਨੰਬਰੀ ਪਹਿਲੀ ਗੱਲ ਤੇ ਮੈਂ ਨਾ ਪਿੱਛੇ ਜੇ ਹੁਣ ਮੈਨੂੰ ਬੜੇ ਮੈਸੇਜ ਆਉਂਦੇ ਆ ਮੈਂ ਕਹਿੰਦੀ ਕਿਸੇ ਨੂੰ ਕਹਿੰਦਾ ਕੱਲ ਨੂੰ ਮੈਨੂੰ ਚੱਕਿਆ ਹੋਵੇ ਤੂੰ ਜੱਟੀ ਕਰਾਉਣਾ ਸਮਝਦੇ ਮੈਂ ਇਹ ਆ ਵੀ ਮੈਂ ਥੋੜਾ ਬਹੁਤ ਜਗ੍ਹਾ ਤੇ ਗਿਆ ਹੋਣ ਕਰਕੇ ਤੇ ਡੌਂਕੀ ਦਾ ਐਕਸਪੀਰੀਅੰਸ ਹੋਣ ਕਰਕੇ ਮੈਂ ਤੇ ਇਹ ਗੱਲ ਦੱਸਦਾ ਹੁੰਦਾ ਵੀ ਇੱਥੇ ਆੜੇ ਮੁਲਕ ਚ ਆਹ ਹੋਣ ਡਿਆ ਜੇ ਇੱਥੇ ਏਦਾਂ ਚੱਲਣ ਡਿਆ ਜਾਂ ਏਦਾਂ ਚੱਲਣ ਡਿਆ ਮਰ ਜਾਣਾ ਸੀ ਮੁੱਕ ਜਾਣਾ ਸੋ ਆਪਾਂ ਉਹਨਾਂ ਨੂੰ ਇਹ ਦੱਸੀਦਾ ਵੀ ਬਈ ਆਹ ਕੰਟਰੀ ਇੰਡੀਆ ਦੇ ਪਾਸਪੋਰਟ ਵਾਲਿਆਂ ਨੂੰ ਬਈ ਔਨ ਅਰਾਈਵਲ ਕਰਦੀ ਆ ਹਨਾ ਅਸੀਂ ਤਾਂ ਨੌਲੇਜ ਦਿੱਤੀ ਜਾ ਤਾਂ ਕਿਹਾ ਹੋਵੇ ਵੀ ਬਾਈ ਤੂੰ 5,000 ਦੇ ਤੈਨੂੰ ਐਗਜੈਕਟਲੀ ਮਤਲਬ ਸਪੋਟ ਆਨ ਆ ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਮਤਲਬ ਤੁਸੀਂ ਕਰੈਕਟ ਬਿਲਕੁਲ ਗਾਈਡ ਕਰ ਰਹੇ ਜੇ ਪਰ ਮੇਰਾ ਆਪਣਾ ਮੈਸੇਜ ਹੀ ਆ ਤੂੰ ਸਾਰਿਆਂ ਨੂੰ ਵੀ ਏਦਾਂ ਮਤਲਬ 1 ਨੰਬਰ ਜਾਓ ਆਪਣਾ ਆਈਲੈਟਸ ਕਰੋ ਉਹਦੇ ਨਾਲ ਜੋ ਵੀ ਤੁਹਾਡਾ ਸਾਦਾ ਪਾਲਦਾ ਉਸ ਤਰੀਕੇ ਨਾਲ ਉਹ ਤਾਂ ਕਰਦੇ ਨੀ ਨਾ ਹੁਣ ਗੱਲ ਉਹੀ ਮੈਂ ਵਿੱਚ ਕਰਨੀ ਸੀ ਨਾ ਸਾਰੀ ਜਿਵੇਂ ਸਾਰੀਆਂ ਗੱਲਾਂ ਹੁਣ ਇਹ ਜਿਹੜਾ ਖਰਚਾ ਹੈਗਾ 1-1.5 ਲੱਖ ਦਾ 1-1.5 ਲੱਖ ਦਾ ਖਰਚਾ ਵਾ ਤੇ ਪਲੱਸ ਹਨਾ ਕੋਈ ਨੀ ਕੋਈ ਸ਼ੋਰ ਨੀ ਬੰਦਾ ਵੀ ਮੈਂ ਪਹੁੰਚ ਜਾਣਾ ਮੈਂ ਕਿੰਨੇ ਧੱਕੇ ਖਾਣੇ ਆ ਹੁਣ ਵੀਡੀਓ ਕੀਤੀ ਪਈ ਆ ਹਨਾ ਇਟਲੀ ਬਾਰੇ ਯੂਰਪ ਦੇ ਸਟੱਡੀ ਵੀਜ਼ੇ ਬਾਰੇ 50,000 ਲੱਖ ਦਾ ਖਰਚਾ ਸਟੱਡੀ ਵੀਜ਼ੇ ਦਾ ਯੂਰਪ ਦਾ ਤੇ ਉਹਦੇ ਵਿੱਚ ਗੈਪ ਵੀ ਅਸੈਪਟੇਬਲ ਆ 2-3 ਸਾਲ ਦਾ ਪਰ ਉਹ ਕਰਨਾ ਨੀ ਚਾਹੁੰਦੇ ਇੱਕ ਦਿਨ ਮੈਨੂੰ ਇੱਕ ਮੁੰਡੇ ਦਾ ਮੈਸੇਜ ਆ ਗਿਆ ਭਾਜੀ ਕਹਿੰਦਾ ਭਾਜੀ ਮੈਂ ਇੱਦਾਂ ਵਾ ਤੇ ਇੱਦਾਂ ਤੇ ਅਪਲਾਈ ਕਰਨਾ ਵਾ ਇਟਲੀ ਦਾ ਤੇ ਮੈਂ ਕਿਹਾ ਵੀਰ ਵੀ ਏਦਾਂ ਉਹ ਵੀਡੀਓ ਆ ਫਲਾਣੀ ਵੇਖੀ ਉਹ ਚ ਵੀ A-Z ਸਾਰਾ ਹੀ ਦੱਸਿਆ ਵਾ ਵੀ ਕਿਹੜੇ ਪੇਪਰ ਲੱਗਣੇ ਜਾਂ ਸਾਰੇ ਉਹਨੇ ਵੇਖ ਲਈ ਕਹਿੰਦਾ ਹਾਂ ਵਧੀਆ ਵਾ ਤੇ ਮੈਂ ਕਿਹਾ ਤੇਰੇ ਕੋਲ ਸਾਰਾ ਕੁਛ ਸਹੀ ਆ ਤੂੰ ਆਪ ਹੀ ਅਪਲਾਈ ਕਰ ਲਾ ਪੈਸੇ ਥੋੜੇ ਲੱਗਣੇ ਆ ਤੇ ਉਹ ਵੀਰ ਆਂਦਾ ਨਹੀਂ ਕਹਿੰਦਾ ਵੀ ਕੌਣ ਕਹਿੰਦਾ ਆਪਾਂ ਏਜੰਟ ਨੂੰ ਹੀ ਕਹਿਤਾ ਵਾ ਕਹਿੰਦਾ ਕੌਣ ਇੰਨਾ ਹੈ ਖੱਜਲ ਖੁਆਰੀ ਕਰੇ ਵੀ ਮੈਨੂੰ ਸਮਝ ਨੀ ਆਈ ਵੀ ਏਜੰਟ ਨੂੰ 8-9 ਲੱਖ ਕੱਲ ਹੀ ਦੇਣਾ ਵੀ ਤੂੰ ਜਦ ਆਪ ਹੀ ਕੰਮ 50,000 ਲੱਖ ਚ ਕਰ ਸਕਦਾ ਵੀ ਇੱਕ ਇੱਕ ਡਰ ਬੰਦੇ ਦੇ ਮਨ ਦੇ ਵਿੱਚ ਵੀ ਸ਼ਾਇਦ ਮੇਰੇ ਕੋਲ ਪੇਪਰ ਵਰਕ ਗਲਤ ਨਾ ਹੋ ਜੇ ਪਰ ਕਹਿੰਦਾ ਮਤਲਬ ਵੀ ਜੇ ਆਪਾਂ ਥੋੜੇ ਜਿਹੇ ਸਾਵਧਾਨੀ ਨਾ ਸਲਾਹ ਲੈ ਲਈਏ ਉੱਥੇ ਕਿਹੜਾ ਆਪਣੇ ਸਿਰ ਤੇ ਬੰਦੂਕ ਰੱਖੀ ਹੈ ਵੀ ਅੱਜ ਹੀ ਪੇਪਰ ਜਮ੍ਹਾਂ ਕਰਾ ਹਨਾ ਅੱਜ ਹੀ ਸਬਮਿਟ ਕਰ ਫਾਈਲ ਬੰਦਾ ਆਸੇ ਪਾਸੇ ਪੁੱਛ ਕੇ ਕਰ ਲੈਂਦਾ ਤਾਲੀਆਂ ਮਾਰ ਜਾਂਦੀਆਂ ਮੇਰਾ ਆਪਣਾ ਕਜ਼ਨ ਸੀ 10 ਸਾਲ ਇੰਗਲੈਂਡ ਚ ਰਹਿ ਕੇ ਤੇ ਅੰਮ੍ਰਿਤਸਰ ਫੇਰ ਵਾਪਸ ਆ ਗਿਆ ਤੇ ਉੱਥੇ ਹੁਣ ਬਸ 10 ਲੱਖ ਰੁਪਇਆ ਲੈ ਗਿਆ 10 ਸਾਲਾਂ ਚ ਤੇ ਹੁਣ ਸ਼ਰਾਬਾ ਜੀ ਸਾਰਾ ਡਾਤਾ ਤੇ ਬਸ ਫਿਨਿਸ਼ ਚ ਬੰਦਿਆਂ ਨੂੰ ਆਪਣਿਆਂ ਨੂੰ ਕੈਨੇਡਾ ਹੁਣ ਮੈਨੂੰ ਕਈ ਵਾਰ ਫੋਨ ਆਉਂਦੇ ਆ ਹਨਾ ਮੈਨੂੰ ਇਹ ਫੋਨ ਆਉਂਦੇ ਆ ਭਾਜੀ ਕਿ ਭਾਜੀ ਸਪੇਨ ਕਿੱਦਾਂ ਆਉਣਾ ਏਦਾਂ ਓਕੇ ਜੀ ਇੱਥੇ ਕੀ ਕੁਛ ਆ
ਉਹਨਾਂ ਦਾ ਇਹ ਅਗਲਾ ਕੁਐਸਚਨ ਹੁੰਦਾ ਫਿਰ ਭਾਜੀ ਅੱਗੇ ਕੈਨੇਡਾ ਕਿੱਦਾਂ ਜਾਣਾ। ਉਹ ਮੈਂ ਕਹਿੰਦਾ ਮਨਾ ਯਾਰ ਵੀ ਤੁਸੀਂ ਇਹ ਕੀ ਵੀ ਇਹ ਵੀ ਤੁਸੀਂ ਹੁਣ ਇੰਗਲੈਂਡ ਦਾ ਵੀ ਉਹੀ ਕਰੇਜ ਹੁੰਦਾ ਨਾ ਇੰਗਲੈਂਡ ਜਾਣਾ। ਹੁਣ ਮੇਰੇ ਨਾਲ ਦੇ ਕੁਝ ਅਸੀਂ ਇਕੱਠੇ ਆਏ ਸੀ, ਮੈਂ ਹੁਣ ਇੰਡੀਆ ਜਦੋਂ ਦਾ ਮੈਂ ਪਹਿਲਾਂ ਤਾਂ ਮੇਰੇ ਕੋਲ ਵੀ ਨੀ 8 ਸਾਲ ਜਾ ਹੋਇਆ, ਉਹ ਮੇਰੀਆਂ ਮੇਰੀ ਮਾੜੀ ਕਿਸਮਤ ਕਹਿ ਲਓ ਜਾਂ ਕੁਛ ਜਾਂ ਮੇਰੇ ਮਾੜੇ ਡਿਸੀਜ਼ਨ ਕਹਿ ਲਓ, ਨਹੀਂ ਤੇ ਸਪੇਨ ਦੇ ਵਿੱਚ ਐਵਰੇਜ ਬੰਦਾ 4 ਸਾਲ ਦੇ ਵਿੱਚ ਵਿੱਚ ਪੱਕੇ ਜ਼ਰੂਰ ਹੋ ਜਾਂਦੇ ਆ। ਇਹਦੇ ਵੀ 3.5 ਸਾਲ ਲੱਗ ਗਿਆ ਸੀ, ਤੁਸੀਂ ਘਰੇ ਜਾ ਸਕਦੇ ਆ। ਹੁਣ ਇੰਗਲੈਂਡ ਜਦੋਂ ਤੁਸੀਂ ਗਿਆ 10 ਸਾਲ ਲਾ ਕੇ ਮੁੜ ਗਿਆ। ਹੁਣ ਮੇਰੇ ਨਾਲ ਦੇ ਕਈ ਉੱਥੇ ਉਹਨਾਂ ਨੂੰ 15-15 ਸਾਲ ਹੋ ਗਏ ਆ, ਉਹ ਨਹੀਂ ਮੁੜਿਆ ਗਿਆ, ਕਿਸੇ ਨੂੰ 16 ਹੋ ਗਏ, ਕਿਸੇ ਨੂੰ ਕਿੰਨਾ ਹੋ ਗਿਆ। ਮੈਂ ਮੇਰੇ ਨਾਲ 24-25 ਵਾਰੀ ਹੋਇਆ ਹੁਣ, ਤੋ ਠੀਕ ਵੀ ਆ, ਕੋਈ ਪੈਸੇ ਵੀ ਨੀ ਉਹਨਾਂ ਨੂੰ ਮਾੜੇ ਕਮਾਈ ਦੇ, ਸਾਰਾ ਕੁਛ ਹੋ ਜਾਂਦਾ ਵਾ। ਸੈਟਿੰਗ ਸਭ ਤੋਂ ਪਹਿਲਾਂ ਬੰਦੇ ਨੂੰ ਲੀਗਲ ਹੋਣਾ ਜ਼ਰੂਰੀ ਆ, ਕਿਹੜੀ ਕੰਟਰੀ ਦੇ ਵਿੱਚ। ਲੀਗਲ ਤਾਂ ਬਹੁਤ ਜੀ, ਬਹੁਤ ਜ਼ਰੂਰੀ ਆ, ਪਿੱਛੇ ਜਾਣਾ ਬਹੁਤ ਜ਼ਰੂਰੀ ਆ। ਬੰਦੇ ਦਾ ਇਕੱਲੇ ਰਹਿ ਰਹਿ ਕੇ ਡਿਪਰੈਸ਼ਨ ਤਾਂ ਆਉਣਾ ਹੀ ਆਉਣਾ। ਪੈਸਾ ਸਾਰਾ ਕੁਛ ਨੀ ਆ ਜੀ, ਪੈਸਾ ਹੀ ਪੈਸਾ ਬਸ, ਵੀ ਹੁਣ ਤੁਹਾਨੂੰ ਪਿੱਛੇ ਆਪਣੇ ਆਪਣਿਆਂ ਕੋਲੋਂ ਵੀ ਜਾਣਾ ਪੈਂਦਾ ਆ, ਤੇ ਤੁਹਾਨੂੰ 100 ਕੰਮ ਪੈ ਜਾਂਦਾ, ਖੁਸ਼ੀ ਆ, ਗਮੀ ਆ, ਬੰਦੇ ਨੂੰ ਫੀਲ ਆ ਜਾਂਦੀ ਜਿਹੜੀ ਕੰਟਰੀ ਪੈਸਾ ਵਾ ਨਾ, ਵੀ ਲੋਕੀ ਵਧੀਆ ਜਾਣੀ ਕਿ ਕਮਾਉਂਦੇ ਆ, ਪੈਸਾ ਮੰਗਿਆਈ ਵੀ ਆ। ਈਵਨ ਨਿਊਜ਼ੀਲੈਂਡ ਵੀ ਗਿਆ, ਨਿਊਜ਼ੀਲੈਂਡ ਤੇ ਤੁਹਾਡੇ ਨਾਲੋਂ ਵੀ ਜ਼ਿਆਦੀ ਆ, ਤੇ ਹੁਣ ਵਧੀਆ ਕੰਟਰੀ ਆ। ਪਰ ਜਿਹੜਾ ਹੁਣ ਕੈਨੇਡਾ ਦਾ ਸਟੇਟਸ, ਅਮਰੀਕਾ ਦਾ ਸਟੇਟਸ, ਗੱਲ ਕੀ ਹੈ, ਲੋਕੀ ਇੱਕ ਦੂਜੇ ਨੂੰ ਬਸ ਦਿਖਾਉਣ ਵਾਸਤੇ ਇੱਦਾਂ ਦੇ ਬਹੁਤ ਮੈਸੇਜ ਆਉਂਦੇ ਆ, ਭਾਜੀ ਮੇਰੀ ਹੈਲਪ ਕਰ ਦਿਓ, ਮੇਰੇ ਚਾਚੇ ਦਾ ਮੁੰਡਾ ਚਲਾ ਗਿਆ ਵਾ, ਮੈਂ ਵੀ ਜਾ ਕੇ ਵਿਖਾਉਣਾ ਕੈਨੇਡਾ, ਸਾਡੇ ਰਿਸ਼ਤੇਦਾਰਾਂ ਨੇ ਸਾਨੂੰ। ਇੱਕ ਦਿਨ ਇੱਕ ਰਿਸ਼ਤੇਦਾਰ ਕਹਿੰਦਾ, ਇੱਕ ਦਿਨ ਮੁੰਡੇ ਦਾ ਆਇਆ ਮੈਸੇਜ, ਕਹਿੰਦਾ ਭਾਜੀ ਸਾਡੇ ਇੱਕ ਰਿਸ਼ਤੇਦਾਰ ਨੇ ਸਾਨੂੰ ਇਹ ਤਾਨਾ ਮਾਰਿਆ, ਤੁਸੀਂ ਇਹ ਕਦੀ ਜਾ ਨੀ ਸਕਦੇ, ਤੇ ਮੈਂ ਇਹ ਜਾ ਕੇ ਵਿਖਾਉਣਾ। ਮੈਂ ਕਿਹਾ ਉਹ ਭਰਾਵਾ ਤੈਨੂੰ ਭਾਵੇਂ ਪੱਟਣ ਹੀ ਡਿਆ ਹੋਵੇ ਵੀ ਮੈਂ ਇੱਥੇ ਮਰਨ ਡਿਆ, ਇਹ ਗੱਲ ਇੰਡੀਆ ਸੁਖੀ, ਇਹ ਵੀ ਆ ਕੇ ਮਰਨ ਇੱਥੇ ਆ। ਮੈਂ ਕਿਹਾ ਤੂੰ ਕੱਲ ਹੀ ਇਹਦੀਆਂ ਗੱਲਾਂ ਚ ਆਉਣ ਡਿਆ, ਤੂੰ ਇਹ ਵੇਖ ਵੀ ਤੂੰ ਕਿੱਥੇ ਜਾ ਸਕਦਾ ਵਾ, ਤੇਰੇ ਵਾਸਤੇ ਕਿਹੜੀ ਕੰਟਰੀ ਵਧੀਆ। ਮੇਰੇ ਤਾਂ ਭਾਜੀ ਆਪਣੇ ਘਰ ਦੀ ਐਗਜ਼ਾਮਪਲ ਹੈ, ਮੇਰੀ ਮਾਸੀ ਨੂੰ 36 ਸਾਲ ਹੋ ਗਏ ਕੈਨੇਡਾ ਦੇ ਵਿੱਚ, ਮੇਰੇ ਬ੍ਰਦਰ ਨੂੰ ਮੇਰੇ ਖਿਆਲ 30 ਸਾਲ ਤੋਂ ਉੱਤੇ ਹੋ ਗਏ ਹੋਣੇ ਆ, ਤੇ ਮੈਂ ਆਪ ਆਸਟ੍ਰੇਲੀਆ ਆਇਆ ਵਾ, ਕਿਉਂਕਿ ਉਹਨਾਂ ਨੇ ਹੱਥ ਪੱਲਾ ਨੀ ਫੜਾਇਆ ਮੈਨੂੰ, ਫਿਰ ਮੈਂ ਚਲੋ ਆਪਣਾ ਰਾਹ ਲੱਭ ਲੈਂਦੇ ਹੁਣ ਪਟਿਆਲੇ ਤੋਂ ਲਾਗੇ। ਸਵਾਲ ਕੀ ਬਾਈ ਸਾਬੀ, ਸਤਿ ਸ੍ਰੀ ਅਕਾਲ ਵੀਰੇ, ਹੋਰ ਕੀ ਹਾਲ ਹੈ ਵੀਰੇ? ਆਪਾਂ ਕੰਪੇਅਰ ਨੀ ਕਰਦੇ ਦੋਨਾਂ ਨੂੰ, ਦੇਖੋ ਠੀਕ ਹੈ ਨਾ, ਤੁਹਾਡਾ ਆਪਣਾ ਸਰਕਲ, ਸਪੇਸ ਦਾ ਸਰਕਲ ਵਧੀਆ ਆ, ਇਹਨਾਂ ਦਾ ਆਪਣਾ ਵਧੀਆ ਆ। ਤੁਸੀਂ ਨੇਚਰ ਵਾਈਜ਼ ਪਾਉਂਦੇ ਹੋ, ਬਹੁਤ ਵਧੀਆ ਲੱਗਦਾ ਆ ਸਪੇਨ ਦਾ ਜੋ ਵੀ ਤੁਸੀਂ ਪਾਉਂਦੇ ਹੋ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਯਾਰ ਵੀ ਇੰਡੀਆ ਠੀਕ ਆ ਬਈ, ਆਪਾਂ ਪਰੇਸ਼ਾਨ ਨੀ ਹੈ ਇੰਡੀਆ 'ਚ, ਇੰਡੀਆ 'ਚ ਬਸ ਸਿਸਟਮ ਮਾੜਾ ਆ ਤੁਹਾਡਾ, ਬਈ ਇਹ ਜੇ ਸਹੀ ਹੋ ਜਾਵੇ ਸਾਨੂੰ ਬਾਹਰ ਬੂਹਰ ਦੀ ਲੋੜ ਹੀ ਨੀ ਹੈ, ਆਪਾਂ ਨੂੰ ਕੋਈ ਜ਼ਰੂਰਤ ਹੀ ਨੀ ਹੈਗੀ ਬਾਹਰ ਦੀ, ਆਪਾਂ ਉਹੀ ਕਹਿ ਦਈਏ ਤੇ ਵੀ ਆਪਾਂ ਨੂੰ ਇਨਕਲੂਡਿੰਗ ਸਾਡਾ ਪਿੰਡ। ਮੈਂ ਦੱਸ ਦਿੰਦਾ ਕਿ ਹਰੇਕ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਵਧੀਆ ਬਣੇ ਹੋਣਗੇ, ਸਾਡਾ ਪਿੰਡ ਬਹੁਤ ਵੱਡਾ, ਪਾਰਕ ਕਿਸੇ ਪਿੰਡ 'ਚ ਕੋਈ ਨੀ ਹੋਊਗੀ। ਮੈਂ ਆਪਣੇ ਪਿੰਡ ਗੱਲ ਕੀਤੀ, ਮੈਂ ਕਿਹਾ ਯਾਰ ਵੀ ਤੁਸੀਂ ਸ਼ਮਸ਼ਾਨ ਘਾਟ ਹੀ ਕੱਲ ਹੀ ਬਣਾਈ ਜਾਂਦੇ ਰਹਿੰਦੇ, ਫੁੱਲ ਇੱਥੇ ਹੀ ਲਾਈ ਜਾਂਦੇ ਰਹਿੰਦੇ ਆ, ਵੀ ਫਿਰ ਅਗਲਿਆਂ ਦਾ ਇਹ ਅੱਗੇ ਹੋ ਜਾਂਦਾ ਵਾ ਯਾਰ, ਜਦੋਂ ਕੋਈ ਮਰਗ ਹੁੰਦੀ ਹੈ, ਦੂਰੋਂ ਦੂਰੋਂ ਰਿਸ਼ਤੇਦਾਰ ਆਉਂਦੇ ਆ, ਤੇ ਪਿੰਡ ਦੀ ਬੇਇੱਜ਼ਤੀ ਹੁੰਦੀ, ਵੇਖ ਉਹਦੇ ਵਿੱਚ ਵੀ ਅਸੀਂ ਇਹ ਸੋਚੀਦਾ ਵੀ ਦੂਰ ਦੇ ਲੋਕ ਕੀ ਕਹਿਣਗੇ। ਅਸੀਂ ਇਹ ਨੀ ਵੀ ਜਿਹੜੇ ਪਿੰਡ 'ਚ ਅਸੀਂ ਵੱਸਣ ਡਏ ਹਾਂ ਉਹੜੇ ਪਿੰਡ, ਅਸੀਂ ਜ਼ਿੰਦਗੀ ਜਿੱਥੇ ਜੀਣੀ ਉਹੜੇ ਪਿੰਡ ਨੂੰ ਸੋਹਣਾ ਬਣਾ ਲਈਏ ਨਾ, ਮਰੇ ਤੇ ਵੀ ਅਸੀਂ ਇਹ ਵਿਖਾਉਣਾ ਵੀ ਦੂਸਰੇ ਕੀ ਲੋਕ ਕਹਿਣਗੇ, ਵੀ ਲਾਗਲੇ ਪਿੰਡ ਵਾਲੇ ਪਿੰਡ ਦੀ ਬੇਇੱਜ਼ਤੀ ਕਰਨਗੇ। ਪਿੰਡ 'ਚ ਕੋਈ, ਸਾਡੇ ਪਿੰਡ 'ਚ ਕੋਈ ਪਾਰਕ ਨਹੀਂ ਹੈਗੀ, ਬਹੁਤਿਆਂ ਪਿੰਡਾਂ 'ਚ ਕੋਈ ਪਾਰਕ ਨਹੀਂ ਨੱਬੇ, ਪਰ ਸਿਵਿਆਂ ਦੇ ਜ਼ੋਰ ਸਾਰਿਆਂ ਦਾ ਹੋਊਗਾ, ਤੇ ਫਿਰ ਅਸੀਂ ਕਹਿੰਦੇ ਰਹਿੰਦੇ ਸਿਸਟਮ ਗੰਦਾ ਵਾ। ਬੜੀ ਖੁਸ਼ੀ ਹੁੰਦੀ ਆ, ਮਜ਼ਾਕ ਨੀ, ਬੱਚੇ ਆ ਮੇਰੇ ਕੋਲ, 2 ਬੱਚੇ ਆ ਮੇਰੀ ਕੁੜੀ ਆ ਮੇਰੇ ਕੋਲ, ਤੇ ਜਦੋਂ ਵੀ ਯਾਨੀ ਕਿ ਟਾਈਮ ਮਿਲਦਾ ਮੈਂ ਸਾਈਡ 'ਚ ਫੋਨ ਲਾ ਕੇ, ਹੈਡਫੋਨ ਲਾ ਕੇ ਕੰਨਾਂ 'ਚ,
ਨੀਂਦ ਵੀ ਵਧੀਆ ਜਾਂਦੀ ਹੈ, ਘਰਦਿਆਂ ਨੂੰ ਵੀ ਟਾਈਮ ਦੇਣਾ ਪੈਂਦਾ, ਠੀਕ ਹੈ ਨਾ, ਟਾਈਮ ਲੱਗਦਾ ਹੀ ਆ, ਹੁਣ ਤਾਂ ਲਾਕਡਾਊਨ ਚੱਲਦਾ, ਪਰ ਆਪਾਂ ਦਿਨ ਰਾਤ ਇੱਕ ਕਰੀ ਗਏ ਵੀ ਚਲੋ ਸੁਣ ਹੀ ਜਾਂਦਾ, ਥੋੜੀ ਗੱਲਾਂ ਜਿਹੜੀਆਂ ਤੁਹਾਡੀ ਵਧੀਆ ਆ ਉਹ ਕੰਨਾਂ ਚ ਪਈ ਜਾਂਦੀਆਂ ਆ, ਉਹੀ ਕਸਟਮਰ ਨੂੰ ਦੱਸ ਦਿੰਦੇ ਆ, ਹੁਣ ਵੀ ਸੁਣਦੇ ਹੋਣੇ ਮੇਰੇ ਦੋਸਤ ਆ, ਮੇਰੇ ਕਸਟਮਰ ਜਿਹੜੇ ਹੈਗੇ ਆ, ਜਾਂ ਤੁਹਾਡੇ ਲਾ ਲਓ ਜੋ ਵੀ ਆ, ਵਰਲਡ ਵਾਈਡ ਚੱਲ ਰਿਹਾ ਤੁਹਾਡਾ ਕੰਮ ਦਾ ਹੁਣ, ਇਹ ਖੁਸ਼ੀ ਬੜੀ ਹੁੰਦੀ ਆ, ਕਹਿਣ ਦਾ ਭਾਵ ਇਹ ਆ, ਲਗੇ ਰਹੋ ਬਈ। ਥੈਂਕ ਯੂ ਭਰਾ ਮੇਰਾ, ਬਹੁਤ ਵਧੀਆ ਲੱਗਾ ਗੱਲ ਕਰਕੇ, ਇਦਾਂ ਹੀ ਗਾਂਧੀ ਗਾਂ ਪ੍ਰਮੋਟ ਕਰੀ, ਚਲੋ ਸ਼ੁਕਰੀਆ ਵੀਰ ਮੇਰਾ, ਕੋਈ ਘਾਟ ਨਹੀਂ ਹੈ, ਕੋਈ ਗੱਲ ਨਹੀਂ, ਓਕੇ ਥੈਂਕ ਯੂ ਵੀਰੇ, ਥੈਂਕ ਯੂ। ਹੈਲੋ ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੀ ਕਰਦੇ ਹੋਨੇ? ਸਤਿ ਸ੍ਰੀ ਅਕਾਲ ਭਾਈ, ਮੈਂ ਮਨਦੀਪ ਬੋਲਦਾ ਜੀ, ਗਰੀਸ ਤੋਂ ਜੀ। ਹਾਂਜੀ ਪੁੱਛੋ ਭਾਜੀ। ਭਾਜੀ ਮੈਂ ਪੁੱਛਣਾ ਹੈਗਾ ਭਾਜੀ, ਜਿੱਦਾਂ ਇੱਕ ਸਵਾਲ ਸੀਗਾ ਮੇਰੇ ਤੋਂ ਜੀ, ਭਾਜੀ ਜਿਹੜੇ ਆਪਣੇ ਯੂਰਪ ਤੋਂ ਬੰਦੇ ਇੰਡੀਆ ਜਾਂਦੇ ਆ, ਇਹਨਾਂ ਨੂੰ ਦਿੱਲੀ ਵਾਲਾ ਚੈੱਕ ਪਾ ਕੇ ਭੇਜ ਦਿੰਦੇ ਕਰੋਨਾ ਦਾ, ਪਰ ਫਿਰ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਕਾਹਦੋਂ ਦੱਸ ਦਿੰਦੇ ਰੱਖਿਆ ਜਾ ਰਿਹਾ, ਕੁਛ ਪਤਾ ਭਾਜੀ ਇਹਦੇ ਬਾਰੇ? ਆਪ ਹੋਟਲ ਚ ਰਹਿ ਲੈਣੇ ਆ, ਉਹਨਾਂ ਨੇ ਪੰਜਾਬ ਜਾ ਕੇ ਹੋਟਲ ਚ ਵਿੱਚ ਕੁਆਰੰਟਾਈਨ ਰਹੇ ਸੀ, ਖੁਦ ਉਹ 10 ਦਿਨ ਰਹਿ ਕੇ ਦੇ ਬਾਅਦ ਦੇ ਵਿੱਚ ਘਰੇ ਚਲੇ ਗਏ ਸੀ। ਹਾਂ ਨਹੀਂ ਭਾਜੀ ਮੇਰਾ ਇਹ ਚੱਕਰ ਆ ਭਾਜੀ, ਦੇਖੋ ਇੱਥੋਂ ਜਦੋਂ ਗਰੀਸ ਤੋਂ ਇਹਨਾਂ ਨੇ ਭੇਜਿਆ, ਪੂਰਾ ਚੈੱਕਅਪ ਕਰਕੇ ਭੇਜਿਆ, ਠੀਕ ਹੈ ਜੀ, ਗਾਂ ਦਿੱਲੀ ਵੀ ਚੈੱਕਅਪ ਕਰਕੇ ਬਾਹਰ ਕੱਢਿਆ, ਪਰ ਫੇਰ ਵੀ ਉਹਨਾਂ ਨੂੰ 8-8 ਦਿਨ ਦਾ ਦਿੰਦਾ। ਨਹੀਂ ਨਹੀਂ ਭਾਜੀ ਉਹ ਭਾਜੀ ਗਲਤ ਨਹੀਂ ਗਾ, ਉਹ ਸਹੀ ਹੈ, ਮੈਂ ਤੁਹਾਨੂੰ ਦੱਸਦਾ ਨਾ, ਕਿਉਂਕਿ ਜਿਹੜੇ ਸਿੰਪਟਮਸ ਆ ਨਾ ਜਦੋਂ ਤੁਹਾਨੂੰ ਕਰੋਨਾ ਹੋ ਗਿਆ, ਉਹਦੇ 4-5 ਦਿਨ ਹੋ ਸਕਦਾ, ਹਫ਼ਤਾ ਆਉਂਦੇ ਹੀ ਨੀ, ਲੱਛਣ ਹੀ ਨੀ ਆਉਂਦੇ, ਨਾ ਤੁਹਾਨੂੰ ਬੁਖਾਰ ਹੋ ਸਕਦਾ ਤੁਹਾਨੂੰ ਕਰੋਨਾ ਹੈ ਵੀ ਆ, ਤੁਹਾਡਾ ਟੈਂਪਰੇਚਰ ਵੀ ਹਾਈ ਨੀ ਗਾ, ਤੁਹਾਨੂੰ ਖੰਘ, ਉਹੋ ਜਿਹੇ ਕੋਈ ਲੱਛਣ ਵੀ ਨੀ, ਕਈ ਵਾਰੀ ਲੱਛਣ ਉਹਦੇ ਬਾਅਦ ਚ ਉਜਾਗਰ ਹੁੰਦੇ ਆ, ਇਸ ਕਰਕੇ ਉਹ ਚਾਹੁੰਦੇ ਆ ਵੀ ਜਦੋਂ ਤੁਸੀਂ ਆ ਵੀ ਗਏ ਤਾਂ ਵੀ ਹਫ਼ਤਾ 10 ਦਿਨ ਉੱਥੇ ਰੁਕੋ, ਵੀ ਉਹਦੇ ਵਿੱਚ ਪਤਾ ਲੱਗ ਜਾਂਦਾ ਵੀ ਹੁਣ ਜੇ 10-15 ਦਿਨਾਂ ਦੇ ਵਿੱਚ ਤੁਹਾਡੇ ਕੋਈ ਲੱਛਣ ਦਿਸਣ ਲੱਗ ਪਏ, ਫਿਰ ਉਹਨਾਂ ਨੇ ਵੀ ਤੁਹਾਨੂੰ ਆ ਵੀ ਪਤਾ ਲੱਗਣਾ ਵੀ ਮੈਨੂੰ ਕੋਈ ਗੜਬੜ ਹੈਗੀ ਹੈ, ਜੇ ਨਹੀਂ ਹੈਗਾ ਫਿਰ ਗਾਂਹ ਜਾਣ ਦਿੰਦੇ। ਹਾਂਜੀ ਇਸ ਕਰਕੇ ਭਾਜੀ ਵੀ ਇੰਸਟੈਂਟਲੀ ਨਹੀਂ ਇਹਦਾ ਪਤਾ ਲੱਗਦਾ, ਜਾਂ ਫਿਰ ਜਾਂ ਤਾਂ ਉੱਥੇ ਟੈਸਟ ਕਰਾਇਆ ਜਾਵੇ, ਟੈਸਟ ਜਿਹੜਾ ਉਹਦੇ ਜੇ ਪਤਾ ਲੱਗ ਸਕਦਾ। ਹਾਂਜੀ ਆਪਣਾ ਸਿਸਟਮ ਜਿੱਦਾਂ ਅੱਗੇ ਗੱਲ ਕਰਨ ਡੇ ਵੀ ਕਰਪਸ਼ਨ ਆ ਨਾ, ਵੀ ਉਹ ਭਾਲਦੇ ਹੋਣਗੇ ਕੋਈ 500,000 ਕੋਈ ਬੰਦਾ ਕੋਈ ਸੇਵਾ ਪਾਣੀ ਹਜ਼ਾਰ ਏਦਾਂ ਦਾ ਸਮਥਿੰਗ, ਤੇ ਖੱਜਲ ਉਹ ਸਾਡੇ ਇੱਥੇ ਮੁੰਡਾ ਗਿਆ ਵਾ, ਉਹਦਾ ਮੈਂ ਹੁਣ ਪਤਾ ਨੀ, ਗੱਲ ਨੀ ਹੋਈ ਜਦੋਂ ਗਿਆ ਸੀ, ਹੁਣ ਘਰੇ ਤੇ ਚਲਾ ਗਿਆ ਸੀ, ਮੈਨੂੰ ਮੈਂ ਨੀ ਉਹਨੇ ਨਾ ਪੁੱਛਿਆ ਵੀ ਇਹਨੂੰ ਪਾਸਵਰਡ ਮਿਲ ਗਿਆ ਕਿ ਨਹੀਂ, ਇਹ ਨੀ ਹੁਣ ਪਤਾ। ਹਾਂਜੀ ਹਾਂਜੀ ਉਹੀ ਭਾਜੀ, ਸਾਡੇ ਨਾਲ ਗਏ ਆ, ਮੇਰੀ ਮਾਸੀ ਦੇ ਨਾ ਸੱਸ ਗਏ ਆ, ਉਹਨਾਂ ਦਾ ਵਿਚਾਰੀਆਂ ਦਾ 10 ਦਿਨ ਵਿਚਾਰੀ ਰੱਖਿਆ ਲਵਣੀ ਉੱਥੇ ਜੀ, ਤੇ ਚੈੱਕਅਪ ਹੁੰਦਾ ਰਿਹਾ, ਪਰ ਹਾਂਜੀ ਪਰ ਡੇ 1,000 ਰੁਪਇਆ ਲੈ ਗਿਆ, ਚਲੋ ਜੀ ਫਿਰ ਕਹਿੰਦੇ ਹਫ਼ਤਾ ਘਰੇ ਰਹਿਣਾ ਰਹੇ, ਉਸ ਤੋਂ ਬਾਅਦ ਹੁਣ ਉਹ ਮੈਨੂੰ ਦਾ 15 ਮੈਡੀਕਲ ਨਾਲ ਲਿੱਤਾ, ਉਹ ਮੰਨਦੇ ਨੀ, ਕਹਿੰਦੇ ਪੈਸੇ ਦੇ ਕੇ ਬਣਾਇਆ, ਮੈਂ ਕਹਿੰਦਾ ਯੂਰਪ ਦਾ ਪੈਸੇ ਦੇ ਕੇ ਬਣਦਾ ਨੀ ਬਾਜੀ ਕਿਤੇ ਯਾਰ, ਇੱਥੇ ਅੰਦਰ ਥੋੜਾ ਹੋਣਾ, ਇੰਡੀਆ ਬਣਦਾ ਨੀ, ਤੁਹਾਡੇ ਨਾਲ ਸਭੀ ਬਾਜੀ ਸਤਿ ਸ੍ਰੀ ਅਕਾਲ, ਸਭੀ ਬਾਜੀ ਸਤਿ ਸ੍ਰੀ ਅਕਾਲ ਜੀ, ਹਾਂ ਵੱਡੇ ਬਾਜੀ ਤੁਹਾਡੇ ਫੈਨ ਆਪਾਂ ਦੋਨਾਂ ਵੀਰਾਂ ਦੇ, ਪਹਿਲਾਂ ਮੈਂ ਸੋਚਿਆ ਤੁਹਾਨੂੰ ਰੀਅਲ ਬ੍ਰਦਰ, ਹੁਣ ਪਤਾ ਲੱਗਾ ਬਾਈ ਨਰੂਰ ਤੋਂ, ਤੇ ਬਾਈ ਦਾ ਪਿੰਡ ਤਲਵੰਡੀ ਚੌਧਰੀਆਂ ਸ਼ਹਿਰ ਨੂੰ ਲੱਗਿਆ ਸੀ ਪਤਾ ਲਾਗੇ ਬੰਨੇ ਸ਼ਹਿਰ, ਚੀਜ਼ਾਂ ਚ ਮੇਰਾ ਲਾਸਟ ਵੀਰ ਬਾਈ ਗਿਆ ਸੀ, ਉਹ ਸਰਬੀਆ ਗਿਆ ਸੀ ਤੁਹਾਡੇ ਕਹਿਣ ਤੇ ਹੀ, ਤੇ ਸਰਬੀਆ ਤੋਂ ਬਾਅਦ ਜੋ ਖੱਜਲ ਤਾਂ ਹੋਇਆ ਵਾਕਈ ਤੁਹਾਡੀ ਗੱਲ, ਪਿਛਲੇ ਅਕਤੂਬਰ ਚ ਗਿਆ ਸੀ ਤਾਂ ਹੁਣ ਹੀ ਜਾ ਕੇ ਲਾਕਡਾਊਨ ਦੇ ਬਿਟਵੀਨ ਹੀ ਨਿਕਲਿਆ, ਉਹ ਕਰੋਸ਼ੀਆ ਵਾਲ ਤੇ ਹੋ ਕੇ ਜਰਮਨ ਥਾਈ ਨਿਕਲਿਆ, ਇੰਗਲੈਂਡ ਯੂਕੇ ਚਲਾ ਗਿਆ ਉਹ ਤੇ ਜੀ ਜੀ ਉੱਥੇ ਦਿੱਕਤ ਬਾਈ ਨੂੰ ਇਹ ਆਈ ਕਿ ਉਹ 6 ਮਹੀਨੇ ਖੜਨਾ ਪਿਆ, ਲਾਕਡਾਊਨ ਹੋ ਗਿਆ ਹਨਾ ਇਹਦੇ ਬਿਟਵੀਨ ਹੀ, ਤੇ ਫਿਰ ਇਹ ਗੱਲ ਹੋਈ ਕਿ ਉੱਥੇ ਦਿੱਕਤ ਤਾਂ ਵਾਕਈ ਅੱਜ ਕੱਲ੍ਹ ਬਹੁਤ ਜ਼ਿਆਦਾ ਆਉਂਦੀ ਆ, ਵੀ ਨਾ ਰੋਮਾਨੀ ਵੱਲੋਂ ਨਿਕਲਿਆ ਜਾਂਦਾ ਵਾ, ਵਾਇਆ ਫਿਰ ਉਹ
ਬਥੇਰੀ ਟਰਾਈਆਂ ਕੀਤੀਆਂ ਉਹਨੇ ਵਾਇਆ ਰੋਮਾਨੀਆ ਨਹੀਂ ਨਿਕਲਿਆ ਗਦੁਰ ਦੀ, ਉਧਰ ਫੋਨ ਫਾਨ ਤੋੜ ਦਿੰਦੇ ਫੜ ਕੇ ਖੋ ਕੇ ਬੱਚਿਆਂ ਦੇ, ਹਾਂ ਫੋਨ ਭੰਨ ਦਿੰਦੇ ਆ। ਉਸ ਤੋਂ ਬਾਅਦ ਜੇ ਹੁਣ ਇੱਕ ਹੋਰ ਤੁਹਾਨੂੰ ਸੁਜੈਸਟ ਕਰਦਾ ਸੀ ਰੇਡੀਓ ਉੱਤੇ, ਬਸ ਸਾਰੇ ਵੀਰ ਜੁੜੇ ਹੋਏ ਆ, ਕਿ ਜਿਵੇਂ ਬੱਚੇ ਨੇ ਜਿਵੇਂ ਜਾਣਾ ਹੈ ਨਾ ਔਨ ਅਰਾਈਵਲ ਜਾਣਾ ਕਿਤੇ ਆਪਾਂ, ਉੱਥੇ ਨਾਲ ਬੱਚਾ ਇੱਕ ਇਹੋ ਜਿਹਾ ਬੰਦਾ ਨਾਲ ਲੈ ਕੇ ਜਾਵੇ ਜਿਹਨੇ ਪਹਿਲਾਂ ਟਰੈਵਲ ਕੀਤਾ ਹੁੰਦਾ ਵਾ ਤੇ ਕੋਨਫੀਡੈਂਟ ਹੁੰਦਾ, ਉਹਨੂੰ ਇਮੀਗ੍ਰੇਸ਼ਨ ਕਲੀਅਰ ਕਰ ਲੈਂਦੇ ਬੰਦੇ ਉਹ ਨਾਲ ਐਡ ਆਨ ਹੋ ਕੇ ਜਾ ਸਕਦੇ ਆ। ਜੇ ਬੰਦਾ ਇਕੱਲਾ ਜਾਊਗਾ, ਜੇ ਆਪਾਂ ਸ਼ੈਨਿੰਗਨ ਦਾ ਵੀਜ਼ਾ ਵੀ ਆਪਾਂ ਲੈਂਦੇ ਹਾਂ ਨਾ, ਤੇ ਉਹਦੇ ਵਿੱਚ ਜਿਹੜੇ ਵੀਰ ਸੁਣਦੇ ਆਪਾਂ ਨੂੰ ਇਹ ਸੁਜੈਸਟ ਕਰਾਂਗੇ ਵੀ ਜੇ ਕੋਈ ਇਕੱਲਾ ਬੰਦਾ ਅਪਲਾਈ ਨਾ ਕਰੇ, ਨਾਲ ਤੁਸੀਂ ਇੱਕ ਜਾਂ ਦੋ ਬੰਦੇ ਟਰੈਵਲ ਨਾਲ ਜੋੜ ਕੇ ਤੁਸੀਂ ਵੀਜ਼ਾ ਕਢਵਾ ਸਕਦੇ ਆ, ਈਜ਼ੀ ਮਿਲ ਜਾਂਦਾ ਫਿਰ। ਤੇ ਜਿਹੜੀਆਂ ਬੈਂਕ ਸਟੇਟਮੈਂਟ ਵਗੈਰਾ ਹੈਗੀਆਂ ਨੇ ਉਹ ਸਾਰੇ ਵੀਰ ਇੱਥੇ ਏਜੰਟ ਕੀ ਕਰਦੇ ਆ ਕਿ ਕਾਪੀ ਪੇਸਟ ਕਰਕੇ ਬਣਾ ਦਿੰਦੇ ਆ ਤੇ ਬਾਅਦ ਚੋਂ ਪੈਸੇ ਲੈ ਜਾਂਦੇ 10,000-15,000, ਉਹ ਚੱਕਰਾਂ ਸਾਰੇ ਕਲੀਅਰ ਹੋ ਜਾਣ ਕਿ ਜਿਹੜੇ ਬੈਂਕ ਸਟੇਟਮੈਂਟ 200% ਵੈਰੀਫਾਈ ਹੁੰਦੀ ਹੈ ਬੈਂਕ ਤੋਂ, ਤੇ ਉਹ ਸਹੀ ਰਾਵੇ ਡਾਕੂਮੈਂਟਸ ਆਪਣੇ ਤੁਹਾਡੇ ਸਹੀ ਹੋਣੀ, ਜਿਹਦੇ 200% ਸਹੀ ਹੋਣ ਉਹਦੇ ਵਿੱਚ ਨਾ ਗਲਤੀ ਕਰਿਓ ਬੱਚਾ ਕੋਈ ਵੀ, ਕਿਉਂਕਿ ਫਿਰ ਫੇਕ ਡਾਕੂਮੈਂਟਸ ਜਿਹੜਾ ਰਿਫਿਊਜ਼ਲ ਡੈਫੀਨੇਟਲੀ ਆ ਜਾਂਦੀ ਆ। ਇਹ ਚੀਜ਼ਾਂ ਖਿਆਲ ਰੱਖਣ ਜ਼ਰੂਰ ਵੀਰ ਜੇ ਕੋਈ ਵੀਜ਼ਾ ਲਗਾਉਂਦਾ ਤਾਂ। ਤੇ ਜਿਹੜੇ ਵੈਸੇ ਇੱਕ ਤਾਂ ਚੀਜ਼ ਹੈਗੀ ਹੈ ਕਿ ਜਿਹੜੇ 50% ਤੁਹਾਡੀ ਰਿਫਿਊਜ਼ਲ ਆਉਂਦੀ ਲਗਭਗ ਲੱਗ ਜਾਂਦੀ ਹੈ ਵੀ ਤੁਸੀਂ ਟਰੈਵਲ ਨਹੀਂ ਕਰਿਆ ਪਹਿਲਾਂ ਫਰੈਸ਼ ਲਾ ਰਹੇ ਹੋ, ਉਹ 20,000 ਲੱਗਦਾ 25,000 ਲੱਗਦਾ ਇੰਡੀਆ ਤੋਂ, ਉਹ ਬੱਚੇ ਨਾ ਸਿੰਗਾਪੁਰ ਮਲੇਸ਼ੀਆ ਜਾ ਕੇ ਆ ਸਕਦੇ ਆ ਉਹਦੇ ਵੀਜ਼ਾ ਅਪਲਾਈ ਲਾ ਕੇ। ਇਹ ਜਿਹੜਾ ਥਾਈਲੈਂਡ ਹੈਗਾ 16-15,000 ਟਿਕਟ ਲੱਗਦੀ ਆ, ਹੋਸਟਲ ਚ ਰਹਿ ਕੇ ਉੱਥੇ ਬੰਦਾ 20,000 ਚ ਅਪ ਡਾਊਨ ਇੱਕ ਹਫ਼ਤਾ ਲਾ ਕੇ ਆ ਸਕਦਾ। ਮਲੇਸ਼ੀਆ ਨਿੱਕੀ ਨੀ ਏਸ਼ੀਅਨ ਕੰਟਰੀ ਹੈਗੀਆਂ, ਸਿੰਗਾਪੁਰ ਵੀ ਐਵੇਂ ਆ ਕਿ 25,000-2,000 ਦਾ ਵੀਜ਼ਾ ਲਾ ਕੇ ਤੁਸੀਂ ਹੋਸਟਲ ਚ ਰਹਿ ਕੇ ਉੱਥੇ ਤੇ ਤੁਸੀਂ ਲਗਭਗ 15,000 ਟਿਕਟ ਲੱਗਣੀ ਅਪ ਡਾਊਨ ਦੀ, ਕੁੱਲ ਮਿਲਾ ਕੇ 20,000-25,000 ਰੁਪਏ ਚ ਬੰਦਾ ਅਪ ਡਾਊਨ ਉੱਥੇ ਟਰੈਵਲ ਕਰ ਸਕਦਾ ਈਜ਼ਲੀ ਸਿੰਗਾਪੁਰ ਵੀ। ਰਵਾਇਤੀ ਕੰਟਰੀਆਂ ਜਿੱਥੇ ਆਪਣਾ ਵੀ ਇਹ ਹੁਣ ਕਹਿ ਲੋ ਵੀ ਉਹ ਜਿਵੇਂ ਆਪਣੇ ਕਹਿੰਦੇ ਆ ਵੀ ਵਿਆਹ ਤੋਂ ਪਹਿਲਾਂ ਸ਼ਗਨ ਆ ਤੇ ਸ਼ਗਨ ਤੋਂ ਬਾਅਦ ਕੰਗਣਾ ਖੇਡਣਾ ਵਾ, ਤੇ ਉਹਨਾਂ ਨੂੰ ਵੈਸੇ ਇਹਨਾਂ ਨੂੰ ਪਤਾ ਲੱਗ ਗਿਆ ਵਾ ਵੀ ਇਹ ਉਹ ਜਿਵੇਂ ਬਸ ਮਲੇਸ਼ੀਆ ਮਲੇਸ਼ੀਆ ਥਾਈਲੈਂਡ, ਮੈਂ ਕਿਹਾ ਇਹਨਾਂ ਨਾਲ ਬਹੁਤ ਕੰਟਰੀਆਂ ਜਿੱਥੇ ਆਪਾਂ ਜਾ ਸਕਦੇ ਹਾਂ ਇੰਡੀਅਨ ਪਾਸਪੋਰਟ ਤੇ, ਥੋੜੀ ਜਿਹੀਆਂ ਤੁਸੀਂ ਆਊਟ ਜੀ ਕੰਟਰੀਆਂ ਘੁੰਮੋਗੇ ਨਾ ਤੇ ਤੁਸੀਂ ਇੱਕ ਤਾਂ ਤੁਹਾਡੀ ਫਾਈਲ ਥੋੜੀ ਜਿਹੀ ਵੱਖਰੀ ਹੋ ਜਾਂਦੀ ਤੇ ਲੱਗਦਾ ਵੀ ਜੈਨੂਇਨ ਜਿਹਾ ਬੰਦਾ ਖੁਦ ਘੁੰਮਿਆ। ਸਹੀ ਭਾਈ ਸਹੀ ਜਾਣਾ ਚਾਹੁੰਦਾ ਮੈਂ ਕੰਬੋਡੀਆ ਜਾਣਾ ਚਾਹੁੰਦਾ, ਕੰਬੋਡੀਆ ਬਹੁਤ ਸੋਹਣੀ ਆ ਮੈਨੂੰ ਜੋ ਕੁਛ ਮੈਂ ਵੇਖਿਆ ਵੀ ਉੱਥੇ ਵੀ ਵੀਅਤਨਾਮ ਬਹੁਤ ਸੋਹਣੀਆਂ ਕੰਟਰੀਆਂ ਬਹੁਤ ਸਸਤੀਆਂ ਕੰਟਰੀਆਂ ਉਹ, ਮੈਂ ਇੱਕ ਦਿਨ ਸਰਚ ਕਰਨ ਡਿਆ ਸੀ ਵੀ ਹੋਟਲ ਵਗੈਰਾ ਸਾਰਾ ਕੁਛ ਬਹੁਤ ਸਸਤੀਆਂ ਸਸਤੀਆਂ ਵੀ ਬਹੁਤ ਭਾਈ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਜੀ, ਵੀਅਤਨਾਮ ਬਹੁਤ ਸਸਤੀ ਆ। ਹਾਂ ਸਿੰਪਲ ਇੱਕ ਕਰੀ ਮੈਂ ਦੱਸਿਆ ਵੀ ਸਕਾਈ ਸਕੈਨਰ ਯੂਜ਼ ਕਰ ਲਓ ਟਿਕਟਾਂ ਵਾਸਤੇ, booking.com ਜਾਂ Airbnb ਉਹ ਕੀ ਆ ਜਿਹੜਾ ਉਹ ਜਿਹੜਾ ਚਲੋ ਹਾਂ ਠੀਕ ਆ ਭਾਜੀ, ਅਗਲਿਆਂ ਦੇ ਵੀਰ www.indireadio.ca ਤੇ ਜਾਓ, ਉੱਥੇ ਜਦੋਂ ਤੁਸੀਂ ਜਾਓਗੇ ਵੈਬਸਾਈਟ ਤੇ ਉੱਥੇ ਸਕਾਈਪ ਲਿਖਿਆ ਹੋਣਾ ਉੱਤੇ ਕਲਿੱਕ ਕਰੋ ਤੇ ਕਾਲ ਕਰ ਲਓ, ਈਜ਼ੀ ਜਿਹਾ ਕੰਮ ਆ। ਤੇ ਹਾਂਜੀ ਭਾਜੀ ਕਿੱਥੋਂ ਬੋਲਦੇ ਤੇ ਕੀ ਕਹਿਣਾ ਚਾਹੁੰਦੇ? ਹਾਂਜੀ ਭਾਜੀ ਸਤਿ ਸ੍ਰੀ ਅਕਾਲ, ਜੰਮੂ ਕਸ਼ਮੀਰ ਤੋਂ ਸੰਦੀਪ ਕੁਮਾਰ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਸਵਾਲ ਤੁਹਾਡਾ? ਭਾਜੀ ਮੇਰਾ ਸਵਾਲ ਇਹ ਹੈ ਕਿ ਜਿੱਦਾਂ ਕਿ ਹੁਣ ਤੁਸੀਂ ਦੱਸਿਆ ਕੱਲ ਜੌਬ ਦੇ ਬਾਰੇ ਦੱਸਿਆ ਨਾ, ਕੁੱਕ ਦੀ ਜੌਬ ਵੀ ਹੈ। ਹਾਂਜੀ ਤੇ ਭਾਜੀ ਕੁੱਕ ਦੀ ਜੌਬ ਮਤਲਬ ਮੈਂ ਕੁੱਕ ਦਾ ਹੀ ਕੰਮ ਕਰਨਾ ਵਾ। ਹਾਂਜੀ ਤੇ ਕੁੱਕ ਦੀ ਜੌਬ ਵਾਸਤੇ ਮਤਲਬ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ? ਕਿੱਥੇ ਲਈ ਭਾਜੀ? ਇੰਡੀਆ ਤੋਂ ਉਹਨਾਂ ਦਾ ਕਹਿਣਾ ਮਤਲਬ ਇੰਡੀਆ ਤੋਂ ਕੈਨੇਡਾ ਨਾ? ਨਹੀਂ ਨਹੀਂ ਇੰਡੀਆ ਤੋਂ ਕੈਨੇਡਾ, ਉਹਨਾਂ ਨੇ ਕੈਨੇਡਾ ਤੋਂ ਹੀ। ਮੈਨੂੰ ਮੈਸੇਜ ਕਰ ਦਿਓ ਪੇਜ ਤੇ, ਮੈਂ ਤੁਹਾਨੂੰ ਵੈਬਸਾਈਟ ਦੇ ਦੂੰਗਾ ਤੇ ਉੱਤੇ ਦੇਖ ਲਿਓ ਤੁਸੀਂ ਮਤਲਬ ਕਿਹੜੇ ਕਿਹੜੇ ਡਾਕੂਮੈਂਟ, ਉੱਤੇ ਸਾਰਾ ਕੁਝ ਲਿਖਿਆ ਹੁੰਦਾ। ਨਹੀਂ ਨਹੀਂ ਜਰਮਨੀ ਨਹੀਂ ਦੀ ਕੱਲ ਤੁਸੀਂ ਪਾਈ ਕੇ 50,000 ਜੌਬ ਨਿਕਲੇ ਨੇ। ਹਾਂਜੀ ਹਾਂਜੀ ਚਲੋ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਨੂੰ ਜਰਮਨ ਦੀ ਵੈਬਸਾਈਟ ਦਾ ਵੀ ਦੇ ਦੂੰ ਤੇ ਉੱਤੇ ਤੁਸੀਂ ਦੇਖ ਸਕਦੇ ਆ ਕਿਹੜੇ ਕਿਹੜੇ ਚਾਹੀਦੇ ਆ। ਤੇ ਭਾਜੀ ਇੱਕ ਨਾਲ ਤੱਥ ਕੱਢੋ ਇੱਕ ਚੀਜ਼ ਦਾ ਕਿ ਜਿੱਦਾਂ ਕਿ ਡ੍ਰੀਮ 11 ਹੈ ਨਾ, ਡ੍ਰੀਮ 11 ਹਾਂਜੀ
ਡ੍ਰੀਮ 11 ਦੇ ਬਾਰੇ ਤੁਸੀਂ ਸੁਣਿਆ ਹੀ ਹੋਣਾ, ਧੋਨੀ ਦਿੰਦਾ ਮਸ਼ਹੂਰੀ। ਹਾਂਜੀ ਹਾਂਜੀ ਡ੍ਰੀਮ 11 ਹਾਂਜੀ ਭਾਜੀ, ਉਹਦੇ ਤੱਥ ਕੱਢੋ ਕੀ ਚੀਜ਼ ਹੈ, ਕਿਉਂਕਿ ਉਹਦੇ ਵਿੱਚ ਬਹੁਤ ਵੱਡੀ ਰਕਮ, ਮੈਂ ਘੱਟੋ ਘੱਟ ਜ਼ਿਆਦਾ ਨਹੀਂ 80-90 ਹਜ਼ਾਰ ਉਹਦੇ ਵਿੱਚ ਬਰਬਾਦ ਕੀਤਾ ਦਾ, ਪਰ ਅੱਜ ਤੱਕ ਕੁਛ ਹਾਸਲ ਨਹੀਂ ਹੋਇਆ ਇਹਦੇ ਵਿੱਚੋਂ। ਮੈਂ ਤੇ ਹੱਥ ਜੋੜ ਤੇ ਕੰਨਾਂ ਨੂੰ ਹੱਥ ਲਾ ਬੈਠਾ, ਕੰਨਾਂ ਨੂੰ ਹੱਥ ਲਾ ਬੈਠਾ ਮੈਂ, ਤੇ ਜਿਹੜੇ ਪਰਸਨਲ ਪੈਸੇ ਜੋੜੇ ਸੀ ਸਾਰੇ ਖਤਮ ਹੋ ਗਏ। ਕੋਈ ਨੀ ਕੋਈ ਨੀ, ਮਾਇਆ ਤਾਂ ਆਉਂਦੀ ਜਾਂਦੀ ਰਹਿੰਦੀ ਆ। ਉਹਦਾ ਤੱਥ ਕੱਢੋ ਕਿ ਕੀ ਚੀਜ਼ ਆ, ਉਹ ਕੀ ਫੇਕ ਆ ਜਾਂ ਸਭ ਕੁਝ ਅਸਲੀ ਹੈ ਜਾਂ ਫੇਕ ਹੈ, ਬਸ ਇਹ ਚੀਜ਼ ਕੱਢੋ ਬਸ। ਓਕੇ ਬਾਜੀ, ਕਰਾਂਗੇ ਪਤਾ। ਥੈਂਕ ਯੂ, ਤੇ ਕਾਲ ਕਰਦੇ ਰਿਹਾ ਕਰੋ ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਜਰਮਨ ਵਾਲਾ ਵੀ ਲਿੰਕ ਦੇ ਦੂੰਗਾ। ਠੀਕ ਹੈ ਜੀ, ਮੈਸੇਜ ਕਿਤੇ ਉੱਪਰ ਕਰਾਂ ਬਾਜੀ ਮੈਂ? ਪੇਜ ਤੇ ਕਰ ਦਿਓ ਇਹਦੀ, ਸਵਾਲ ਪੇਜ ਤੇ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਅਗਲੇ ਕਾਲਰ ਜੁੜ ਚੁੱਕੇ ਅਵਤਾਰ ਸਿੰਘ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਦੇ ਕੀ ਕਹਿਣਾ ਚਾਹੁੰਦੇ? ਹੈਲੋ, ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਅੰਮ੍ਰਿਤਸਰ ਤੋਂ ਬੋਲਣ ਡਿਆ। ਵੀਰ ਜੀ ਮੈਂ ਪੁੱਛਣਾ ਸੀ ਤੁਹਾਨੂੰ ਸਵਾਲ। ਵੀਰ ਜੀ ਮੈਂ ਨਾ ਹੋਟਲ ਲਾਈਨ ਦਾ ਕੀਤਾ ਵਾ ਕੋਰਸ, ਹੋਸਪਿਟੈਲਿਟੀ, ਉਸ ਤੋਂ ਬਾਅਦ ਮੈਨੂੰ ਨਾ ਐਕਸਪੀਰੀਅੰਸ ਵੀ ਹੈਗਾ ਵਾ ਕੁਝ 5-4 ਸਾਲ ਦਾ, ਜਿਵੇਂ ਮੋਕਟਲ ਵਗੈਰਾ ਸਾਰਾ ਕੁਛ ਮੈਂ ਬਣਾ ਲੈਣਾ ਵਾ, ਪਾਸਤੇ, ਸੈਂਡਵਿਚ, ਬਰਗਰ ਵਗੈਰਾ। ਤੇ ਮੈਂ ਇਹ ਪੁੱਛਣਾ ਸੀ ਕਿ ਮੈਂ ਯੂਰਪ ਦੇ ਵਾਸਤੇ ਟਰਾਈ ਕਰਾਂ ਕਿ ਜਾਂ ਫਿਰ ਅਰਬ ਵਾਸਤੇ। ਅਸਾਬੀ ਦੇ ਰੈਸਟੋਰੈਂਟ ਹੈਗੇ ਆ, ਇਹਨੂੰ ਭਰਾਵਾ ਹੁਣ ਤੇ ਭਾਜੀ ਯੂਰਪ ਦੇ ਵਿੱਚ ਜਾਨੀ ਕਿ ਡੈਫੀਨੇਟਲੀ ਇਹ ਆ ਵੀ ਤੁਹਾਡੀ ਵਧੀਆ ਜ਼ਿੰਦਗੀ ਰਹੂਗੀ, ਕਿਉਂਕਿ ਇੱਥੇ ਡਿਮਾਂਡ ਬਹੁਤ ਆ ਕੁਕਿੰਗ ਦੀ, ਸ਼ੈਫਾਂ ਵਗੈਰਾ ਦੀ ਵੀ। ਇੰਡੀਆ ਦੇ ਵਿੱਚ ਨਾ ਉਸ ਚੀਜ਼ ਦਾ ਹੈ ਨੀ ਵੈਲਿਊ ਬਿਲਕੁਲ ਵੀ, ਸੈਲਰੀ ਜਿਹੜੀ 10-12 ਹਜ਼ਾਰ ਵੱਧ ਤੋਂ ਵੱਧ, ਜੇ ਕੋਈ ਜਿਆਦਾ ਵਧੀਆ ਰੈਸਟੋਰੈਂਟ ਜਾਂ ਕਸਟਮਰ ਜਿਆਦਾ ਤੇ 15-18 ਬਸ, ਇਸ ਤੋਂ ਉੱਪਰ ਨਹੀਂ ਹੈਗਾ। ਪੁਰਤਗਾਲ ਚੱਲਦਾ ਵਾ ਜਾਂ ਤੁਸੀਂ ਨਾਰਵੇ ਵਗੈਰਾ, ਉਧਰ ਵਰਕ ਪਰਮਿਟ ਤੇ ਇਹੋ ਜਿਹੇ ਆਉਂਦੇ ਆ। ਸੋ ਤੁਸੀਂ ਜੇ ਉੱਥੇ ਕੋਈ ਬੰਦਾ ਲੱਭ ਸਕਦੇ ਆ, ਜਾਂ ਮੈਂ ਸਾਰਿਆਂ ਨੂੰ ਆਹਨਾ ਹੁੰਦਾ ਵੀ ਠੱਗੇ ਨਾ ਜਾਇਓ ਪਹਿਲਾਂ, ਬਟ ਤੁਸੀਂ ਕੁਕਿੰਗ ਵਾਲੇ, ਜਿਵੇਂ ਤੁਸੀਂ ਕੁਕਿੰਗ ਵਾਲੇ ਆ, ਸਿੰਪਲ ਇੱਕ ਵੈਬਸਾਈਟ ਹੈਗੀ tripadvisor.com, tripadvisor, ਹਾਂ trip ਘੁੰਮਣ ਵਾਲਾ trip ਹੁੰਦਾ, ਹਾਂਜੀ tripadvisor.com। ਠੀਕ ਹੈ, ਉਹਦੇ ਯਾਨੀ ਕਿ ਟਰੈਵਲ ਦੇ ਰਿਲੇਟਡ ਹੀ ਆ ਨਾ, ਹੋਟਲਾਂ ਦੀ ਰੇਟਿੰਗ, ਰੈਸਟੋਰੈਂਟਾਂ ਦੀ ਰੇਟਿੰਗ। ਸੋ ਮੰਨ ਲਓ ਤੁਸੀਂ ਚਾਹੁੰਦੇ ਆ ਵੀ ਮੈਂ ਜਰਮਨ ਆਵਾਂ, ਤੁਹਾਨੂੰ ਥੋੜੀ ਜਿਹੀ ਮਿਹਨਤ ਕੀ ਕਰਨੀ ਤੁਸੀਂ, ਤੁਸੀਂ ਜਰਮਨ ਦੇ ਉਹਦੇ ਚ ਕੀ ਆ, ਤੁਸੀਂ ਬਰਲਿਨ ਭਰ ਕੇ ਇਟਾਲੀਅਨ ਰੈਸਟੋਰੈਂਟ ਕੱਢ ਲਓ, ਜਾਂ ਤੁਸੀਂ ਪਰ ਟਾਰਗੇਟ ਇਹ ਕਰਿਓ ਵੀ ਮੇਨਲੀ ਲੋਕੀ ਜਿਹੜਾ ਜਿਹਦਾ ਓਨਰ ਤੁਹਾਨੂੰ ਲੱਗਦਾ ਇੰਡੀਆ ਵਗੈਰਾ ਤੋਂ, ਉਹਨਾਂ ਨੂੰ ਤੁਸੀਂ ਕੰਟੈਕਟ ਕਰੋ ਇੰਡੀਆ ਤੋਂ ਵੀ, ਕਿਉਂਕਿ ਬਹੁਤ ਆਉਂਦੇ ਆ ਜਰਮਨ ਇੰਡੀਆ, ਇੰਡੀਆ ਤੋਂ ਆਉਂਦੇ ਆ ਜਰਮਨ, ਨਾਰਵੇ, ਏਦਾਂ ਉਹ ਉੱਥੋਂ ਆਪਣੇ ਖਾਸ ਕਰ ਗੜਵਾਲ ਵਗੈਰਾ ਤੋਂ ਲੋਕੀ ਆਉਂਦੇ ਆ, ਤੇ ਉਹਨਾਂ ਨੂੰ ਇਹ ਉਹਦੇ ਵਿੱਚ ਮਾਲਕ ਇਹ ਕਰ ਲੈਂਦਾ ਵੀ ਮੈਂ ਤੈਨੂੰ ਸੱਦ ਦਊਂਗਾ ਭਾਈ, ਤੂੰ ਮੇਰੇ ਕੋਲ ਸਾਲ ਕੰਮ ਕਰਨਾ ਵਾ, ਉਹਦੇ ਵਿੱਚ ਮੈਂ ਤੈਨੂੰ ਸੈਲਰੀ ਬਸ ਇੰਨੀ ਕੀ ਦੇਣੀ ਆ। ਉਹਦੇ ਵਿੱਚ ਦੋਵਾਂ ਤਰ੍ਹਾਂ ਦਾ ਫਾਇਦਾ ਹੋ ਜਾਂਦਾ, ਇਹ ਵੀ ਜਿਹੜਾ ਮਾਲਕ ਆ ਉਹਨੂੰ ਵੀ ਸਾਲ ਭਰ ਸਸਤੀ ਲੇਬਰ ਮਿਲ ਜਾਂਦੀ ਆ, ਤੇ ਉਹ ਬੰਦਾ ਵੀ ਬਾਹਰ ਆ ਜਾਂਦਾ। ਠੀਕ ਹੈ ਜੀ, ਤੇ ਉਸ ਸਰ ਕਿੰਨਾ ਖਰਚਾ ਖਰਚਾ ਆ ਜਾਂਦਾ ਜਰਮਨ ਵਾਸਤੇ? ਉਹਦੇ ਵਿੱਚ ਤੇ ਕੁਛ ਨਹੀਂ, ਉਹਦੇ ਵਿੱਚ ਤੇ ਉਹਨਾਂ ਨੇ ਤੁਹਾਡਾ ਕੀ ਪਲੇਨ ਟਿਕਟ ਹੀ ਲੱਗਣੀ ਆ, ਜਿਹੜਾ ਉਹ ਬਾਕੀ ਦੇ ਪੇਪਰ ਵਰਕ ਉਹਨਾਂ ਨੇ ਇੱਥੋਂ ਵਰਕ ਕੰਟਰੈਕਟ ਭੇਜਣਾ, ਜੋ ਸਾਰਾ ਕੁਛ ਕਰਨਾ ਹੋਊਗਾ, ਬਟ ਉਹ ਤੁਹਾਡੇ ਤੋਂ ਅਗਲਾ ਬੰਦਾ ਕਨਵਿੰਸ ਹੋਵੇ ਵੀ, ਕਿਉਂਕਿ ਬੰਦੇ ਨਹੀਂ ਰਹਿੰਦੇ ਨਾ, ਬੰਦੇ ਜਾਂਦੇ ਨਿਕਲ ਵੀ 2 ਮਹੀਨੇ ਕੰਮ, ਅਗਲੇ ਨੂੰ ਇਹ ਹੋਵੇ ਵੀ ਪਹਿਲੀ ਗੱਲ ਇਹ ਛੋਟੀ ਜਿਹੀ ਹੋ ਜਾਵੇ ਵੀ ਹਾਂ ਤੂੰ ਮੇਰੇ ਕੋਲ ਕੰਮ ਕਰੇਗਾ 1-2 ਸਾਲ, ਤੂੰ ਅਗਲੇ ਨੂੰ ਇੱਕ ਅਗਲੇ ਨੂੰ ਲੱਗੇ ਵੀ ਤੂੰ ਵਧੀਆ ਇੱਕ ਸ਼ੈਫ ਵੀ ਆ ਵੀ ਜਿਹਦਾ ਮੈਨੂੰ ਫਾਇਦਾ ਵੀ ਹੋਣਾ, ਵੀ ਅਗਲੇ ਨੇ ਇਹ ਵੀ ਨੀ ਨਾ ਬੰਦਾ ਜਿਹਨੂੰ ਉਹਨੂੰ ਲੱਗੇ ਵੀ ਕੰਮ ਵੀ ਨੀ ਆਉਂਦਾ, ਤੁਸੀਂ ਆਪਣਾ ਵਰਕ ਦੱਸ ਸਕਦੇ, ਮੈਂ ਆੜੇ ਤੂੰ ਵੀਰ ਮੈਂ ਆੜੇ ਰੈਸਟੋਰੈਂਟ ਤੇ ਕੰਮ ਕਰਦਾ ਇੰਡੀਆ ਦੇ ਵਿੱਚ ਜਲੰਧਰ ਫੋਰ ਐਗਜ਼ਾਮਪਲ, ਤੂੰ ਇਹਦੇ ਰਿਵਿਊ ਚੈੱਕ ਕਰ ਲਾ, ਬੰਦਾ ਏਦਾਂ ਅਗਲੇ ਨੂੰ ਕਨਵਿੰਸ ਕਰ ਲੈਂਦਾ, ਜਾਂ ਤੂੰ ਇੱਥੇ ਕਾਲ ਲਾ ਕੇ ਪੁੱਛ ਲਾ ਵੀ ਤੁਹਾਡਾ, ਜਾਂ ਕਿਸੇ ਤੋਂ ਪਤਾ ਕਰ ਲਾ ਸ਼ੈਫ ਕੌਣ ਆ, ਜਾਂ ਏਦਾਂ ਏਦਾਂ। ਸੋ ਐਫਰਟ ਮਾਰਨੀ ਪੈਂਦੀ ਭਾਜੀ, ਕੰਮ ਹੋ ਜਾਂਦੇ ਆ ਵੀ ਐਫਰਟ ਮਾਰਨੀ ਪੈਂਦੀ ਆ। ਠੀਕ ਹੈ ਸਰ, ਮੈਂ ਤੁਹਾਡੀ ਗੱਲ ਸੁਣੀ ਸੀ, ਇੱਥੇ ਮੁੰਡਾ ਆਇਆ ਤੇ ਤੁਸੀਂ ਜਿਹੜਾ ਮਾਰਿਆ ਫਿਰ, ਹਾਂ ਠੀਕ ਹੈ ਜੀ, ਉਹਨੇ ਭਰਾਵਾ ਨੈਟ ਤੋਂ ਹੀ ਪੰਜਾਬੀ ਲਾਇਰ ਇਨ ਸਰੀ ਏਦਾਂ ਭਰ ਕੇ ਦੁਬਈ ਤੋਂ ਉਹਨੇ ਇੱਥੇ ਵਕੀਲ ਲੱਭ ਲਿਆ, ਮਤਲਬ ਜਿੱਕੋ LMO ਸੀ ਉੱਥੋਂ ਹੀ ਗੱਲ ਕਰਕੇ ਇੱਥੇ ਆ ਗਿਆ, ਦੇਖ ਲਾ। ਇਹ ਗੱਲਾਂ ਤਾਂ ਮੈਂ ਕਰਦੀਆਂ, ਮੈਂ ਮੁੰਡੇ ਕਹੀ ਹੈ ਨਾ, ਇੱਕ ਮੁੰਡਾ ਦੱਸਦਾ
ਮੇਰੀ ਵੀਡੀਓ ਮੈਂ ਪਾਉਂਦਾ ਹੁੰਦਾ ਸੀ ਕੰਮ ਤੇ ਜਾਂਦਾ ਹਨਾ, ਰੋਡ ਤੇ ਟਰੱਕ ਜਾਂਦਾ ਸੀ, ਕਹਿੰਦਾ ਭਾਜੀ ਮੈਂ ਟਰੱਕ ਜਾਂਦਾ ਸੀ ਉਹਦਾ ਨਾਂ ਪੜਿਆ, ਕੰਪਨੀ ਦਾ ਨਾਂ ਪੜਿਆ, ਮੈਂ ਉਹਨਾਂ ਨਾਲ ਸੰਪਰਕ ਕੀਤਾ ਤੇ ਮੇਰੀ ਗੱਲ ਬਣੀ ਗਈ ਆਲਮੋਸਟ, ਵੀ ਜਿਹਨੇ ਵੀਜ਼ਾ ਲਵਾਉਣਾ ਭਰਾਵਾ ਏਦਾਂ ਲਵਾਈ ਤੇ ਅੱਛਾ ਸਰ ਮੈਨੂੰ ਇੱਕ ਵਾਰੀ ਫੇਰ ਦੱਸ ਦਿਓ ਕਿਹੜਾ ਆਪਾਂ ਡੋਟ ਕੋਮ ਭਾਨੀ ਹੈ ਟ੍ਰਿਪ ਟ੍ਰਿਪ ਐਡਵਾਈਜ਼ਰ ਟ੍ਰਿਪ ਐਡਵਾਈਜ਼ਰ ਥੈਂਕ ਯੂ ਸਰ ਹੋਰ ਗੱਲ ਹਾਂ ਹੋਰ ਗੱਲ ਦੱਸ ਦੇਣਾ ਹਾਂਜੀ ਕੀ ਗੱਲ ਦਾ ਬਾਹਰ ਆਉਣ ਵਾਸਤੇ ਨਾ ਇੰਡੀਆ ਤੋਂ ਇੱਥੇ ਆਉਣ ਵਾਸਤੇ ਜਿਹੜੇ ਜਿਹੜੇ ਫੂਡ ਨੂੰ ਮੰਨ ਲਓ ਜਿਹੜਾ ਇਟਾਲੀਅਨ ਹੈ ਨਾ ਉਹ ਤੇ ਇੱਥੇ ਫ੍ਰੈਂਚ ਵੀ ਬਣਾਈ ਜਾਂਦੇ ਆ ਡੱਚ ਵੀ ਬਣਾਈ ਜਾਂਦੇ ਆ ਸਾਰੇ ਇਟਾਲੀਅਨ ਵੀ ਬਣਾਈ ਜਾਂਦੇ ਉਹਦੇ ਸ਼ੈਫ ਬਹੁਤ ਮਿਲ ਜਾਣੇ ਯੂਰਪ ਦੇ ਵਿੱਚ ਕਿਉਂਕਿ ਇਟਾਲੀਅਨ ਫੂਡ ਬਹੁਤ ਚਿਰਦਾ ਇੱਥੇ ਆ ਇੰਡੀਅਨ ਦੇ ਨਹੀਂ ਮਿਲਦੇ ਸ਼ੈਫ ਇੰਨੇ ਅਜੇ ਹਨਾ ਮੁੰਡੇ ਜਿੰਨੇ ਵੀ ਪੰਜਾਬੀ ਉਹ ਇੱਥੇ ਆ ਕੇ ਸਿੱਖ ਸੁੱਖ ਕੇ ਬਣਦੇ ਆ ਪਰ ਫਿਰ ਵੀ ਲੋਕੀ ਉਹਨਾਂ ਦੀ ਕਦਰ ਇੱਥੇ ਕਰਦੇ ਆ ਵੀ ਜਿਹੜੇ ਇੰਡੀਆ ਤੋਂ ਕੁਕਿੰਗ ਵਗੈਰਾ ਕਰਦੇ ਆ ਕਿਉਂਕਿ ਉਹਨਾਂ ਦਾ ਸਟਾਈਲ ਵੱਖਰਾ ਹੁੰਦਾ ਦੇਸੀ ਟੱਚ ਹੁੰਦਾ ਸੋ ਬਾਹਰ ਆਉਣਾ ਨਾ ਇੱਥੇ ਮੰਨ ਲਓ ਤੁਸੀਂ ਆਪ ਆ ਜਾਂਦੇ ਆ ਜੇ ਤੁਹਾਨੂੰ ਇੰਡੀਅਨ ਸ਼ੈਫ ਆ ਨਾ ਤੁਸੀਂ ਤੁਹਾਡੀ ਉਹਦੀ ਡਿਮਾਂਡ ਜ਼ਿਆਦੀ ਹੈ ਇੱਥੇ ਹਾਂਜੀ ਤੇ ਉਹਦੇ ਵਿੱਚ ਚਾਂਸਸ ਵੀ ਜ਼ਿਆਦਾ ਆਉਣ ਦੇ ਆ ਤੇ ਇਨ ਕੇਸ ਕੱਲ ਨੂੰ ਤੁਸੀਂ ਖੁਦ ਵੀ ਵੀਜ਼ਾ ਲਵਾ ਕੇ ਟੂਰਿਸਟ ਵੀ ਆਏ ਨੇ ਤੁਸੀਂ ਇੱਥੇ ਰਹਿੰਦੇ ਆ ਉਹਦੇ ਵਿੱਚ ਤੁਹਾਨੂੰ ਈਜ਼ੀ ਹੋਣਾ ਵਾ ਬਜਾਏ ਕਿ ਇਟਾਲੀਅਨ ਕਿਉਂਕਿ ਆਪਣੇ ਬੰਦਿਆਂ ਬੰਦਿਆਂ ਨੇ ਇਟਾਲੀਅਨ ਟੂਲੀਅਨ ਰੈਸਟੋਰੈਂਟ ਇੰਨੇ ਨਹੀਂ ਪਾਏ ਘੱਟ ਆ ਆਪਣੇ ਲੋਕਾਂ ਦੇ ਬਾਹਲਾ ਕੰਮ ਇੰਡੀਅਨ ਰਿਲੇਟਡ ਹੀ ਹੈ ਹਾਂਜੀ ਠੀਕ ਹੈ ਜੀ ਤੋ ਸਰ ਜਿਵੇਂ ਟੂਰਿਸਟ ਵੀਜ਼ਾ ਤੇ ਅੱਗੇ ਕੰਮ ਕਰਦੇ ਆ ਤੇ ਫਿਰ ਕਰਾਂਗੇ ਗੱਲਬਾਤ ਓਕੇ ਸਰ ਓਕੇ ਓਕੇ ਥੈਂਕ ਯੂ ਸਰ ਹਾਂਜੀ ਓਕੇ ਥੈਂਕ ਯੂ ਜੀ ਤੇ ਅਗਲੇ ਕਾਲਰ ਜੁੜ ਚੁੱਕੇ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲਦੇ ਹੈਲੋ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲਦੇ ਭਾਜੀ ਜਿਹੜਾ ਇਟਾਲੀਅਨ ਆ ਨਾ ਉਹ ਤੇ ਇੱਥੇ ਫ੍ਰੈਂਚ ਰੇਡੀਓ ਪਿੱਛੇ ਕੀ ਲਾ ਰਿਹਾ ਇੱਕ ਮਿੰਟ ਮੈਂ ਕਾਲ ਹੋਰ ਲੈਣਾ ਹੈਲੋ 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 ਹਾਂਜੀ ਕਿੱਥੋਂ ਬੋਲਦੇ ਭਾਜੀ ਤੇ ਕੀ ਕਹਿਣਾ ਭਾਜੀ ਮੈਂ ਬੋਲਦਾ ਲੌਂਗੋਵਾਲ ਤੋਂ ਹਾਂਜੀ ਹਾਂਜੀ ਕੀ ਸਵਾਲ ਤੁਹਾਡਾ ਅੱਛਾ ਕੀ ਹਾਲ ਹੈ ਤੁਹਾਡੇ ਵਧੀਆ ਜੀ ਵਧੀਆ ਅੱਛਾ ਮੈਂ ਅਜਨ ਜੇਤੀ ਫੋਨ ਲਾਈ ਜਾਂਦਾ ਗਾ ਮੈਂ ਅੱਜ ਸੋਰੀ ਮੈਨੂੰ ਟੌਪਿਕ ਨੀ ਪਤਾ ਸੀ ਟੌਪਿਕ ਕੀ ਅੱਜ ਦਾ ਟੌਪਿਕ ਭਾਜੀ ਜੇ ਕਿਤੇ ਬਾਹਰ ਦੇ ਦੇਸ਼ ਜਾਣਾ ਉਹਦੇ ਬਾਰੇ ਆ 30 ਦੇਸ਼ਾਂ ਦੀ ਯਾਤਰਾ ਕਰ ਚੁੱਕੇ ਸਾਡੇ ਕੋਲ ਮਹਿਮਾਨ ਬੈਠੇ ਆ ਜਿਹਨਾਂ ਤੁਸੀਂ ਲਾਈਵ ਲੈ ਕੇ ਆਏ ਸੀਗੇ ਦੋ ਵਾਰੀ ਉਹ ਭਰਾਵਾ ਉਹਦਾ ਮੈਂ ਫੋਨ ਦੇਖਿਆ ਧਰਨ ਹਲਾਤ ਹੀ ਇੰਨੇ ਫੋਨ ਮੈਸੇਜ ਆਏ ਆਪਣੇ ਸਾਵਰ ਹੈਗਾ ਕੋਈ ਚੱਕਰ ਨੀ ਪਰ ਮਰੀਆਨਾ ਟ੍ਰੈਂਚ ਬਾਰੇ ਕੋਈ ਵੀਡੀਓ ਕਰ ਰਹੇ ਹੋ ਕੇ ਬਾਅਦ ਹਾਂਜੀ ਹਾਂਜੀ ਕੋਈ ਜਿਵੇਂ ਆਪਣੇ ਸੈਕਟ ਹੁੰਦੇ ਨੇ ਜਿਵੇਂ ਆਪਣਾ ਮਰੀਆਨਾ ਟ੍ਰੈਂਚ ਹੈਗਾ ਜਾਂ ਬਰਮੁਡਾ ਟ੍ਰਾਇੰਗਲ ਹੈਗਾ ਇਹਨਾਂ ਦੇ ਜਿਹੜੇ ਕੋਈ ਸੀਕ੍ਰੇਟ ਨੇ ਵਗੈਰਾ ਜਾਂ ਆਪਣੇ ਪਿਰਾਮਿਡ ਦੇ ਗਏ ਗੀਜ਼ਾ ਕਰਾਂਗੇ ਕਰਾਂਗੇ ਹੁਣ ਵੀਡੀਓ ਹੀ ਕਰਨੀ ਆ ਸਾਰੀ ਉਮਰ ਹੋਰ ਕਰਨਾ ਵੀ ਕੀ ਆ ਕਰਾਂਗੇ ਸਾਰੀਆਂ ਵੀਡੀਓ ਆਉਣਗੀਆਂ ਤੁਹਾਡੇ ਸਾਹਮਣੇ ਹਾਂ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਵੀ ਜਿਹੜੇ ਆਪਣੇ ਗੀਜ਼ਾ ਦੇ ਪਿਰਾਮਿਡ ਨੇ ਜਾਂ ਕੋਈ ਹੋਰ ਇਹਨਾਂ ਦੇ ਜਿਹੜੇ ਸੀਕ੍ਰੇਟ ਨੇ ਗੇ ਇਹ ਯੂਟਿਊਬ ਦੀ ਜਿਹੜੀ TRP ਆ ਗਈ ਸ਼ਾਇਦ ਕਈ ਵਾਰ ਇਹ ਲੱਗਦਾ ਵੀ ਉਹ ਬਣਾਈ ਰੱਖਣ ਵਾਸਤੇ ਸਰਕਾਰ ਨੇ ਰੱਖੇ ਹੋਏ ਆ ਵੀ ਜੇ ਲੋਕਾਂ ਨੂੰ ਪਤਾ ਲੱਗੇ ਦੇਖਣਾ ਗਿਣੇ ਆ ਹਾਂਜੀ ਹਾਂਜੀ ਕਈ ਸੀਕ੍ਰੇਟ ਤਾਂ ਮੈਨੂੰ ਇਹ ਲੱਗਦਾ ਵੀ ਇਸ ਲਈ ਲੁਕੋ ਕੇ ਰੱਖੇ ਹੋਏ ਆ ਗਏ ਵੀ ਯਾਰ ਹੈਗੇ ਸਿੰਪਲ ਨੇ ਪਰ ਜੇ ਪਤਾ ਲੱਗ ਗਿਆ ਫਿਰ ਦੇਖਣਾ ਗਿਣੇ ਆ ਹਾਂਜੀ ਹਾਂਜੀ ਇਹ ਵੀ ਹੋ ਸਕਦਾ ਭਾਜੀ ਕਈ ਥਿਊਰੀਆਂ ਆ ਬਹੁਤ ਵਧੀਆ ਲੱਗਾ ਵੀਰ ਮੇਰਾ ਗੱਲ ਕਰਕੇ ਕਰਦੇ ਰਹੇ ਕਲੋ ਕਾਲ ਹਾਂ ਵੀਰੇ ਮੈਂ ਮੈਸੇਜ ਕੀਤਾ ਫੇਸਬੁੱਕ ਤੇ ਉਹ ਦੇਖ ਲਿਓ ਮਾੜਾ ਜਿਹਾ ਓਕੇ ਥੈਂਕ ਯੂ ਹਾਂਜੀ ਹਾਂਜੀ ਅਗੇ ਕੁਮਾਰ ਜੀ ਕਿੱਥੋਂ ਤੇ ਕੀ ਸਵਾਲ ਆ ਹੈਲੋ ਹੈਲੋ ਹਾਂਜੀ ਭਾਜੀ ਕੀ ਸਵਾਲ ਤੁਹਾਡਾ ਤੇ ਕਿੱਥੋਂ ਬੋਲਦੇ ਹੈਲੋ ਭਾਈ ਨੈਟ ਸਲੋ ਲੱਗਦਾ ਤੁਹਾਡਾ ਇੱਕ ਮਿੰਟ ਹੈਲੋ ਹਾਂਜੀ ਕੀ ਸਵਾਲ ਭਾਜੀ ਤੇ ਕਿੱਥੋਂ ਬੋਲਦੇ ਭਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਕੀ ਸਵਾਲ ਤੇ ਕਿੱਥੋਂ ਬੋਲਦੇ ਤੁਸੀਂ ਭਾਜੀ ਮੈਂ ਫਗਵਾੜੇ ਹਾਂਜੀ ਕੀ ਸਵਾਲ ਵੀਰੇ ਭਾਜੀ ਮੇਰਾ ਸਾਬੀ ਭਾਜੀ ਕੋਲ ਸਵਾਲ ਸੀ ਇੱਕ ਜੀ ਬੋਲ ਭਰਾ ਮੇਰਾ ਥੋੜਾ ਮੈਂ ਕਿਹਾ ਮੇਰਾ ਸਾਬੀ ਭਾਜੀ ਕੋਲ ਸਵਾਲ ਸੀ ਇੱਕ ਭਾਜੀ ਹਾਂਜੀ ਹਾਂਜੀ ਪੁੱਛੋ ਹਾਂਜੀ ਪੁੱਛੋ ਭਾਜੀ ਰੋਮਾਂਟਿਕ ਕੀ ਸੀਨ
ਤੇ ਮੱਕੀ ਰੋਮਾਨੀਆ ਦੇ ਮੱਕੀ ਪੇਪਰ ਮਿਲ ਜਾਂਦੇ ਜੇ ਰੋਮਾਨੀਆ ਬੰਦਾ 2 ਸਾਲ ਲਾਵੇ ਭਾਜੀ ਰੋਮਾਨੀਆ ਕਹਿੰਦਾ ਮਤਲਬ ਵੀ ਰੋਮਾਨੀਆ ਦਾ ਪਿੱਛੇ ਜੇ ਮੈਂ ਜਿੱਦਾਂ ਕਰੀ ਵੀਡੀਓ ਕਰੀ ਕਾਲ ਤੇ ਕਿਸੇ ਨੂੰ ਲਿਆ ਸੀ ਉਹਦਾ ਆਪਾਂ ਗੱਲ ਕੀਤੀ ਸੀ ਪਤਾ ਨੀ ਉਹ ਵੀਡੀਓ ਵੇਖੀ ਕਿ ਨਹੀਂ ਕਿਸੇ ਨੇ ਤੇ ਉਦੋਂ ਰੋਮਾਨੀਆ ਵਾਲੀ ਕਾਲ ਨੀ ਮੈਂ ਦੇਖੀ ਭਾਜੀ ਨਹੀਂ ਉਹ ਨਾ ਵੀ ਉਹਦੇ ਤੇ ਕੀ ਸੀ ਉਹਦੇ ਵਿੱਚ ਉਹਨੇ ਵੀਰ ਨੇ ਦੱਸਿਆ ਵੀ ਇੰਡੀਆ ਦਾ ਵਰਕ ਕੰਟਰੈਕਟ ਤੇ ਲੋਕੀ ਆਉਣ ਡਿਆ ਤੇ ਉਹਦੇ ਵਿੱਚ ਕੰਪਨੀਆਂ ਜਿਹੜੀਆਂ ਵਾ ਉਹ ਪ੍ਰੈਫਰੈਂਸ ਦੇਣ ਡੀਆਂ ਜਿਹਨਾਂ ਨੇ ਪਹਿਲਾਂ ਕੰਮ ਕੀਤਾ ਅਰਬ ਦੇ ਵਿੱਚ ਤੇ ਉੱਥੇ ਮੁੰਡੇ ਉਹ 2 ਸਾਲ ਦੇ ਰਿਕਰਮੈਂਟ ਤੇ ਜਾਣ ਡਿਆ ਸੀ ਤੇ ਕੋਈ ਕਹਿੰਦਾ ਸੀ ਵੀ ਸਾਨੂੰ ਸਾਡੀ ਜਿਹੜੀ ਸੈਲਰੀ ਹੋਈ ਹੈ ਨਾ ਨਿਯੁਕਤ ਉਹ ਹੋਈ ਆ ਸਾਡੀ ਡਾਲਰ ਦੇ ਵਿੱਚ US ਡਾਲਰ ਦੇ ਵਿੱਚ ਸਾਨੂੰ ਓਦਾਂ ਪੇ ਕਰਦੇ ਆ ਕਿਸੇ ਦੀ $700 ਦਾ 6 ਦਿਨ ਕੰਮ ਕਰਨਾ ਜਾਂ ਕਿਸੇ ਨੇ 5 ਦਿਨ ਕੰਮ ਕਰਨਾ ਏਦਾਂ ਵੱਖੋ ਵੱਖ ਸੀ ਮਿਨੀਮਮ ਸੈਲਰੀ ਮੈਨੂੰ$600 ਤਾਂ ਕਿਸੇ ਨੇ ਘੱਟ ਦੱਸੀ ਨੀ ਉਦੋਂ ਉਹ ਵੀਰ ਕੋਈ ਏਜੰਟ ਨੀ ਸੀ ਕੁਛ ਨਹੀਂ ਉੱਥੇ ਮੁੰਡੇ ਕੰਮ ਕਰਦੇ ਸੀ ਜਿਹਨਾਂ ਨੂੰ ਮੈਂ ਕਾਲ ਤੇ ਲੈ ਕੇ ਗੱਲ ਕੀਤੀ ਸੀ ਉਹ ਚ ਕੀ ਗੱਲ ਹੋ ਗਈ ਉਹਨੂੰ ਮੈਂ ਵੀਰ ਨੂੰ ਕਹਿਤਾ ਵੀ ਤੂੰ ਕਿੱਦਾਂ ਆਇਆ ਵਾ ਵੀ ਤੂੰ ਦੱਸ ਦੇ ਵੀ ਉਹਨੇ ਕਿਹਾ ਵੀ ਮੈਂ ਪਤਾ ਨੀ 1.5 ਲੱਖ ਰੁਪਇਆ ਲਾ ਕੇ ਆਇਆ ਸੀ ਸਮਥਿੰਗ ਕਿਉਂਕਿ ਮੈਂ ਚਾਹੁੰਦਾ ਸੀ ਆਪਾਂ ਤੇ ਇਹ ਚਾਹੁੰਦੇ ਵੀ ਚੱਲ ਵਧੀਆ ਵਾ ਕਿਉਂਕਿ ਇੰਨੇ ਕੁ ਪੈਸੇ ਡੁਬਈ ਦੇ ਲਈ ਜਾਂਦੇ ਆ ਤੇ ਸੈਲਰੀ ਹੁਣ ਉੱਥੇ ਨਹੀਂ ਪੈਸੇ ਬਣਦੇ ਮੈਂ ਉੱਥੇ ਗਿਆ ਵਾ ਮੈਂ ਵੇਖ ਕੇ ਆਇਆ 600-700 ਦੇ ਆਰਾਮ ਤੇ ਮੁੰਡੇ ਕੰਮ ਕਰਨ ਡੇ ਤੇ ਮੈਂ ਕਿਹਾ ਵੀ ਚੱਲ ਇਹ ਵਧੀਆ ਆਪਸ਼ਨ ਆ ਮੈਂ ਕਿਹਾ ਇੱਦਾਂ ਕਰ ਫਿਰ ਜੇ ਤੂੰ ਦੱਸ ਸਕਦਾ ਆਪਣਾ ਕੋਈ ਏਜੰਟ ਜੁੜਨ ਦਾ ਨੰਬਰ ਹੀ ਦੇ ਦੇ ਉਹਨੇ ਕੀ ਗੱਲ ਹੋਈ ਉਹਨੇ ਦੇਤਾ ਵਿੱਚ ਏਜੰਟ ਦਾ ਨੰਬਰ ਉਹ ਏਜੰਟ ਨੂੰ ਕਾਲਾਂ ਗਈਆਂ ਬਹੁਤ ਜ਼ਿਆਦੀਆਂ ਉਹ ਗਿਆ ਡਰ ਉਹ ਡਰ ਗਿਆ ਵੀ ਇੰਨੀਆਂ ਕਾਲਾਂ ਤੇ ਮੈਂ ਕਦੇ ਸ਼ਾਇਦ ਨਾ ਲਾਇਸੈਂਸ ਹੋਵੇ ਜਿਹੜੇ ਕੰਮ ਦਾ ਜਾਂ ਕੁਛ ਉਹ ਗਿਆ ਡਰ ਉਹਨੇ ਮੁੰਡੇ ਨੂੰ ਡਰਾਇਆ ਵੀ ਮਿੱਤਰਾ ਜਿਹੜੀ ਤੂੰ ਵੀਡੀਓ ਪਵਾਈ ਉਹ ਵੀਡੀਓ ਹਟਾ ਦੇ ਨਹੀਂ ਤੇ ਮੈਂ ਨਾ ਤੇਰਾ ਇੱਥੇ ਕੰਮ ਖਰਾਬ ਕਰ ਦੇਣਾ ਕੋਈ ਨਾ ਕੋਈ ਉਹ ਮੁੰਡੇ ਨੇ ਬਾਅਦ ਮੈਨੂੰ ਅਪਰੋਚ ਕੀਤਾ ਭਾਜੀ ਉਹ ਵੀਡੀਓ ਹਟਾ ਦੋ ਵੀ ਏਜੰਟ ਮੇਰੇ ਨਾਲ ਗੁੱਸੇ ਹੋਣ ਡਿਆ ਵਾ ਵੀ ਏਦਾਂ ਵੀ ਉਹਨੇ ਤੇ ਮੈਨੂੰ ਬਹੁਤ ਬੋਲਣ ਡਿਆ ਫਿਰ ਉਹ ਵੀਡੀਓ ਦਿੱਤੀ ਹਟਾ ਫਿਰ ਮੇਰੀ ਖੁਦ ਹੀ ਉਦੋਂ ਸੋਚਿਆ ਮੈਂ ਵੀ ਮੈਂ ਖੁਦ ਜਾਵਾਂ ਵੀ ਉੱਥੇ ਜਾ ਕੇ ਪਤਾ ਕਰੀਏ ਵੀ ਪੱਕੇ ਹੋਏ ਜਾਂ ਏਦਾਂ ਪਰ ਟਿਕਟ ਵੀ ਕਰਵਾਈ ਮੈਂ ਹੋਟਲ ਵੀ ਬੁੱਕ ਕਰਾਇਆ ਸਾਰਾ ਕੁਛ ਪਰ ਉਦੋਂ ਕਹਿੰਦਾ ਅਸੀਂ ਬਿਜ਼ੀ ਬੜੇ ਰਹਿ ਤੇ ਮੇਰੇ ਕੋਲ ਜਾ ਹੀ ਨੀ ਹੋਇਆ ਸੋ ਉੱਥੋਂ ਦਾ ਪ੍ਰੋਸੀਜਰ ਉਹ ਜਿਹੜਾ ਹੁਣ ਤੱਕ ਮੈਨੂੰ ਉਹਨਾਂ ਮੁੰਡਿਆਂ ਤੋਂ ਪਤਾ ਲੱਗਾ ਸੀ ਉਹੀ ਸੀ ਵੀ ਵਰਕ ਪਰਮਿਟ ਦੇ ਮੁੰਡੇ ਆਉਂਦੇ ਆ ਉੱਥੇ 2 ਸਾਲ ਦੇ ਉਹ ਗਾਂ ਰਿਨਿਊ ਵੀ ਹੋ ਵੀ ਜਾਂਦਾ ਹਾਂਜੀ ਹਾਂ ਉਹਨਾਂ ਦੇ ਅਨੁਸਾਰ ਤੇ ਇਹੋ ਹੀ ਆ ਹਾਂਜੀ ਹਾਂ ਬਾਕੀ ਭਾਜੀ ਅੱਜ ਦੇ ਕੋਵਿਡ ਖੁੱਲਦਾ ਨਾ ਨਹੀਂ ਟੋਟਲ 2.80 ਕਿ 2.80 ਬਾਅਦ ਦੇ ਵਿਚ ਟੋਟਲ 2.80 ਬਾਈ ਟੋਟਲ ਓਦਾਂ ਜਾਨੀ ਕਿ ਉਹਨਾਂ ਵੀਰਾਂ ਦੇ ਕਹਿਣ ਦੇ ਅਨੁਸਾਰ ਓਵਰਆਲ ਇਹ ਗੱਲ ਕੱਢੀ ਸੀ ਵੀ ਐਵਰੇਜ ਦਾ 2-2.5 ਲੱਖ ਤੋਂ ਜ਼ਿਆਦਾ ਨਹੀਂ ਬਣਦਾ ਵੀ ਇਸ ਤੋਂ ਜ਼ਿਆਦਾ ਕਿਉਂਕਿ ਉਦੋਂ ਵੀ ਕਈ ਜਣੇ ਆਖਣ ਡੇ ਕਿਸੇ ਕੋਈ 4-4 ਪੇ ਕਰਨ ਡਿਆ ਸੋ ਇਸ ਤੋਂ ਜ਼ਿਆਦਾ ਨਹੀਂ ਹੁਣ ਕਰਨਾ ਚਾਹੀਦਾ ਵੀ 2.5 ਤੱਕ ਠੀਕ ਆ ਜੀ ਹਾਂ ਜੀ ਠੀਕ ਓਕੇ ਭਾਈ ਥੈਂਕ ਯੂ ਅਗਲੇ ਕੱਲ ਦਾ ਕਿੱਥੋਂ ਤੇ ਕੀ ਸਵਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਸਵਾਲ ਤੁਹਾਡਾ ਸਤਿ ਸ੍ਰੀ ਅਕਾਲ ਭਾਜੀ ਕਿੱਥੋਂ ਤੇ ਕੀ ਸਵਾਲ ਰੋਮਾਨੀਆ ਤੋਂ ਬੋਲਦਾ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਜੀ ਹਾਂਜੀ ਮੈਂ ਰੋਮਾਨੀਆ ਤੋਂ ਬੋਲਦਾ ਜੀ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਵੀਰੇ ਰੋਮਾਨੀਆ ਬਾਰੇ ਦੱਸ ਯਾਰ ਰੋਮਾਨੀਆ ਬਾਰੇ ਬੜਾ ਪੁੱਛਦੇ ਮੜ ਜਾ 10 ਗਰਾਊਂਡ ਲੈਵਲ ਦੀ ਕੁਛ ਗੱਲਬਾਤ ਸਭ ਜੀ ਅਸੀਂ ਤਾਂ ਇੱਥੋਂ ਅੱਗੇ ਜਾਣਾ ਚਾਹੁੰਦੇ ਆ ਵੀ ਇਹ ਤਾਂ ਇੱਥੇ ਦਾ ਨਾਂ ਕੋਈ ਪਹਿਲਾਂ ਤਾਂ ਇਹ ਕਹਿੰਦੇ ਵੀ ਸ਼ਨਗੰਜ ਚ ਹੈਗਾ ਆ ਪਰ ਇਹ ਇੱਥੇ ਆ ਕੇ ਪਤਾ ਲੱਗਾ ਵੀ ਇਹ ਹੈ ਹੀ ਨੀ ਬਾਅਦ ਵਿਚ ਸਾਨੂੰ ਇੱਥੇ ਆ ਕੇ ਸਾਲ ਦਾ ਸਾਡਾ ਕੰਟਰੈਕਟ ਹੋਇਆ ਕੰਪਨੀ ਨਾਲ ਫਿਰ ਉਸ ਤੋਂ ਬਾਅਦ ਫਿਰ ਸਾਡਾ ਸਾਲ ਦਾ ਵੀਜ਼ਾ ਖਤਮ ਹੋਇਆ ਕੰਟਰੈਕਟ ਫਿਰ ਦੁਬਾਰਾ ਨਵਾਂ ਕੰਟਰੈਕਟ ਹੋਇਆ ਤੇ ਹੁਣ ਤੁਹਾਨੂੰ ਪਤਾ ਕੋਵਿਡ ਚੱਲ ਰਿਹਾ ਤਾਂ ਇਹਦੇ ਵਿੱਚ ਸਾਨੂੰ ਤਾਂ ਰੂਮ ਚ ਹੀ ਬੈਠਣਾ ਪਿਆ ਬੈਠਣਾ ਪਿਆ ਜੀ ਸਰ
ਤੇ ਕੰਮ ਉਹਦੇ ਹੋ ਗਏ ਸੀ ਅਸੀਂ ਚਾਹੁੰਦੇ ਸੀ ਅੱਗੇ ਅੱਗੇ ਸਾਨੂੰ ਕੋਈ ਤਰ੍ਹਾਂ ਪ੍ਰੋਸੀਜਰ ਮਿਲੇ ਵੀ ਜਿਹੜਾ ਵੀ ਅਸੀਂ ਅੱਗੇ ਕੰਟਰੀ ਚ ਜਾ ਸਕੀਏ ਭਾਜੀ ਅੱਗੇ ਤੇ ਹੁਣ ਰਮਾਨੀ ਉਹਦੇ ਨਿਕਲਣਾ ਤੇ ਏਦਾਂ ਹੀ ਔਖਾ ਹੀ ਆ ਕੰਮ ਜੰਟ ਜੁੰਟ ਚਲ ਆਪਣੇ ਉਹਦੇ ਕਹਿਣਗੇ ਇੰਡੀਆ ਤੋਂ ਬੰਦਾ ਅਮਰੀਕਾ ਵਾਰ ਦਿੰਦੇ ਦੋ ਨੰਬਰ ਕਰਨ ਨੂੰ ਉੱਥੇ ਵੈਸੇ ਉੱਥੋਂ ਵੀ ਤਾਂ ਲੁੱਟ ਕੇ ਹੀ ਆਏ ਆ ਉਨੀ ਲੁੱਟ ਕੇ ਉਦਾਂ ਹੀ ਉਦਾਂ ਹੀ ਲੁੱਟ ਲਿਆ ਆਉਂਦੇ ਪਹਿਲਾਂ ਹੀ ਪੁਨੀ 2.5 ਲੱਖ ਰੁਪਇਆ ਲੈ ਲਿਆ ਉਹਨਾਂ ਨੇ ਤੁਹਾਨੂੰ ਸਾਲ ਹੋ ਗਿਆ ਪਰ ਜਿਵੇਂ ਤੁਸੀਂ $550 ਆਉਂਦੇ ਹੋ $500 ਤਾਂ ਸੇਵ ਕਰਦੇ ਹੋਵੋਗੇ ਕਿ ਨਹੀਂ ਹੁੰਦਾ ਇੱਥੇ ਨਹੀਂ ਜੀ ਸੇਵ ਨਹੀਂ ਹੁੰਦਾ ਹੈਗਾ ਮਿਨੀਮਮ ਤੁਹਾਡਾ $450 ਸੇਵ ਹੀ ਆ ਜਾ ਤੇ ਕਿੰਨੇ ਪੈਸੇ ਭਰੇ ਸੀ ਤੁਸੀਂ ਇੰਡੀਆ ਸਰ ਜੀ ਆਪਾਂ 2.5 ਲੱਖ ਰੁਪਇਆ ਭਰ ਗਏ ਰਮਾਨੀਆ ਨਹੀਂ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਵੈਸੇ ਇੱਥੇ ਗੱਲ ਵੀ ਇਹਨਾਂ ਦੀ ਗੱਲ ਇਹਨਾਂ ਦੀ ਨਾ ਆਦਤ ਵੀ ਨੀ ਸਹੀ ਹੈਗੀ ਔਰ ਇਹਨਾਂ ਦੇ ਇਹਨੇ ਮੇਲ ਵਰਤਣ ਵਾਲੇ ਬੰਦੇ ਤਾਂ ਹੈ ਹੀ ਨੀ ਗੇ ਇੱਥੇ $450 ਵੱਜਦਾ ਹੁਣ ਇੰਨੇ ਕ ਡੇਢ ਦੋ ਲੱਖ ਮੁੰਡੇ ਡੁਬਈ ਭਰ ਕੇ ਵੀ ਜਾਂਦੇ ਰਹੇ ਤੇ ਉੱਥੇ ਜਾ ਕੇ ਉੱਥੇ ਜਿੱਦਾਂ ਮੈਂ ਡੁਬਈ ਗਿਆ ਤੇ ਉੱਥੇ ਮੈਂ ਪੁੱਛਦਾ ਨਾ ਕਿੰਨਾ ਕੋਈ 1.5 ਲੱਖ ਦੱਸਦਾ ਕੋਈ ਕਿੰਨੇ ਲਾ ਗਿਆ ਤੇ ਤਨਖਾਹ ਕਿੰਨੀ 600 ਦਰਾਮ 700 ਦਰਾਮ ਸੋ ਕਹਿ ਲਾ ਵੀ 12-13 ਹਜ਼ਾਰ ਰੁਪਇਆ ਮਿਲਣਾ ਵਾ ਤੇ ਉਹਦੇ ਵਿੱਚ ਤੂੰ ਖਰਚਾ ਵੀ ਕਰਨਾ ਵਾ ਸੋ ਬੱਚੇ ਆ ਗਏ ਕੁਛ ਵੀ ਨੀ ਪੱਲੇ ਤੇ ਜਿਹੜਾ ਕੋਈ ਏਦਾਂ ਦਾ ਭਾਜੀ ਉਹ ਅਜੇ ਨੀਗਾ ਜਿੰਨਾ ਚਿਰ ਇਹਨਾਂ ਦੀ ਇਕੋਨਮੀ ਕੋਈ ਬਾਹਲੀ ਸਟੇਬਲ ਨੀ ਹੁੰਦੀ ਜਿੰਨਾ ਚਿਰ ਸਿਕਿਉਰਿਟੀ ਰੀਜ਼ਨ ਸਾਰੇ ਕਲੀਅਰ ਨੀ ਹੁੰਦੇ ਓਨਾ ਚਿਰ ਨੀ ਇਹ ਚੀਜ਼ਾਂ ਨੂੰ ਪਹਿਲਾਂ ਮੁੱਖ ਰੱਖਦੇ ਆ ਫਿਰ ਕਰਦੇ ਆ ਹੁਣ ਜੇ ਪੈਸੇ ਵੱਲੋਂ ਹਿਸਾਬ ਲਾਈਏ ਤੇ ਪੋਲੈਂਡ ਏਦਾਂ ਦੀ ਕੰਟਰੀ ਹੈ ਪਰ ਉਹਨਾਂ ਦੇ ਵਿੱਚ ਉਹਨਾਂ ਨੇ ਉੱਥੇ ਉਹਦੇ ਜਿਵੇਂ ਤਰੱਕੀ ਉਹ ਕਰਨ ਲੱਗ ਪਿਆ ਤੇ ਉੱਥੇ ਸਿਕਿਉਰਿਟੀ ਵਗੈਰਾ ਹਾਂ ਹਾਂ ਉਹਨਾਂ ਨੇ ਆਪਣੀਆਂ ਕੋਈ ਸ਼ਰਤਾਂ ਵੀ ਹੁੰਦੀਆਂ ਮਨਾਉਂਦੇ ਆ ਨਾ ਜੀ ਸਰ ਜੀ ਤੇ ਉਹਨਾਂ ਨੇ ਪਰ ਇੱਥੇ ਡਿਵੈਲਪ ਤਾਂ ਹੋ ਰਿਹਾ ਹਲੇ ਇਧਰ ਕੋਈ ਪ੍ਰੋਸੀਜਰ ਹੈ ਨੀਗਾ ਵੀ ਇਹਨਾਂ ਦਾ ਆਪਣਾ ਹੀ ਨੀ ਸਰਨ ਡਿਆ ਤੇ ਇਹਨੇ ਹੋਰ ਕੰਟਰੀ ਵਰਗੀ ਸੋਚਣਾ ਨਹੀਂ ਜਦੋਂ ਹੁਣ ਉਹ ਕਾਲ ਤੇ ਮੇਰੀ ਗੱਲ ਹੋਈ ਸੀ ਮੈਂ ਮੰਨਦਾ ਹੀ ਨੀ ਸੀ ਵੀ ਕੋਈ ਰਮਾਨੀਆ ਦੇ ਵਿੱਚ $700 ਤਨਖਾਹ ਦਿੰਦਾ ਹੋਊਗਾ ਕਿਉਂਕਿ ਇੱਥੇ ਹੁਣ ਯੂਰਪ ਸਾਰਾ ਰੋਮਾਨੀਆ ਬਹੁਤ ਲੋਕੀ ਭਰੇ ਪਏ ਸ਼ੰਗਨ ਕੰਟਰੀ ਦੇ ਵਿੱਚ ਯਾਰ ਰੋਮਾਨੀਆ ਵਾਲੇ ਤਾਂ ਜਿਹੜੇ ਵੀ ਦੇਸ਼ ਚ ਯੂਰਪ ਚ ਉਹਨਾਂ ਨੂੰ ਚੋਰ ਕਹਿੰਦੇ ਉਹ ਤਾਂ ਭੈਣ ਚੋਂ ਗੱਡੀ ਦਾ ਟਾਇਰ ਹੀ ਨਹੀਂ ਪਤਾ ਲੱਗਦਾ ਕਦੋਂ ਲਾਗੇ ਲੈ ਜਾਂਦੇ ਆ ਓਵਰਲੋਡ ਕੰਮ ਕਰਵਾਉਂਦੇ ਇੱਥੇ ਓਵਰਲੋਡ ਕੋਈ ਟਾਈਮ ਨਹੀਂ ਦੇਖੋ ਭਾਈ ਭੁੱਲ ਕੇ ਬਿਨਾਂ ਜਾਂ ਉਹ ਪਤਾ ਸ਼ੁਰੂ ਕਰੀਦਾ ਟਾਈਮਿੰਗ ਕੋਈ ਨਹੀਂ ਭਾਜੀ ਫਿਰ ਹੈ ਟਾਈਮਿੰਗ ਨਹੀਂ ਕੋਈ 12 ਘੰਟੇ ਡਿਊਟੀ ਲਗਾਤਾਰ ਦੇ ਰਹੇ ਆ ਕੀ ਆ ਫਿਰ ਤੇ ਗੰਦਾ ਹੈ ਕੰਮ ਦਾ ਕੋਈ ਵੀ ਕੰਮ ਆ ਇਹਦੇ ਵਿੱਚ ਇਹ ਕਹਿ ਦਿੰਦੇ ਵੀ ਸਾਨੂੰ ਅੱਜ ਹੀ ਚਾਹੀਦਾ ਇਹ ਥੋੜਾ ਹੁੰਦਾ ਨਾ ਵੀ ਇਸ ਤਰ੍ਹਾਂ ਦਾ ਨੀ ਕੰਮ ਚੱਲ ਦਿੰਦੇ ਬਾਈ ਹੈਲੋ ਵੀਰੇ ਮੇਰਾ ਕੰਮ ਕਰੂੰਗਾ ਯਾਰ ਮੈਨੂੰ ਪੇਜ ਤੇ ਮੈਸੇਜ ਕਰੂੰਗਾ ਤੇ ਤੋਂ ਫਿਰ ਰਮਾਨੀਆ ਦੀ ਇਨਫੋਰਮੇਸ਼ਨ ਲੈ ਕੇ ਆਪਾਂ ਪੇਜ ਤੇ ਪਾਈਏ ਹੋਰ ਮੁੰਡੇ ਤਾਂ ਬਚ ਸਕਣ ਕਿ ਨਹੀਂ ਇੰਡੀਆ ਚ ਤਾਂ ਬੜੇ ਸੁਪਨੇ ਦਿਖਾਉਂਦੇ ਆ ਏਦਾਂ ਰਮਾਨੀਆ ਸ਼ੈਨੀਗਨ ਹੋ ਜਾਣਾ ਆਹ ਹੋ ਜਾਣਾ ਉਹ ਹੋ ਜਾਣਾ ਰਮਾਨੀਆ ਨੂੰ ਤਾਂ ਸਾਨੂੰ 10 ਸਾਲ ਹੋ ਗਏ ਸੁਣਦਿਆਂ ਨੂੰ ਤੇ ਸਾਈਪ੍ਰਸ ਸ਼ੈਨੀਗਨ ਹੋ ਜਾਣਾ 20 ਸਾਲ ਹੋ ਗਏ ਸਾਈਪ੍ਰਸ ਵੀ ਬਹੁਤ ਫਸਾਏ ਹੋਆ ਮੁੰਡਿਆਂ ਨੇ ਓਹਦੇ ਵਿਚ ਵੀ ਸੁਣਿਆ ਕੁੜੀਆਂ ਨਾ ਬਹੁਤ ਗਲਤ ਕਰ ਰਹੇ ਆ ਉੱਥੇ ਦੇ ਉੱਥੇ ਦੀ ਦੁਨੀਆ ਕੁੜੀਆਂ ਦੀ ਸਾਈਪ੍ਰਸ ਮੋਸਟਲੀ ਮਤਲਬ ਕਈ ਤਾਂ ਚਲੋ ਠੀਕ ਆ ਸਾਰੀਆਂ ਨੀ ਕਹਿ ਸਕਦੇ ਨੈਨੀ ਦਾ ਹੀ ਮੋਸਟਲੀ ਕਰਦੀਆਂ ਕਈਆਂ ਦੇ ਜਿਹੜੇ ਓਨਰ ਆ ਉਹ ਠੀਕ ਆ ਹਨਾ ਪਰ ਜ਼ਿੰਦਗੀ ਉੱਥੇ ਵੀ ਕੋਈ ਹੈ ਨੀ ਸਾਈਪ੍ਰਸ ਚ ਮੋਸਟਲੀ ਸਰ ਆਪਾਂ ਤਾਂ ਹੁਣ ਇੱਥੇ ਬੈਠੇ ਆ ਨਾ ਬਟ ਜਿਹੜੀ ਉੱਥੇ ਬਤੀਤ ਹੋ ਰਹੀ ਉਹ ਉਹਨਾਂ ਨੂੰ ਪਤਾ ਨਾ ਯਾਰ ਇਸੇ ਕਰਕੇ ਪਤਾ ਕੀ ਚੱਕਰ ਆਪਣੇ ਇੰਡੀਆ ਇਹ ਚੱਕਰ ਆ ਮੈਂ ਹਮੇਸ਼ਾ ਹੀ ਇਹ ਚੱਕਰ ਆ ਵੀ ਆਪਣੇ ਇੰਡੀਆ ਮੈਂ ਤਾਂ ਉਹ ਹੀ ਗੱਲ ਲੱਗਾ ਸੁਣਾ ਮੈਂ ਜਿੰਨੀਆਂ ਕਿ ਬਾਹਰ ਦੀਆਂ ਵੀਡੀਓ ਕੀਤੀਆਂ ਮੈਂ ਚਾਹੀਦਾ ਸਮਝਾਉਣਾ ਨਾ ਇੰਡੀਆ ਹਰ ਇੱਕ ਨੂੰ ਲੱਗਦਾ ਵੀ ਇੱਕ ਵਾਰੀ ਬਸ ਨਾ ਬਾਹਰ ਨਿਕਲਣਾ ਵਾ ਨਿਕਲ ਚੱਲੀਏ ਕਿਤੇ
ਜਿਥੇ ਕਿਤੇ ਹੱਥ ਪੈਰ ਪੈਂਦਾ ਨਾ ਬਸ ਉੱਥੇ ਚੱਲ ਚੱਲੀਏ, ਕੁਛ ਨੀ ਲੱਗਾ ਕਨੇਡਾ ਵੀ ਚੱਲ ਜਾਂਗੇ। ਪਰ ਇਹਦੇ ਵਿੱਚ ਅੜ ਜਾਂਦੇ ਆਪਣੇ ਲੋਕੀ, ਉਹ ਏਜੰਟਾਂ ਦੇ ਫਿਰ ਅਗਲੇ ਐਵੇਂ ਹੀ ਵੀ ਜਿਵੇਂ ਹੁਣ ਆਖੀ ਜਾਂਦੇ ਰੋਮਾਨੀਏਸ਼ਨ, ਬਾਅਦ ਦੇ ਵਿੱਚ ਜ਼ਿੰਦਗੀ ਬੰਦੇ ਦੀ ਇਹ ਜਿਹੜਾ ਸਟੈਪ ਬਾਹਰ ਦਾ ਬੜਾ ਸੋਚ ਸਮਝ ਕੇ ਲੈਣਾ ਚਾਹੀਦਾ। ਬੰਦੇ ਜਾਣਕਾਰੀ ਹੋਣੀ ਚਾਹੀਦੀ, ਇੱਕ ਬੰਦਾ ਕੰਮ ਕਰ ਰਿਹਾ, ਇੱਕ ਪ੍ਰੋਸੀਜਰ ਦੇ ਰਿਹਾ ਆਪਣਾ ਪੂਰਾ ਕਰ ਰਿਹਾ ਨਾ ਕੰਮ ਕਰ ਰਿਹਾ, ਦੂਸਰਾ ਬੰਦਾ ਉਹਨੂੰ ਲੋਸ ਚ ਕਰ ਰਿਹਾ ਆ। ਕਾਰਪੈਂਟਰ ਦਾ ਕੰਮ ਆਉਂਦਾ, ਮੈਂ ਅੱਗੇ ਵੀ 2 ਸਾਲ ਪਹਿਲਾਂ ਵੀ ਕਿਹਾ, ਮੇਰੀ ਮਾਸੀ ਦਾ ਮੁੰਡਾ, ਮਾਮੇ ਦਾ ਮੁੰਡਾ, ਮੈਂ ਵੀ ਕੁਵੈਤ ਸੀ, ਵੀ ਕੁਵੈਤ ਵਧੀਆ ਆ, ਰੁਮਾਨੀਆ ਹੋਇਆ ਹੋਰ ਮੁਲਕਾਂ ਨਾਲੋਂ ਕੁਵੈਤ ਸਭ ਤੋਂ ਵਧੀਆ, ਭਾਵੇਂ ਉੱਥੇ ਗਰਮੀ ਆ, ਜੇ ਤੁਹਾਡੇ ਚ ਕੋਈ ਸਕਿੱਲ ਆ ਤੁਸੀਂ ਗੁੱਡ ਮਨੀ ਕਮਾ ਸਕਦੇ ਆ, ਤੇ ਨਾਲੇ ਇੰਡੀਆ ਦੇ ਪਰ ਨਹੀਂ ਹਿੰਦੀ ਹੁਣ ਬਹੁਤ ਬਦਲ ਗਿਆ, ਆ ਟਾਈਮ ਤੇ ਕੁਵੈਤ ਵੀ ਮਾੜਾ ਹਾਲ ਹੋਇਆ, ਅਰਬ ਬਹੁਤ, ਅਰਬ ਚ ਬਹੁਤ ਬੁਰੇ ਹਾਲ ਹੀ ਹੋਣਾ, ਹੁਣ ਬਹੁਤ ਮਾੜਾ ਹੈ, ਤੋ ਗਿਆ ਕਤਰ ਹੋ ਗਿਆ, ਦੁਬਈ ਹੋ ਗਈ, ਕੋਵਿਡ ਕਰਕੇ ਤਾਂ ਹੁਣ ਵਿਹਲੇ ਹੀ ਆ ਮੁੰਡੇ ਕੁਵੈਤ ਚ ਵੀ, ਪਰ ਪੈਸੇ ਪ੍ਰੋਜੈਕਟ ਲੈਸ ਹੋ ਗਏ ਇਹ, ਨਹੀਂ ਨਹੀਂ ਹੁਣ ਉੱਥੇ ਬਹੁਤ ਹਿੰਦੀ ਹੁਣ ਆ, ਕੋਵਿਡ ਤੋਂ ਪਹਿਲਾਂ ਮੈਂ ਗਿਆ ਸੀ ਉਦੋਂ, ਉਦੋਂ ਨਹੀਂ ਸੀ, ਹੁਣ ਹਾਲਾਤ ਉੱਥੇ, ਉਹ ਦੁਬਈ ਗਿਆ ਸੀ, ਉੱਥੇ ਸਾਰੇ ਆਉਂਦੇ ਆ, ਯਾਰ ਦੁਬਈ ਦਾ ਤਾਂ, ਦੁਬਈ ਤਾਂ ਕੁਵੈਤ ਦਾ ਡਿਫਰੈਂਸ ਆ, ਦੁਬਈ ਕੁਵੈਤ ਤੂੰ ਸੇਮ ਹੀ ਨਾ ਮਲਾਈ ਚੱਲ, ਉਹ ਪਲੇਰਾ ਕੰਸਟਰਕਸ਼ਨ ਦਾ ਕੰਮ ਮਰ ਗਏ ਆ ਸਾਰੇ ਬੰਦੇ, ਹੁਣ ਉਹ ਗੱਲ ਨਹੀਂ ਰਹੀ ਉੱਥੇ, ਕਿਆ ਹੈ ਜੀ ਮੈਨੂੰ ਪੇਜ ਤੇ ਮੈਸੇਜ ਕਰੀ, ਫਿਰ ਕਰਦੇ ਗੱਲ ਬਾਤ ਤੇਰੇ ਨਾਲ, ਬਾਕੀ ਉਹਦੀ ਵੀ ਗੱਲ ਕਰ ਦਈਏ, ਉਹਨੇ ਵੀ ਜਿਹੜਾ ਕੰਮ ਹੋਇਆ, ਉਹ ਵੀਰ ਵੀਰ ਕਹਿੰਦਾ ਮਤਲਬ ਅੱਗੇ ਜਾਣ ਦਾ, ਅੱਗੇ ਜਾਣ ਦਾ ਵੀਰ ਹਨਾ ਵੀ 2 ਨੰਬਰ ਦਾ ਹੀ, ਇੱਥੋਂ ਬੈਸਟ ਚਾਂਸਸ ਇਹੀ ਆ ਵੀ ਆਪਣੇ ਪੈਸੇ ਕਮਾਓ, ਦੋ ਇੰਡੀਆ ਜਾਓ ਜਾਂ ਆਸੇ ਪਾਸੇ ਹੋਰ ਬੰਨੇ ਇੱਕ ਅੱਧੇ ਵੀ ਟਰੈਵਲ ਕਰਨ ਜਾਓ, ਤੇ ਖੁਦ ਹੀ ਅਪਲਾਈ ਕਰ ਲਓ ਬਾਅਦ ਦੇ ਵਿੱਚ, ਅਸੀਂ ਇੱਥੋਂ ਕਿਸ ਤਰ੍ਹਾਂ ਕਿਸੇ ਨੂੰ ਮਿਲ ਸਕੀ ਜਾਂ ਕਿੱਦਾਂ ਜਾ ਸਕੀਏ ਵੀ ਸਾਨੂੰ ਲੀਗਲ ਤਰੀਕੇ ਨਾਲ। ਭਾਜੀ ਲੀਗਲ ਮੈਂ ਉਹੀ ਆਖਣ ਡਿਆ ਵੀ ਲੀਗਲ ਜਾਣਾ, ਫਿਰ ਤੁਹਾਨੂੰ ਟੂਰਿਸਟ ਵੀਜ਼ੇ ਤੇ ਜਾਓਗੇ, ਤੇ ਟੂਰਿਸਟ ਵੀਜ਼ਾ ਤੁਹਾਨੂੰ ਏਦਾਂ ਹੀ ਆ, ਇਹ ਵੀ ਨੀ ਵੀ ਕਈ ਲੋਕ ਇਹ ਗਲਤੀ ਕਰ ਦਿੰਦੇ ਆ ਕਿ ਕਿਸੇ ਆਪਾਂ ਫੋਰਨ ਕੰਟਰੀ ਚ ਬੈਠੇ ਆ, ਆਪਾਂ 4 ਸਾਲ ਹੋ ਗਏ ਆਪਾਂ ਘਰੇ ਨੀ ਗਏ, ਆਪਾਂ ਟੂਰਿਸਟ ਗਾਂਹ ਅਪਲਾਈ ਕਰਨ ਡੇ ਆ, ਉਹਦੇ ਵਿੱਚ ਇਹ ਹੋ ਜਾਂਦਾ ਵੀ ਕਿਸ ਬੰਦੇ ਤੋਂ ਅਗੇਂਸਟ ਹੋ ਜਾਂਦਾ ਵੀ ਯਾਰ ਤੂੰ ਆਪਦੇ ਘਰੇ ਤੇ ਜਾਣ ਨੀ ਡਿਆ, ਆਪਣੇ ਫੈਮਿਲੀ ਨੂੰ ਮਿਲਣਾ, ਟੂਰਿਸਟ ਨੂੰ ਕਿੱਧਰ ਗਾਂਹ ਘੁੰਮਣ ਫਿਰਨ ਜਾਣ ਡਿਆ, ਵੀ ਆਪਣਾ ਇੰਡੀਆ ਦਾ ਗੇੜਾ ਵੀ ਥੋੜਾ ਜਿਹਾ ਫ੍ਰੀਕੁਐਂਟ ਰੱਖੋ, ਤੇ 1-6 ਮਹੀਨਿਆਂ ਬਾਅਦ ਕਿਤੇ ਹੋਰ ਕੰਟਰੀ ਕਿਤੇ ਨਾਲ ਦੀ ਘੁੰਮੋ, 2 ਕੰਟਰੀਆਂ ਘੁੰਮੋਗੇ ਤੇ ਫਿਰ ਅਪਲਾਈ ਕਰੋਗੇ ਤੇ ਫਿਰ ਚਾਂਸਸ ਵੱਧ ਜਾਂਦੇ ਭਾਜੀ, ਵੀ ਇਹ ਵੀ ਇਨਵੈਸਟਮੈਂਟ ਹੀ ਮੰਨ ਲਓ, ਵੀ ਹੁਣ ਤੁਸੀਂ ਹੁਣ ਰੋਮਾਨੀਆ ਤੋਂ ਲਾਗੇ ਜਿਹੜੀਆਂ ਕੰਟਰੀਆਂ ਜਿਵੇਂ ਸਰਬੀਆ ਵਾ, ਉੱਥੇ ਤੁਸੀਂ ਚੱਲ ਜਾਓ ਘੁੰਮਣ ਫਿਰਨ, ਉੱਧਰ ਦਾ ਲਵਾ ਲਓ, ਉਹ ਹੈ ਵੀ ਤੁਹਾਨੂੰ ਵੀ ਤੁਹਾਨੂੰ ਤਾਂ ਮਿਲ ਹੀ ਜਾਣੀ ਐਂਟਰੀ, ਨੋ ਪ੍ਰੋਬਲਮ ਉਹਦਾ, ਹਾਂ ਉੱਥੇ ਘੁੰਮਾਓ, ਉਹਦੀ ਸਟੈਂਪ ਲੱਗ ਗਈ ਕਿਤੇ ਕਦੇ ਹੋਰ ਘੁੰਮਾਓ, ਵੀ ਤੁਹਾਡਾ 50-60 ਹਜ਼ਾਰ ਤੁਸੀਂ 2-3 ਕੰਟਰੀਆਂ ਲਾ ਲਈਆਂ ਕਵਰ ਕਰ ਲੈਣੀ ਆ, ਜਦੋਂ ਚੀਜ਼ਾਂ ਨਾਰਮਲ ਹੋ ਗਈਆਂ, ਹੁਣ ਤਾਂ ਕੁਛ ਵੀ ਨੀ ਭਾਜੀ, ਹੁਣ ਤਾਂ ਇੰਡੀਆ ਨੀ ਜਾ ਹੋਣ ਡਿਆ, ਹਾਂਜੀ ਸਰ ਜੀ, ਉਹ ਹੁਣ ਤਾਂ ਮੇਰਾ ਸਾਡਾ ਆਪਣਾ ਇੱਕ ਬੰਦਾ ਗਿਆ, ਵਾਪਸ ਨੀ ਆ ਸਕਿਆ, ਏਦਾਂ ਏਦਾਂ ਹੀ ਭਾਜੀ, ਗੱਲਾਂ ਬਹੁਤ ਆਉਣੀਆਂ, ਅਗਲੀ ਕਾਲ ਕਰਦੇ, ਇੱਕ ਮਿੰਟ ਗੱਲ ਤੂੰ ਵੀ ਕਹਿ ਦੀ, ਕਾਲ ਲੈ ਲਵਾਂ ਵਿੱਚ ਮੈਂ, ਕਾਲ ਐਡ ਕਰ ਲਈਏ, ਇੱਕ ਸੈਕਿੰਡ ਰੁਕ ਜਾ। ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲਦੇ ਭਾਜੀ? ਹੈਲੋ ਹੈਲੋ, ਹਾਂਜੀ ਭਾਜੀ ਕਿੱਥੋਂ ਬੋਲਦੇ, ਕੀ ਸਵਾਲ ਆ? ਸਤਿ ਸ੍ਰੀ ਅਕਾਲ ਭਾਜੀ, ਭਾਜੀ ਮੈਂ ਇੰਡੀਆ ਤੋਂ ਬੋਲਦਾ ਪਿਆ ਇਕਬਾਲ, ਹੈ ਨਾ? ਹਾਂਜੀ ਕੀ ਸਵਾਲ ਵੀਰੇ? ਹੈਲੋ, ਹਾਂਜੀ ਪੁੱਛੋ ਭਾਜੀ ਪੁੱਛੋ। ਹੈਲੋ ਉਹ ਭਾਜੀ ਪੁੱਛੋ, ਕੀ ਸਵਾਲ ਆ? ਭਾਜੀ ਮੈਂ ਇਹ ਪੁੱਛਣਾ ਸੀਗਾ ਕਿ ਮੰਡੀਲਾ ਦੇਸ਼ ਬਾਰੇ ਤੁਸੀਂ ਕੋਈ ਜਾਣਕਾਰੀ ਦਿਓ, ਹਨਾ ਕਿੱਦਾਂ ਆ ਉੱਥੇ, ਕੀ ਕੁਛ ਹੁੰਦਾ ਆ ਮਨੀਲੇ ਦੀ? ਗੱਲ ਸੁਣ ਲਾ ਭਰਾਵਾ, ਕੱਲ ਇੱਕ ਮੈਂ ਹਨਾ ਵੀਕ ਹੋ ਗਿਆ, ਇੱਕ ਟੀਵੀ ਤੇ ਕੁੜੀ ਆਉਂਦੀ ਮਨੀਲੇ ਦੀ,
ਤੇ ਮਨੀਲੇ ਚ ਤਾਂ ਵੈਸੇ ਮੋਸਟਲੀ ਕੰਮ ਆਪਣਾ ਹੋਈ ਪੈਸੇ ਦਾ ਹੀ ਆ, ਵਿਆਜੂ ਪੈਸੇ ਦਾ, ਤੇ ਉੱਥੇ ਗੋਲੀ ਵੀ ਬਹੁਤ ਵੱਜਦੀ ਆ, ਤੇ ਪੈਸੇ ਲੋਕ ਦੇ ਦੂ ਕੇ ਵਿਆਜੂ ਤੇ ਗੋਲੀ ਮਰਵਾ ਕੇ ਬੰਦੇ ਨੂੰ ਮਾਰ ਦਿੰਦੇ ਆ, ਹਨਾ ਜੀ ਭਾਜੀ। ਸਭ ਵੀ ਸੁਣਦਾ ਤੂੰ ਵੀ? ਸੁਣਦਾ ਸੁਣਦਾ ਮੈਂ ਇੱਕ ਮਾੜੀ ਜੀ ਸਟੋਰੀ ਸੁਣਾਉਣਾ ਤੁਹਾਨੂੰ, 2 ਮਿੰਟ। ਇੱਕ ਕੁੜੀ ਆ ਹਨਾ, ਕੈਨੇਡਾ ਦੇ ਵੱਖਰੇ ਵੱਖਰੇ ਚੈਨਲਾਂ ਤੇ ਉਹ ਆ ਗਈ ਹਨਾ, ਮਹੀਨਾ ਹੋ ਗਿਆ, ਉਹਨਾਂ ਕੇਸ ਸੁਣੋ ਬਾਈ। ਉਹ ਕੁੜੀ ਦਾ ਹੋ ਗਿਆ ਸੀ, ਨਹੀਂ ਡਿਵੋਰਸ ਨਹੀਂ ਸੀ, ਕਹਿੰਦੀ ਮੇਰਾ ਘਰ ਵਾਲਾ ਮੈਨੂੰ ਛੱਡ ਗਿਆ ਸੀ, 5 ਸਾਲ ਦੀ ਉਹਦੇ ਕੁੜੀ ਸੀ ਹਨਾ, ਮਨੀਲੇ ਦੀ ਆ। ਮਨੀਲੇ ਜੀ ਉਹਦਾ ਕੰਮ ਸੀ ਗੋਲਡ ਦਾ, ਗੋਲਡ ਇਧਰੋਂ ਉਧਰੋਂ ਲੈ ਕੇ ਗਾਂ ਪਿਛਾਂ ਕਰਦੀ ਸੀ ਹਨਾ, ਦੁਕਾਨਾਂ ਤੇ ਜੋ ਵੀ, ਵੀ ਆਪਣੇ ਆਪ ਨੂੰ ਵਧੀਆ ਉਹਦਾ ਸੈਟ ਹੋ ਗਿਆ ਸੀ ਹਨਾ, ਵਧੀਆ ਬਿਜ਼ਨਸ ਸੀ ਹਨਾ, ਕਰੋੜਪਤੀ ਬਣ ਗਈ ਸੀ। ਤੇ ਉਹਨੂੰ ਇੱਕ ਪੰਜਾਬੀ ਮੁੰਡਾ ਮਿਲਿਆ ਸੰਗਰੂਰ ਜ਼ਿਲ੍ਹੇ ਦਾ, ਸਾਰਾ ਕੁਛ ਉਹਨੇ ਦੱਸਿਆ, ਉਹਦੀਆਂ ਫੋਟੋਆਂ ਵੀ ਪੇਸ਼ ਕੀਤੀਆਂ, ਤੇ ਉਹ ਮੁੰਡੇ ਨੇ ਉਹਨੂੰ ਮਿੱਠੀਆਂ ਗੱਲਾਂ ਚ ਲੈ ਕੇ ਉਹਦਾ ਸਾਰਾ ਬਿਜ਼ਨਸ ਦਾ ਠੱਪ ਕਰਾ ਕੇ, ਉਹ ਕਹਿੰਦਾ ਮੈਂ ਮਨੀਲਾ ਨਹੀਂ ਆਉਣਾ, ਮੈਨੂੰ ਵਧੀਆ ਨਹੀਂ ਲੱਗਦੀ ਇਹ ਕੰਟਰੀ, ਫਿਲੀਪੀਨ ਵੀ ਮੈਂ ਹੋਰ ਕਿਤੇ ਜਾਣਾ। ਕਹਿੰਦੀ ਚੱਲ ਚੰਗਾ, ਅਗਲੀ ਉਹਦੇ ਪਿਆਰ ਚੰਨੀ ਹੋ ਗਈ ਲਾ ਲਓ, ਜੋ ਮਰਜ਼ੀ ਲਾ ਲਓ ਹਨਾ, ਉਹ ਸਾਰਾ ਕੁਝ ਛੱਡ ਕੇ ਭਰਾਵੋ, ਮੈਨੂੰ ਤਾਂ ਪਹਿਲੀ ਗੱਲ ਯਕੀਨ ਨਹੀਂ ਆਉਂਦਾ ਪਿਆ। ਉਹ ਕਹਿੰਦੀ ਆ 500 ਕਰੋੜ ਰੁਪਈਆ, ਸਾਬੀ ਹੋ ਸਕਦਾ 500 ਕਰੋੜ ਇੱਦਾਂ ਮਨੀਲੇ ਤੋਂ ਇੰਡੀਆ ਦੇ ਬੈਂਕਾਂ ਚ? ਹੈਲੋ, ਨਹੀਂ ਉਹ ਨਹੀਂ ਨਹੀਂ ਉਹ ਨਾ ਉਹ ਕਈ ਵਾਰੀ ਬੋਲ ਜਾਂਦੀ ਗਲਤ, ਉਹ ਕਹਿਣਾ ਚਾਹੁੰਦੀ ਹੁੰਦੀ 5.5 ਕਰੋੜ, ਕਈ ਵਾਰੀ 500 ਕਰੋੜ, 550 ਕਰੋੜ। ਨਹੀਂ ਨਹੀਂ ਯਾਰ, ਮੈਂ ਸੁਣਦਾ 3-4 ਟੀਵੀਆਂ ਤੇ ਆਈ ਮੋਰ, ਪੁੱਛਦੇ ਵੀ ਹੋਸਟ ਵੀ 5 ਕਰੋੜ, ਕਹਿੰਦੀ ਨਹੀਂ 550 ਕਰੋੜ, ਉਹ ਫੇਰ ਪੁੱਛਦਾ 5 ਕਰੋੜ ਪਿਆ ਨਹੀਂ, ਪਤਾ ਕੀ ਚੱਕਰ ਆ, 550 ਕਰੋੜ, ਤੂੰ ਸੁਣਿਆ ਉਹਨੂੰ? ਮੈਂ 5 ਕਰੋੜ ਮਨੀਲਾ ਬੈਠੀ ਨੇ ਇੰਡੀਆ ਬੈਠੇ ਦੇ ਅਕਾਊਂਟਾਂ ਚ ਪਾ ਤੇ, ਇੰਡੀਆ ਕੇ ਉਹਨਾਂ ਨਾਲ ਵਿਆਹ ਕਰਾਇਆ, ਤੇ ਉਹ ਮੁੰਡਾ ਆਪਣਾ ਉਹਨਾਂ ਵਿਆਹ ਕਰਾ ਕੇ ਉਹਦੇ ਪੈਸਿਆਂ ਨਾਲ ਅਮਰੀਕਾ ਭੱਜ ਗਿਆ, ਤੇ ਉਹ ਉੱਥੇ ਦੀ ਉੱਥੇ ਧੱਕੇ ਖਾਂਦੀ ਆ ਹਨਾ। ਹਾਂ ਹਾਂ ਨਹੀਂ ਨਹੀਂ ਹੈ ਤੇ ਉਹ ਏਦਾਂ ਦੇ ਕੇਸ ਹੋਇਆ ਨਾਲ, ਜਿਹੜੇ ਪੈਸੇ ਪਾਉਣ ਦੀ ਗੱਲ ਆ ਨਾ, ਪੈਸੇ ਉਹ ਜੇ ਉਹਨੂੰ ਪੁੱਛਣਾ ਨਾ, ਉਹ ਉੱਥੋਂ ਪੁੱਛਣਾ ਵਾ ਜਿੱਥੋਂ ਪੈਸੇ ਪੈ ਰਹੇ ਆ, ਉਹ ਤਾਂ ਉਹੀ ਗਵਰਨਮੈਂਟ ਨੂੰ ਕੁਐਸਚਨ ਕਰੂਗੀ, ਇੰਡੀਆ ਵਾਲਿਆਂ ਨੂੰ, ਇੰਡੀਅਨ ਨੂੰ, ਤੇ ਉਹ ਪੈਸੇ ਆ ਰਹੇ ਆ ਅਕਾਊਂਟ ਦੇ ਵਿੱਚ, ਉਹ ਬਾਹਰੋਂ ਆ ਰਹੇ ਫੋਰਨ, ਉਹਨਾਂ ਨੂੰ ਨੀਗਾ ਏਡਾ ਮੇਨ ਹੁੰਦਾ ਵੀ ਹੁਣ ਜਿਵੇਂ ਇੱਥੋਂ ਆਪਾਂ ਪੈਸੇ ਪਾਈਏ ਇੰਡੀਆ ਅਕਾਊਂਟ ਜਿੰਨੇ ਮਰਜ਼ੀ ਪਾਈ ਆ, ਵੀ ਲਿਮਿਟ ਦੇ ਹਿਸਾਬ ਨਾਲ, ਇੱਥੋਂ ਇਹ ਕੁਐਸਚਨ ਕਰ ਸਕਦੇ, ਤੂੰ ਦੱਸ ਤੇਰਾ ਸੋਰਸ ਆਫ ਇਨਕਮ ਕੀ ਆ, ਤੈਨੂੰ ਪੈਸੇ ਕਮਾਈ ਆਉਣ ਕਿੱਥੋਂ ਡਈ ਆ? ਕਹਿੰਦੀ 70 ਲੱਖ ਦੀ ਮੁੰਡੇ ਨੇ ਕੋਠੀ ਪਾ ਲਈ, 500 ਕਰੋੜ ਕਹਿੰਦੀ ਹੈ। ਕਹਿੰਦੀ ਜਿਹੜੀ ਏਜੰਟ ਮਨਜੀਤ ਕੌਰ ਤੋਂ ਉਹਨੇ ਅਮਰੀਕਾ ਦਾ ਲਵਾਇਆ, ਉਹ ਮਨਜੀਤ ਕੌਰ ਦਾ ਘਰ ਵਾਲੇ ਉਹਦੇ ਆਪਣੇ ਟਰੱਕ ਆ ਅਮਰੀਕਾ ਚ, ਤੇ ਉਹ ਮੁੰਡਾ 2 ਨੰਬਰ ਚ ਗਿਆ ਤੇ ਮਨਜੀਤ ਕੌਰ ਦੇ ਘਰ ਵਾਲੇ ਨੇ ਬੌਂਡ ਭਰਿਆ, ਮੇਰੇ 500 ਕਰੋੜ ਨਾਲ ਮਨਜੀਤ ਕੌਰ ਨੇ ਵਿਆਹ ਕਰਾਇਆ, ਥਾਈਲੈਂਡ ਪਲੇਨ ਭਰ ਕੇ ਲੈ ਗਏ ਜੀ ਗੈਸਟਾਂ ਦਾ, ਉੱਥੇ ਪਾਰਟੀ ਕੀਤੀ 2 ਵੀਕ ਏਦਾਂ ਓਦਾਂ। ਭਈ ਯਾਰ ਭਈ ਚੱਲ ਠੀਕ ਆ, ਪੈਸਾ ਬੜਾ ਯਾਰ ਹੁਣ ਮੈਂ ਚੱਲ ਨਹੀਂ ਉਹ ਤਾਂ ਗੱਲ ਸਹੀ ਹੋਣਾ ਵੀਰ ਦੀ ਗੱਲ ਵੀ ਮਨੀਲਾ ਹਨਾ ਵੀ ਪੈਸਾ ਬਹੁਤ ਆ, ਮੇਰੇ 2-3 ਨੌਨ ਬੰਦੇ ਆ ਉੱਥੇ, ਇੱਕ ਤਾਂ ਮੇਰੇ ਤਾਏ ਦਾ ਮੁੰਡਾ ਉੱਥੇ ਆ ਤੇ ਇੱਕ ਗਾਂ ਉਹਨਾਂ ਦਾ ਨੌਨ ਹਨਾ, ਵੀ ਉਹਨਾਂ ਨੇ ਕਰੋੜਾਂ ਰੁਪਈਆ ਉੱਥੇ ਕਮਾਇਆ ਵਾ, ਵੀ ਕੰਟਰੀ ਸੇਫ ਨੀ ਇੰਨੀ ਹੈਗੀ, ਹੈ ਇੰਡੀਆ ਕਈ ਆ ਕੰਮ ਉੱਥੇ, ਵੀ ਮੈਂ ਉਹ ਤਾਏ ਦੇ ਮੁੰਡੇ ਕੋਲ ਵੀ ਜਾਣਾ ਸੀ ਇੰਡੀਆ ਤੋਂ, ਤੁਹਾਡੇ ਸਸਤੀ ਟਿਕਟ ਆ ਤੇ ਇਹਨੇ ਫਿਊਚਰ ਹੋਇਆ ਤੇ ਜ਼ਰੂਰ ਉੱਥੇ ਵੀ ਜਾਣਾ ਹੀ ਜਾਣਾ, ਪਰ ਜਿੰਨੀ ਕੁ ਮੈਂ ਉਹਨਾਂ ਤੋਂ ਗੱਲ ਜਿਹੜੀ ਮੈਂ ਜਾਣਦਾ ਵਾ ਉਹੀ ਆ ਵੀ ਜਿੰਨਾ ਤੁਸੀਂ ਪੈਸਾ ਇਨਵੈਸਟ ਕਰ ਦੋਗੇ ਨਾ ਉਹਦੇ ਹਿਸਾਬ ਦੀ ਤੁਹਾਡੀ ਇਨਕਮ ਆ, ਤੁਸੀਂ ਆਪਣਾ ਕੰਮ 50 ਲੱਖ ਲਾ ਕੇ ਸਟਾਰਟ ਕਰਦੇ ਆ ਤੇ ਤੁਹਾਡੀ ਉਹਦੇ ਹਿਸਾਬ ਦੀ ਇਨਕਮ ਆ, ਲੋਕਾਂ ਨੂੰ ਸਮਾਨ ਵਗੈਰਾ ਦਿੰਦੇ ਆ ਵੀ ਉਹ ਬਾਅਦ ਚ ਕਿਸ਼ਤਾਂ 'ਚ ਪੈਸੇ ਇਕੱਠੇ ਕਰਨੇ, ਤੇ ਜਿਹੜੇ ਉੱਪਰਲੇ ਉੱਪਰ ਬੈਠੇ ਉਹਨਾਂ ਦੀ ਹੋਰ ਵੱਡੀਆਂ ਗੇਮਾਂ ਵਾ, ਤੇ ਜਿਹੜਾ ਐਵਰੇਜ ਬੰਦਾ ਉਹ ਜਾ ਕੇ ਇੱਦਾਂ ਹੀ ਆ ਵੀ ਸਮਾਨ ਸਮੂਨ ਪਾ ਕੇ ਵੀ ਦਿੰਦਾ ਵਾ ਤੇ ਬਾਅਦ ਚ ਉਹਨਾਂ ਦੀਆਂ ਕਿਸ਼ਤਾਂ ਕਰਾਉਂਦਾ ਵਾ। ਹਾਂਜੀ ਤੇ ਕੰਮ ਉਹ ਕਰਦੇ ਥੋੜੇ, ਹੁਣ ਜਿੱਦਾਂ ਮੇਰਾ ਤਾਏ ਦਾ ਮੁੰਡਾ ਉਹਨੂੰ ਮੈਂ ਫੇਰ ਇੱਕ ਵਾਰ ਕਿਹਾ, ਮੈਂ ਕਿਹਾ ਤੂੰ ਇੱਥੇ ਆਉਣਾ ਤੇ ਵੇਖ ਲਾ ਆ ਜਾ ਹਨਾ, ਤੇ ਉਹ ਕਹਿੰਦਾ ਨਾ ਭਰਾਵਾ, ਉਹ ਕਹਿੰਦਾ ਅਸੀਂ ਸਿਰਫ 2 ਘੰਟੇ ਜਾਈਦਾ ਵਾ, ਸਾਰੀ ਦਿਹਾੜੀ ਵਿਹਲੇ ਰਹੀਦਾ, ਕਹਿੰਦਾ ਐਨ ਵੀ ਤਾਸ਼ ਹੀ ਕੁੱਟੀ ਦੀ, ਕਹਿੰਦਾ ਬਹਿ ਗਏ ਸਾਡੇ ਕੋਲ। ਭਾਈ ਹੁਣ ਗੱਲ ਸੱਚੀ ਆ, ਹੁਣ ਇੱਥੇ ਆਪਾਂ ਵੀ ਹੁਣ ਤੂੰ ਵੀ ਇੱਥੇ ਗਿਆ ਵਾ, ਖੇਤੀ ਦੀਆਂ ਦਿਹਾੜੀਆਂ ਲਾਉਣੀਆਂ ਸੌਖੀਆਂ, ਹੁਣ ਅਗਲਾ ਆਉਂਦਾ ਕਹਿੰਦਾ ਭਾਈ ਮੇਰੇ ਕੋਲ ਨੀ ਇਹ ਕੰਮ ਹੋਣੇ, ਵੀ ਅਸੀਂ ਇੱਥੇ ਸੈਟਾਂ ਵੀ, ਇਹ ਗੱਲ ਜ਼ਰੂਰ ਆ ਕਿ ਉਹ ਕੰਟਰੀ ਵੀ ਗੱਲ ਇਹ ਮੁੱਕਦੀ, ਇੰਡੀਆ ਟੌਰ ਮਾਰਨੀ ਹੁਣ ਫੋਰ ਐਗਜ਼ਾਮਪਲ ਹੁਣ ਜਿਹੜੇ ਜਿਹਨਾਂ ਨੂੰ ਮੈਂ ਜਾਣਦਾ ਨਾ, ਜਿਹੜੇ ਮੇਰੇ ਤਾਏ ਦੇ ਨੌਂ ਆ ਬੰਦੇ, ਉਹ ਪੁਰਾਣੇ ਆ ਮਨੀਲਾ, ਹੁਣ ਮੰਨ ਲਾ ਕਿਤੇ ਇੰਡੀਆ ਕਿਤੇ ਵਿਆਹ ਟੱਕਰ ਜਾਣਾ, ਇੱਕ ਸਾਈਡ ਉਹ ਹੋਣ, ਇੱਕ ਸਾਈਡ ਅਮੈਰੀਕਾ ਦਾ ਕੋਈ ਬੰਦਾ ਬੈਠਾ ਹੋਵੇ, ਅਮੈਰੀਕਾ ਦਾ ਉਹ ਟਰੱਕ ਚਲਾਉਂਦਾ ਹੋਵੇ ਮੁੰਡਾ, ਤੇ ਉਹ ਮਨੀਲਾ ਵਾਲਾ ਉਹ ਬੰਦਾ ਬੈਠਾ ਹੋਵੇ, ਹਰੇਕ ਨੇ ਇੱਜ਼ਤ ਕਰੀ ਜਾਣੀ ਅਮੈਰੀਕਾ ਵਾਲੇ ਦੀ, ਵੀ ਅਮੈਰੀਕਾ ਤੋਂ ਆਇਆ ਨਾ, ਅਮੈਰੀਕਾ ਦਾ ਹੁਣ ਉਹ ਡਰਾਈਵਰ ਵੀਰ ਮੇਰਾ ਕੋਈ 3-4 ਲੱਖ ਮੈਕਸੀਮਮ ਬਣਾਉਂਦਾ, ਉਹਦਾ ਹੁਣ ਉੱਥੇ ਕਰੋੜਾਂ ਦਾ ਬਿਜ਼ਨਸ ਆ ਹਨਾ, ਵੀ ਪੈਸਾ ਤੁਹਾਡੇ ਕੋਲ ਗਰੋਥ ਉੱਥੇ ਵੀ ਬਹੁਤ ਆ, ਮੇਰਾ ਕਹਿਣ ਦਾ ਮਤਲਬ ਇਹ ਆ ਪੈਸਾ ਉੱਥੇ ਵੀ ਬਹੁਤ ਆ, ਪਰ ਹਾਂ ਇਹ ਗੱਲ ਜ਼ਰੂਰ ਆ ਸੇਫ ਨਹੀਂ ਹੈਗੀ ਇੰਨੀ ਕੰਟਰੀ ਆ। ਹਾਂ ਸੇਫ ਹੈ ਨੀ ਗੀ, ਪੈਸਾ ਹੈਗਾ ਆ, ਤੇ ਹੁਣ ਉਹਨਾਂ ਦੇ ਜਿਹੜਾ ਨਵਾਂ ਪ੍ਰਧਾਨ ਮੰਤਰੀ ਆ ਉਹਨੇ ਵਵਨ ਨਾਥੀ ਉਹਦਾ ਪਾਈ ਸੀ, ਉਹ ਤਾਂ ਹੈ ਵੀ ਸ਼ਦਾਈ ਹੀ ਆ,
गोली मारे सजा दें पैसे भी ले लेंगे करा के कई बार बंदा मार देंगे कहते नहीं छ पिट पिट मरदा हुंदा वा भी प्लीज कनेडा नूं 25-30 लख ला के उत्थे 2 साल बाद च खज्जल होण वास्ते पीआर होण वास्ते सिंपल यूरोपियन कंट्रियां दा कईआं दा अपलाई करो नॉर्वे स्वीडन डेनमार्क फिनलैंड जर्मनी इन्हां दे स्टडी बेस ते तुसीं अपलाई करो ते तुहाडे बहुत घट खर्चे ते जिन्ना पैसा तुहाडा इन्वेस्टमेंट होणा इत्थे तुसीं उदों तक खुद मालक बण सकदे बिजनेस दे ते उदों नालों ज्यादा कम कैनेडा भी मैं माड़ा नहीं आता उड़े मुल्क भी ना सोचो भी कोई जना नहीं शायद अफकोर्स जो मैं पहला पासपोर्ट लाया भी कनेडा नहीं लाया इंडिया तो यह नहीं भी गल कहने को यह सोच लो भी हाथ ना पहुंचे थू कौड़ी ये गल भी हूँ अकल जी आने लग पी अकल जी ये आ गई भी गल जो असली जिदा मैं एक वीडियो भी की असली पासपोर्ट पैसा ही है मेन आ पैसा कमाऊंगे ना तो सारा कुछ हथी है तो आप जो ओडे हिसाब एक साइड वो चीजा करिए भी मैं पहला 20 लाख कनेडा स्टडी बेस से लावा फिर 2 साल ओदिया फीसा भी भरा उस तो बाद फिर मैं पी आर कित LMI लेनी पैनी है 15,000-20,000-30,000 डॉलर खर्च के 4 साल बाद मैं आलमोस्ट 50 लाख रुपया खर्च के बाद फिर मैं काम करना लभना करना स्टार्ट करना उन्ने चिर तक इतने बंदा अपना इन्होंने मुल्क अपनी जिंदगी सैट कर जाता सो नाले है भी ईजी है तुम वीडियो इंदी दे यूट्यूब चैनल ते हैगी आ स्टडी इन इटली समथिंग इदां इटली ओदे विच ही मुंडा आया सी सारी वीडियो उस तों अलावा हां उस तों अलावा स्वीडन दी भी कीती पई है स्वीडन दे विच की प्रोसेस आ नॉर्वे दी भी कीती आ नॉर्वे तों मेरे इक भाजी बहुत पुराने आ स्टूडेंट ओदी डिस्क्रिप्शन दे विच सारीआं वैबसाइटां दे लिंक भी दसे आ ते तुसीं उहनां नाल कॉन्टैक्ट कर सकदे आ ते ओह रिप्लाई भी करदे आ बहुत वधिया तरीके नाल तुसीं कॉन्टैक्ट करो रिप्लाई कर दिंदे आ वी आड़ा मेन इंटरनेट से सारा कुछ है भाजी थोड़ा एफर्ट मारनी पैंदी है हल्की हाँ यूरोप आना घट खर्चे आ बंदा जिवें हुण इटली तां घट खर्चे च 50,000 लख क्योंकि इत्थे दी यूनिवर्सिटीज फीस नहीं पहला मंगदियां वो कहिंदे जे तुसीं आओगे जो तुसीं ज्वाइन करोगे उदों फीस लेनी है हेलो हां जी बाजी हां जी बाजी सभी नु सवाल हां जी बाजी सभी सब जनती नु सारे सताल जी सताल जी हां जी भाई अज केड़ा विषय रखा सी अज कंट्रियां दा विषय रखा है कि केड़ी कंट्री ज्यादा बेटर है केड़ी नहीं पर यूरोप दियां कंट्रियां कोई माड़ियां नहीं कोई कंट्री माड़ी नहीं हुंदी मैं भाजी बिलकुल न्यूट्रल हो के तुहानू गल दसदा भी ओ कंट्रियां समृद्ध होईयां पुराने टाइम दियां कैनेडा जेडे टाइम का कैनेडा दे विच पैसा सी ना जदों अपने 50-60 साल पहला लोग जाने शुरू हो गए सी उदों शायद स्पेन दे हालात अपने इंडिया वर्गे ही शायद इंडिया तों 72 होण ये कंट्रियां यूरोप दियां सिर्फ जर्मनी इंग्लैंड 2-3 कंट्रियां ही जिहड़ियां शुरू तों सैट रहियां ने ते बाकी सारिआं ने तरक्की लेट लेट कीती है ते इस करके फर्क तां जरूर हैगा फर्क दे विच कोई नहीं भी इह नहीं आपां आख दिंदे भी स्पेन कैनेडा नालों बैटर आ जां ਇੱਦਾਂ ਨਹੀਂ ਕਿ ਡੈਫੀਨੇਟਲੀ ਕੈਨੇਡਾ ਬੈਟਰ ਆ ਬਟ ਜਿਹੜਾ ਆਪਾਂ ਟਾਈਮ ਉੱਧਰ ਨੂੰ ਇਨਵੈਸਟ ਕਰਨਾ ਨਾ ਜੇ ਬੰਦਾ ਇੱਧਰ ਨੂੰ ਆਪਣਾ ਸੋਚ ਕੇ ਆ ਜੇ ਤੇ ਬੰਦਾ ਦਿਮਾਗੀ ਜ਼ਿਆਦਾ ਇੱਥੇ ਪੈਸੇ ਬਣ ਜਾਂਦੇ ਆ ਬਿਜ਼ਨਸ ਵਗੈਰਾ ਸਸਤੇ ਖੁੱਲ ਜਾਂਦੇ ਆ ਬੰਦਾ ਉਹਦੇ ਹਿਸਾਬ ਨਾਲ ਕਰੇ ਤੇ ਵੀ ਤਰੱਕੀ ਇੱਥੇ ਵੀ ਉਹ ਹੀ ਉਹਨਾਂ ਨਾਲ ਵੀ ਸ਼ਾਇਦ ਵੱਧ ਹੋ ਜਾਂਦੀ ਆ ਹੁਣ ਕੈਨੇਡਾ ਦੇ ਵਿੱਚ ਤੁਹਾਨੂੰ ਤੁਸੀਂ ਇੰਡੀਆ ਆਉਂਦੇ ਆ ਨਾ ਕੈਨੇਡੀਅਨ ਆਪਣੇ ਲੋਕ ਤੁਸੀਂ ਜੇ ਪਰਸੈਂਟੇਜ ਵੇਖੋਗੇ ਨਾ ਵੀ ਕਿੰਨੇ ਲੋਕਾਂ ਦੇ ਖੁਦ ਦੇ ਕੰਮ ਆ ਤੇ ਉਹ ਤੁਹਾਨੂੰ ਪਰਸੈਂਟੇਜ ਮੈਂ ਨਹੀਂ ਮੰਨਦਾ ਵੀ 1% ਹੀ ਤੁਹਾਨੂੰ ਲੋਕ ਇੱਦਾਂ ਦੇ ਮਿਲਣਗੇ ਵੀ 1% ਹੀ ਹੋਣਗੇ ਆਪਣੇ ਪੰਜਾਬੀ ਚ ਕਿਉਂਕਿ ਉਹ ਚ ਉਹਨਾਂ ਦੀ ਨਹੀਂ ਗਲਤੀ ਕਿਉਂਕਿ ਇਹ ਗੱਲ ਆ ਵੀ ਉੱਥੇ ਕੰਮ ਖੋਲਣੇ ਬੜੇ ਮਹਿੰਗੇ ਆ
ਤੇ ਜੇ ਤੁਸੀਂ ਯੂਰਪ ਤੋਂ ਇਹੀ ਪਰਸੈਂਟੇਜ ਲਾਓਗੇ ਨਾ ਤਾਂ ਇਹ ਤੁਹਾਨੂੰ 10% ਤੁਹਾਨੂੰ ਇਹੀ ਲੱਗਣਗੇ ਵੀ 10% ਲੋਕਾਂ ਨੇ ਆਪਣੇ ਕੰਮ ਕੀਤੇ ਪਏ। ਹਾਂਜੀ ਹਾਂਜੀ ਭਾਜੀ ਇਹ ਤਾਂ ਹੈ, ਤੁਹਾਡੇ ਮੈਂ ਇੱਕ ਵੀਡੀਓ ਦੇਖੀ ਯੂਟਿਊਬ ਉੱਪਰ ਇੰਦੀ ਜਸਵਾਲ ਉੱਪਰ ਕਿ ਤੁਸੀਂ ਆਪਣਾ ਉਹਦੇ ਵਿੱਚ ਦੱਸਿਆ ਕਿੱਦਾਂ ਤੁਸੀਂ ਡੋਂਕੀ ਲਾ ਕੇ ਗਏ ਆ ਸਪੇਨ ਦੇ ਵਿੱਚ, ਕਿਵੇਂ ਹੌਲੀ ਹੌਲੀ ਤੁਸੀਂ ਆਪਣਾ ਕੰਮ ਸੈੱਟ ਕੀਤਾ। ਉਹਨਾਂ ਟਾਈਮਾਂ ਦੇ ਵਿੱਚ ਯੂਰਪ ਦੀਆਂ ਕੰਟਰੀਆਂ ਦੇ ਵਿੱਚ ਵੜਨਾ ਬਹੁਤ ਔਖਾ ਸੀ, ਪਰ ਅੱਜ ਕੱਲ੍ਹ ਤਾਂ ਬਹੁਤ ਤਰੱਕੀ ਹੋ ਚੁੱਕੀ ਹੈ, ਅੱਜ ਕੱਲ੍ਹ ਤਾਂ ਬਹੁਤ ਰਸਤੇ ਖੁੱਲ ਚੁੱਕੇ ਨੇ ਯੂਰਪ ਦੇ ਵਿੱਚ ਜਾਣ ਦੇ। ਹਾਂਜੀ ਜਿਵੇਂ ਤੁਸੀਂ ਅੰਦੀ ਭਾਜੀ ਤੇ ਲਾ ਲਓ, ਅੰਦੀ ਭਾਜੀ ਪਹਿਲਾਂ ਕਿਵੇਂ ਕਵੈਤ ਤੋਂ ਵਿਚਾਰੇ ਧੱਕੇ ਖਾਂਦੇ, ਫਿਰ ਸਪੇਨ ਆਏ, ਸਪੇਨ ਦੀ ਰੈਜੀਡੈਂਟ ਲੈ ਕੇ ਕੈਨੇਡਾ ਗਏ, ਯਾਨੀ ਕਿ ਇਹਨਾਂ ਨੇ ਦਿਮਾਗ ਵਰਤਿਆ ਆਪਣਾ ਕਿੱਦਾਂ ਦੀ ਕਿੱਦਾਂ ਗਾਂਹ ਦੀਆਂ ਵੱਧਦੇ ਗਏ। ਆਪਣੇ ਇੰਡੀਆ ਦੇ ਵਿੱਚ ਸੋਚ ਇਹ ਹੈ ਕਿ ਜਿਹੜਾ ਬੰਦਾ ਅਰਬ ਚਲਾ ਗਿਆ ਜਾਂ ਯੂਰਪ ਚਲਾ ਗਿਆ, ਅੱਗੇ ਕੋਈ ਰਸਤੇ ਨਹੀਂ ਖੋਲਦਾ, ਬਸ ਬੰਦਾ ਉੱਥੇ ਜੋਗੀ ਰਹਿ ਜਾਂਦਾ, ਕਿ ਬੰਦਾ ਕਿਹੜਾ ਆਪਣਾ ਮਨ ਬਣਾ ਲਏ ਸਭ ਕੁਛ ਹੋ ਸਕਦਾ, ਕੀ ਨਹੀਂ ਪੋਸੀਬਲ ਦੁਨੀਆਂ ਉੱਪਰ। ਭਾਜੀ ਬੰਦੇ ਬੰਦੇ ਤੇ ਡਿਪੈਂਡ ਆ, ਕੋਈ ਹੁਣ ਜਿਵੇਂ ਹਿੰਦੀ ਆ ਉੱਥੇ ਚਲਾ ਗਿਆ, ਹੁਣ ਹਿੰਦੀ ਉੱਥੇ ਚਲਾ ਗਿਆ, ਹਿੰਦੀ ਨੂੰ ਜੋ ਉਹਦੇ ਚ ਹੁਣ ਹਿੰਦੀ ਮੈਨੂੰ ਪਤਾ ਵੀ ਇੱਥੇ ਉੱਦਾਂ ਨਹੀਂ ਹੀ ਆਪਣਾ ਕੰਮ ਕਾਰ ਖੋਲ ਕੇ ਚਲਾ ਸਕਦਾ ਕਿਉਂਕਿ ਇਹਦਾ ਸੁਭਾਅ ਨਹੀਂ ਉਹ। ਹੁਣ ਇਹਦੇ ਵਾਸਤੇ ਕਵਾਂਗੇ ਠੀਕ ਆ ਵੀ ਜੇ ਤੂੰ ਜੋਬ ਹੀ ਕਰਨੀ ਆ ਉਹਦੇ ਵਾਸਤੇ, ਫਿਰ ਕਵਾਂਗੇ ਵੀ ਉੱਥੇ ਪੇ ਰੇਟ ਜ਼ਿਆਦਾ, ਤੂੰ ਜੋਬ ਹੀ ਕਰਨੀ ਆ ਫਿਰ ਉਹ ਤੇਰੇ ਵਾਸਤੇ ਉਹ ਕੰਟਰੀ ਬੈਟਰ ਆ, ਬੰਦੇ ਬੰਦੇ ਦੇ ਹਿਸਾਬ ਨਾਲ ਆ। ਵੀ ਜੇ ਹੁਣ ਮੈਂ ਅੱਗੇ ਵੀ ਕਿਹਾ ਵਾ ਵੀ ਜੇ ਕੋਈ ਵੀਡੀਓ ਐਗਜ਼ਾਮਪਲ ਹੀ ਦਿੱਤੀ, ਜੇ ਕਿਸੇ ਨੂੰ ਟੂਰਿਜ਼ਮ ਦਾ ਕੰਮ ਆਉਂਦਾ ਵਾ ਵੀ ਮੈਨੂੰ ਯਾਰ ਆਹ ਕੰਮ ਬਹੁਤ ਘੈਂਟ ਆਉਂਦਾ, ਮੈਨੂੰ ਇਹ ਮੈਂ ਘੁਮਾ ਲੈਂਦਾ ਵਾ, ਮੈਂ ਆਪਣਾ ਦਫ਼ਤਰ ਪਾ ਲੈਣਾ ਵਾ, ਮੈਂ ਇੱਦਾਂ ਗਾਈਡ ਬਣਨਾ ਜਾਂ ਮੈਂ ਫਲਾਣ ਇਹੋ ਜਿਹਾ ਕੰਮ, ਫੋਰ ਐਗਜ਼ਾਮਪਲ ਲੈ ਲਓ, ਹੁਣ ਉਹ ਬੰਦਾ ਕਹੇ ਮੈਂ ਕੈਨੇਡਾ ਜਾ ਕੇ ਕੰਮ ਕਰਨਾ, ਕੈਨੇਡਾ ਟੂਰਿਜ਼ਮ ਇੰਨਾ ਹੈ ਨੀਗਾ, ਉਹ ਤੇ ਯੂਰਪ ਸਾਰਾ, ਹਾਂ ਤੇ ਉਹ ਬੰਦਾ ਯੂਰਪ ਜ਼ਿਆਦਾ ਸਕਸੈਸਫੁਲ ਹੋਊ, ਬੰਦੇ ਬੰਦੇ ਤੇ ਡਿਪੈਂਡ ਆ ਭਾਜੀ। ਹਾਂਜੀ 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 ਭਾਜੀ, ਹਰੇਕ ਦੀ ਅੱਡ ਅੱਡ ਆਪਣੀ ਸੋਚ ਹੁੰਦੀ ਆ, ਜੋ ਜੋ ਜਿਹੜਾ ਗੱਲ ਹੈ ਆਪਣੇ ਆਪ ਨੂੰ ਜਾਣੋ, ਮੈਂ ਕੀ ਕਰ ਸਕਦਾ ਵਾ, ਫੇਰ ਕੰਟਰੀ ਡਿਸਾਈਡ ਕਰੋ ਤੇ ਉਹਦੀ ਕੰਟਰੀ ਬਾਰੇ ਜਾਣਕਾਰੀ ਲਓ। ਹਾਂਜੀ ਹੈਲੋ ਹੈਲੋ ਹਾਂਜੀ ਭਾਜੀ, ਅਗਲੇ ਕਾਲਰ ਕਿੱਥੋਂ ਤੇ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਇੰਦੀ ਭਾਜੀ ਬੋਲਦੇ? ਹਾਂਜੀ ਹਾਂਜੀ ਦੱਸੋ ਭਾਜੀ ਕੀ ਸਵਾਲ ਆ? ਭਾਜੀ ਮੈਂ ਸਵਾਲ ਕੋਈ ਨੀ ਕਹਿਣਾ ਭਰਾ, ਮੈਂ ਬੜਾ ਖੁਸ਼ ਹਾਂ, ਮੇਰਾ ਨਾਮ ਭਾਜੀ ਰਾਮਦਾਸ ਹੈ, ਪਿੰਡ ਮੇਰਾ ਬ੍ਰਹਮਪੁਰਾ, ਮੈਂ ਤੁਹਾਡਾ ਬਹੁਤ ਤਗੜਾ ਫੈਨ ਹੈਗਾ ਭਾਜੀ। ਸ਼ੁਕਰੀਆ ਸ਼ੁਕਰੀਆ ਭਰਾ, ਸ਼ੁਕਰੀਆ ਇੰਨੇ ਪਿਆਰ ਲਈ, ਥੈਂਕ ਯੂ। ਤੇ ਇੱਕ ਭਾਜੀ ਹੋਰ ਤੁਹਾਨੂੰ ਮੈਂ ਗੱਲ ਦੱਸਣਾਗਾ, ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਹ ਤੁਸੀਂ ਰੱਬ ਨੂੰ ਭਲਾ ਨਹੀਂ ਮੰਨਦੇ, ਤੇ ਤੁਸੀਂ ਮੈਨੂੰ ਪਤਾ ਵੀ ਦਿਨ ਦੁਗਣੀ ਰਾਤ ਚੁਗਣੀ ਤਰੱਕੀਆਂ ਜਾਓਗੇ। ਇੱਕ ਮੇਰੇ ਪਿੰਡੋ ਮੁੰਡਾ ਉਹ ਵੀ ਬਹੁਤ ਚਿਰ ਦਾ ਤੁਹਾਨੂੰ ਲਾਈਕ ਕਰਦਾ, ਇੱਕ ਮੇਰੇ ਨਾਲ ਉਹ ਫੌਜੀ ਰਿਟਾਇਰਮੈਂਟ ਹੋਇਆ ਉਹ ਵੀ, ਮਤਲਬ ਕਿ ਮੇਰੇ ਪਿੰਡੋ 7-8 ਬੰਦੇ ਹੈਗੇ, ਤੇ ਮੈਂ ਭਾਜੀ ਹੈਗਾ ਸੀ ਦੁਬਈ ਚ ਜੀ, ਤੇ ਦੁਬਈ ਤੋਂ ਫਿਰ ਹੁਣ ਮੈਂ ਕੈਂਸਲ ਆ ਗਿਆ ਘਰੇ ਵੀਰ ਜੀ ਜੀ, ਤੇ ਮੈਂ ਕੋਈ ਵੀਡੀਓ ਹੋਏ ਮੈਨੂੰ ਬਸ ਇਹੀ ਤਾਂਘ ਲੱਗੀ ਰਹਿੰਦੀ ਵੀ ਬਾਈ ਨੇ ਅੱਜ 9:30 ਲਾਈਵ ਹੋਣ ਆਇਆ ਤੇ ਜਾਂ ਬਾਈ ਦੀ ਵੀਡੀਓ ਵੇਖਣੀਆਂ ਨੇ ਨੈਟ ਦੀ ਪਾਣੀ ਆ, ਤੇ ਅੱਜ ਸਾਡੀ ਬਾਈ ਨਾਲ ਤੁਹਾਡਾ ਚੱਲ ਰਹੀ ਹੈਗੀ ਆ ਲਾਈਵ ਟੈਲੀਕਾਮ, ਹੈਨਾ? ਹਾਂਜੀ, ਤੇ ਮੈਂ ਸੋਚਿਆ ਵੀ ਸ਼ਾਇਦ ਮੇਰਾ ਨੰਬਰ ਆਵੇ ਚਾਹੇ ਨਾ ਆਵੇ, ਮੈਂ ਫਿਰ ਵੀ ਜਿੱਦਾਂ ਤੁਸੀਂ ਕਹਿੰਦੇ ਨੇ ਵੀ ਕੋਸ਼ਿਸ਼ ਕਰਨੀ ਚਾਹੀਦੀ ਆ, ਤੇ ਵੀਰ ਜੀ ਮੈਂ ਘੱਟੋ ਘੱਟ 10-15 ਮਿੰਟ ਹੋ ਗਿਆ ਲੱਗੇ ਦਾ ਟਰਾਈ ਕਰਨ, ਤੇ ਮੈਂ ਸੱਚੀ ਭਾਜੀ ਬਹੁਤ ਹੈਪੀ। ਤੇ ਬਾਕੀ ਭਾਜੀ ਜਿੱਦੀ ਤੁਸੀਂ ਸਟੱਡੀ ਕਰਦੇ ਹੋ ਮੈਨੂੰ ਮੇਰਾ ਕੋਈ ਸਾਡਾ ਪੰਜਾਬੀ ਵੀਰ ਕੋਈ ਹੋਣਾ ਨਾ ਟਾਈਮ ਵੇਸਟ ਕੱਢ ਕੇ ਕਿਸੇ ਪਾਸੇ ਨੌਲੇਜ ਦੀਆਂ ਗੱਲਾਂ ਲੈ ਕੇ, ਅੱਜ ਕੱਲ੍ਹ ਤੇ ਭਾਜੀ ਤੁਹਾਨੂੰ ਹਾਂਜੀ ਹਾਂਜੀ ਹੈਲੋ ਹਾਂਜੀ ਭਾਜੀ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਕੋਈ, ਮੈਂ ਕਿਹਾ ਵੀ ਅੱਜ ਕੱਲ ਤੇ ਕੋਈ ਜਿਦਾਂ ਪਸੰਦ ਨੀ ਕਰਦਾ ਹੈਗਾ ਯੂਥ, ਤੁਹਾਨੂੰ ਪਤਾ ਭਾਜੀ ਦੇਖੋ ਕਿੱਧਰ ਜਾ ਰਹੀ ਹੈਗੀ, ਕਿੰਨਾ ਟਾਈਮ ਭੰਨ ਕੇ ਤੁਸੀਂ ਨੌਲੇਜ ਦੀਆਂ ਗੱਲਾਂ ਕੱਢਣੀਆਂ, ਹਿਸਟਰੀ ਦੱਸਣੀ, ਫਿਰ ਕੰਮ ਤੇ ਵੀ ਜਾਣਾ, ਇਹ ਇੱਕ ਭਾਜੀ ਬਹੁਤ ਸਟਰਗਲ ਵਾਲੀ ਗੱਲ ਹੈਗੀ ਆ ਭਾਜੀ। ਹਾਂਜੀ ਹਾਂਜੀ ਭਾਜੀ, ਕੋਈ ਨੀ ਸ਼ੇਅਰ ਕਰੋ ਗਾਂ ਦੀ ਗਾਂ, ਤੁਸੀਂ ਕਿਹਾ ਮੇਰੇ ਪਿੰਡ ਚ 7-8 ਮੁੰਡੇ, ਸਾਰੇ ਪਿੰਡ ਨੂੰ ਦੱਸੋ ਹਿੰਦੀ ਬਾਰੇ, ਫੋਨ ਫੜ ਫੜ ਕੇ ਹਰ ਇੱਕ ਦਾ ਪਾਦਾ ਹੋਇਆ ਆਪ ਆਪਣੇ ਰੇਡੀਓ ਦੀ ਹਰ ਇੱਕ ਦੇ ਫੋਨ ਚ ਭਰਦਾ ਹੋਇਆ। ਜਰੂਰ ਜਰੂਰ, ਮੈਂ ਤੁਹਾਡੀ ਇੱਕ ਐਪ ਉਹ ਵੀ ਡਾਊਨਲੋਡ ਕੀਤੀ ਹੈ ਜਿਹੜੀ ਉਹ ਤੁਸੀਂ ਦੱਸਿਆ ਹੀ ਨਾ ਹੈਗਾ, ਛਬੀਲ ਪਿੰਡ ਚ ਛਬੀਲ ਨੀ ਸੀ ਲੱਗਦੀ ਹੁੰਦੀ, ਰੱਸਿਆਂ ਨਾਲ ਰੋਕ ਰੋਕ ਕੇ ਛਬੀਲ ਬਣਾਉਂਦੇ ਹੁੰਦੇ ਸੀ ਧੱਕੇ ਨਾਲ, ਏਦਾਂ ਹੀ ਹਰ ਇੱਕ ਨੂੰ ਰੋਕ ਰੋਕ ਕੇ ਫੋਨ ਫੜ ਕੇ ਲਿਆਓ ਜੀ, ਤੁਹਾਨੂੰ ਇੱਕ ਟ੍ਰਿਕ ਦਿਖਾਈਏ ਤੇ ਪਾਓ। ਤੇ ਸਾਬੀ ਭਾਜੀ ਤੁਹਾਡੇ ਨਾਲ ਹੀ ਆ? ਬੜੇ ਚਿਰ ਦਾ ਨੈਟ ਆਉਣ ਕਰਕੇ ਵੇਖੇ ਕਹਿੰਦਾ ਤੋਂ ਮੈਨੂੰ ਨੋਟੀਫਿਕੇਸ਼ਨ ਆ ਗਿਆ, ਤੇ ਸਾਬੀ ਭਾਈ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਕਹਿ ਦਿਓ ਜੀ, ਸੁਣਦੇ ਹੋਣਗੇ। ਤੁਹਾਡੀ ਤਾਂ ਡਬਲ ਖੁਸ਼ੀ ਹੋ ਗਈ, ਇੱਕ ਵਿਆਹ ਲਈ ਇੱਕ ਸਾਲਾ ਗੱਲ ਹੋ ਗਈ, ਤੁਹਾਡੇ ਤਾਂ ਨਜ਼ਾਰੇ ਹੀ ਲੱਗ ਗਏ ਯਾਰ। ਭਾਜੀ ਇੱਕ ਗੱਲ ਆ ਵੈਸੇ ਜਿੰਦੀ ਭਾਜੀ, ਹਾਂਜੀ ਸਤਿ ਸ੍ਰੀ ਅਕਾਲ ਸਾਬੀ ਭਾਜੀ, ਹੋਰ ਕੋਈ ਆ ਵੀਰੇ? ਹਾਂਜੀ ਦੱਸੋ। ਮੈਂ ਸਾਬੀ ਭਾਜੀ ਆਪਣੇ ਇੰਦਰਜੀਤ ਭਾਜੀ, ਮੈਂ ਹੀ ਆ ਇੰਦੀ ਭਾਈ। ਹਾਂਜੀ ਹਾਂਜੀ
ਤੇ ਦੁਬਈ ਤੋਂ ਵੀ ਮੇਰੇ ਦੋਸਤ ਹੀ ਤੁਹਾਨੂੰ ਬਹੁਤ ਪਸੰਦ ਕਰਦੇ ਰਹੇ, ਇੱਕ ਅਮਨ ਵੀਰਾ ਲੁਧਿਆਣੇ ਤੋਂ, ਇੱਕ ਜਲੰਧਰ ਤੋਂ ਵੀਰਾ, ਉਹਨਾਂ ਨੂੰ ਕਹਿ ਕੇ ਮੈਂ ਸਪੈਸ਼ਲ ਤੁਹਾਡੀ ਵੀਡੀਓ ਦਿਖਾਉਂਦਾ ਰਿਹਾ, ਇੱਕ ਬਾਈ ਰਣਜੀਤ ਜੀ ਸਾਡਾ ਸੁਪਰਵਾਈਜ਼ਰ, ਉਹਨਾਂ ਨੂੰ ਕਹਿ ਕੇ ਮੈਂ ਡੋਲ ਤੁਹਾਡਾ ਪੇਜ ਲਾਈਕ ਕਰਾਇਆ, ਤੇ ਮੈਨੂੰ ਨੇਰੀ ਲਿਆਉਣੀ ਹੈ ਤੇ ਕਾਲਰ ਬਹੁਤ ਜ਼ਿਆਦਾ ਜੁੜੇ ਹੋ ਤੇ ਅਗਲੇ ਕਾਲਰ ਨਾਲ ਕਰਦੇ, ਸ਼ੁਕਰੀਆ ਵੀਰ ਮੇਰਾ, ਤਹਿ ਦਿਲੋਂ ਸ਼ੁਕਰੀਆ। ਹਾਂਜੀ ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੀ ਸਵਾਲ ਆ? ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਮੈਂ ਆਪਣਾ ਮੋਗਾ ਤੋਂ ਗੱਲ ਕਰ ਰਿਹਾ ਜੀ। ਹਾਂਜੀ ਕੀ ਸਵਾਲ ਭਾਜੀ? ਹਾਂਜੀ ਆਪਣਾ ਸਵਾਲ ਇਹੀ ਆ ਕਿ ਆਪਣਾ ਜੋ ਅਮਰੀਕਾ ਦੇ ਵਿੱਚ ਬੜਾ ਰੌਲਾ ਪਾਇਆ ਹੋਇਆ ਹੈ, ਚੱਲ ਰਿਹਾ ਹੈ ਭਾਜੀ, ਉਹ ਸਰ ਰੈਫਰੈਂਡਮ 2020 ਦਾ ਜੋ ਵੀ ਹੈ ਗੁਰਵਾਂਸ ਸਿੰਘ ਪੰਨੂ ਵੱਲੋਂ, ਹਾਂਜੀ ਹਾਂਜੀ, ਉਹਨਾਂ ਨੇ ਆਪਣਾ ਜਦ $1,25,000 ਰੱਖੇ ਹੋਏ ਨਾਮ ਜੋ ਵੀ ਝੰਡਾ ਜਿਹੜਾ ਹੈਗਾ ਖਾਲਿਸਤਾਨ ਦਾ, ਕੋਈ ਵਿਚਾਰ ਨੀ ਕਰਨਾ ਭਰਾਵਾ, ਆਪਾਂ ਸ਼ੁਰੂ ਤੋਂ ਕਿਹਾ ਆ ਆਪਾਂ ਆਪਣੇ ਲੌਜਿਕ ਨਾਲ ਗੱਲ ਕਰਨੀ ਆ, ਧਿਰਾਂ ਗੁੱਸੇ ਹੋ ਜਾਣੀ ਆ, ਤੂੰ ਏਦਾਂ ਗਿਆ ਤੂੰ ਏਦਾਂ ਗਿਆ, ਸੋ ਆਪਾਂ ਭਾਜੀ ਤੇ ਗੱਲ ਕਰਨੀ ਨੀ, ਕੋਈ ਕੁਛ ਵੀ ਸੋਚੇ ਭਾਈ ਕਾਹਤੇ ਨੀ ਗੱਲ ਕਰਨੀ, ਨਹੀਂ ਆ ਤੇ ਨਹੀਂ ਆ ਬਸ ਵੀਰ ਮੇਰਾ, ਇੱਥੇ ਆਪਾਂ ਗੱਲਾਂ ਹੀ ਨੀ ਕਰਨੀ। ਚਲੋ ਠੀਕ ਆ ਭਾਜੀ, ਚਲੋ ਇਹ ਗੱਲ ਨਾ ਛੱਡੋ, ਹੋਰ ਤੋਂ ਦੱਸੋ ਭਾਜੀ ਕੀ ਹਾਲ ਨੇ ਤੁਹਾਡੇ? ਵਧੀਆ ਜੀ ਵਧੀਆ, ਹੋਰ ਕੋਈ ਤੁਸੀਂ ਸਵਾਲ ਪੁੱਛਣਾ ਵੀਰੇ? ਕਾਲਰ ਬਹੁਤ ਜ਼ਿਆਦਾ ਆ, ਜੇ ਪੁੱਛਣਾ ਤਾਂ ਦੱਸ ਦੋ। ਨਾ ਨਾ ਜੀ ਧੰਨਵਾਦ ਤੇਰਾ, ਬਹੁਤ ਬਹੁਤ ਸ਼ੁਕਰੀਆ ਜੀ, ਓਕੇ ਥੈਂਕ ਯੂ। ਤੇ ਹੈਲੋ ਅਗਲੇ ਕਾਲਰ ਜੁੜ ਚੁੱਕੇ, ਸਤਿ ਸ੍ਰੀ ਅਕਾਲ ਜੀ, ਹੈਲੋ ਸਾਬੀ ਹੈਗਾ ਕਿ ਚਲ ਗਿਆ? ਮੈਂ ਤਾਂ ਗਿਆ ਹੈਗਾ, ਇੱਕ ਮਿੰਟ ਅਗਲੇ ਕਾਲਰ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲਦੇ ਭਾਜੀ? ਹਾਂਜੀ ਭਾਜੀ ਕਿੱਥੋਂ ਬੋਲਦੇ, ਕੀ ਸਵਾਲ ਆ? ਹੈਲੋ ਬਰਨਾਲ, ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ, ਭਾਜੀ ਬਾਜ ਘੱਟ ਹੁੰਦੀ ਤੁਹਾਡੀ, ਕੀ ਸਵਾਲ ਤੁਹਾਡਾ? ਹੈਲੋ ਹੈਲੋ ਅਗਲੇ ਕਾਲਰ ਸ਼ਬੀਰ ਸਿੰਘ, ਸਤਿ ਸ੍ਰੀ ਅਕਾਲ ਭਾਜੀ, ਕਿੱਥੋਂ ਬੋਲਦੇ, ਕੀ ਸਵਾਲ ਆ? ਹੈਲੋ ਹੋਰ ਕਾਲ ਲੈਣੇ, ਸਤਿ ਸ੍ਰੀ ਅਕਾਲ ਭਾਜੀ, ਕਿੱਥੋਂ ਬੋਲਦੇ, ਕੀ ਸਵਾਲ ਆ? ਸਤਿ ਸ੍ਰੀ ਅਕਾਲ ਭਾਜੀ, ਹਾਂਜੀ ਕਿੱਥੋਂ ਬੋਲਦੇ, ਕੀ ਸਵਾਲ ਭਾਜੀ? ਮੈਂ ਯੂਕੇ ਤੋਂ ਬੋਲਦਾ, ਮੈਂ ਕਰੂਜ਼ ਸ਼ਿਪ ਤੇ ਜੋ। ਸਤਿ ਸ੍ਰੀ ਅਕਾਲ ਭਾਜੀ, ਹਾਂਜੀ ਦੱਸੋ ਸਵਾਲ ਭਾਜੀ। ਜੀ ਮੈਂ ਕਰੂਜ਼ ਸ਼ਿਪ ਤੇ ਜੋਬ ਕਰਦਾ ਹੈਗਾ। ਹਾਂਜੀ ਹਾਂਜੀ ਆਉਂਦੀ ਆਵਾਜ਼ ਭਾਜੀ ਤੁਹਾਡੀ? ਹਾਂਜੀ ਭਾਜੀ, ਮੈਂ ਕਰੂਜ਼ ਤੇ ਜੋਬ ਕਰਦਾ ਹੈਗਾ। ਹਾਂਜੀ ਹਾਂਜੀ ਭਾਜੀ ਬੋਲੋ। ਹਾਂਜੀ ਮੇਰਾ ਸਵਾਲ ਭਾਜੀ, ਬਾਜ ਕੱਟੀ ਜਾ ਰਹੀ ਹੁਣ ਮਾੜੀ ਜੀ, ਕੀ ਸਵਾਲ ਤੁਹਾਡਾ? ਭਾਜੀ ਮੈਂ ਬਹੁਤ ਕੰਟਰੀਆਂ ਟਰੈਵਲ ਕਰ ਚੁੱਕੇ। ਦੁਬਾਰਾ ਕੱਟ ਕੇ ਲਾਈ ਭਰਾ ਮੇਰਾ, ਪਤਾ ਨੀ ਲੱਗਦਾ ਕੁਛ ਵੀ ਕਹਿੰਦਾ ਕੀ ਕਹਿੰਦਾ ਆ ਵੀਰ ਮੇਰਾ। ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ, ਹੈਲੋ ਤੇਰੇ ਦੀ ਕਿਹਦੇ ਕੋਈ ਪ੍ਰੋਬਲਮ ਆ? ਨਹੀਂ ਨਹੀਂ ਮੇਰੇ ਦਾ ਠੀਕ ਆ ਭਰਾਵਾ, ਕਾਲਰਾਂ ਦਾ ਹੀ ਨਹੀਂ ਨੈਟਵਰਕ ਸਹੀ। ਹੈਲੋ 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 ਨਰੇਸ਼ ਪ੍ਰਭਾਕਰ ਜੀ, ਸਤਿ ਸ੍ਰੀ ਅਕਾਲ, ਕਿੱਥੋਂ ਬੋਲਦੇ ਭਾਜੀ? ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਆ ਭਾਜੀ? ਵਧੀਆ ਜੀ, ਕਿੱਥੋਂ ਬੋਲਦੇ, ਕੀ ਸਵਾਲ ਵੀਰੇ? ਹਾਂਜੀ ਮੈਂ ਜ਼ਿਲ੍ਹਾ ਬਠਿੰਡਾ ਤੇ ਬੋਲਦਾ ਜੀ, ਭੁੱਚੋ ਮੰਡੀ ਤੋਂ। ਭੁੱਚੋ ਮੰਡੀ ਤੋਂ ਯਾਰ, ਇੱਥੇ ਲਾਟਰੀ ਵਾਲਾ ਇੱਕ ਯਾਰ ਮੇਰਾ ਵਿਸ਼ਾਲ ਜਾਣਦਾ, ਉਹਨੂੰ ਫਾਰਮੇਸੀ ਦਾ ਕੰਮ ਸੀ ਉਹਨਾਂ ਦਾ। ਨਹੀਂ ਸਰ ਐਕਚੁਲੀ ਨਾ 2 ਸਾਲ ਹੋਏ ਮੈਨੂੰ ਇੱਥੇ ਰਹਿੰਦੇ ਨੂੰ, ਮੈਂ ਜਾਣਦਾ ਨੀ ਚੰਗੀ ਤਰ੍ਹਾਂ ਉਹਨਾਂ ਤੇ ਸਰ ਮੇਰਾ ਜਾਣਦਾ ਨੀ ਚੰਗੀ ਤਰ੍ਹਾਂ। ਇਲੈਕਟ੍ਰੀਸ਼ਨ ਦੀ ਕੀਤੀ ਹੋਈ ਹੈ ਤੇ ਮੌਜੂਦਾ 4 ਸਾਲ ਹੁਣ ਮੈਂ ਕੰਮ ਕਰ ਰਿਹਾ ਸੇਵਾ ਕੇਂਦਰ ਦੇ ਵਿੱਚ, ਸੁਵਿਧਾ ਕੇਂਦਰ। ਹਾਂਜੀ ਤੇ
मतलब इस चीज दी हेलो नेटवर्क ही उड़ गया पुच्चो मंडी वाले वीर चल मैं समझ तो गया मेरे ख्याल ओना तो कहंदा ओ भाई ना भाई मैं इलेक्ट्रो कीती है ते सुविधा केंद्र जॉब करदे आ ओ एदी नहीं केड़े देश दा बन सकदा बन सकदा हेलो हां जी तनोच सिंह जी सत श्री अकाल की सवाल वीर सत श्री अकाल इंदी वीर जी सत श्री अकाल हां जी भाई की सवाल तोड़ा ਹਾਂਜੀ ਸਵਾਲ ਕੋਈ ਨੀ ਹੈਗਾ ਬਸ ਤੁਹਾਨੂੰ ਇੱਕ ਤਾਂ ਇਹ ਆਪਣੇ ਰੇਡੀਓ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਬੀ ਭਾਜੀ ਨੂੰ ਵੀ ਔਰ ਤੁਹਾਨੂੰ ਵੀ ਮੈਂ ਬਹੁਤ ਦੇਰ ਦੀ ਟਰਾਈ ਕਰਦਾ ਹੈਗਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰਾ ਜਿਹੜਾ ਫੋਨ ਚੱਕਿਆ ਭਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹੈ ਮੇਰੇ ਕੋਲ ਭਾਜੀ ਕੋਈ ਕੋਈ ਲਫ਼ਜ਼ ਨੀ ਹੈਗਾ ਤੁਹਾਡੇ ਨਾਲ ਗੱਲ ਹੋਈ ਮੇਰੀ ਮੈਨੂੰ ਬਹੁਤ ਚੰਗਾ ਲੱਗਿਆ ਯਾਰ ਭਾਜੀ ਤੁਹਾਡੇ ਨਾਲ ਗੱਲ ਕਰਕੇ ਬੋਲਦੇ ਕਿੱਥੋਂ ਭਾਜੀ ਤੁਸੀਂ ਭਾਜੀ ਦੋਹਾ ਕਤਰ ਤੋਂ ਬੋਲਦਾ ਮੈਂ ਹਾਂਜੀ ਹਾਂਜੀ ਦੋਹਾ ਕਤਰ ਫੁੱਟਬਾਲ ਦਾ ਵਰਲਡ ਕੱਪ ਹੋਣ ਵਾਲਾ ਤਿਆਰੀਆਂ ਪੂਰੀਆਂ ਹੈ ਜੀ ਹਾਂਜੀ ਭਾਜੀ ਤਿਆਰੀਆਂ ਫਿਲਹਾਲ ਤੇ ਪੂਰੀਆਂ ਚੱਲਦੀਆਂ ਪਈਆਂ 2022 ਦੇ ਵਿੱਚ ਇਸ ਕਰਕੇ ਕੰਮ ਵੀ ਬਹੁਤ ਚੱਲ ਰਿਹਾ ਇਸ ਵੇਲੇ ਤਾਂ ਬੰਦੇ ਮਰਦੇ ਵੀ ਬਹੁਤ ਆ ਸਟੇਡੀਅਮ ਬਣਾਉਣ ਵਾਲੇ ਭਾਜੀ ਮਰਦੇ ਆ ਹੁਣ ਤੁਹਾਨੂੰ ਪਤਾ ਫਿਰ ਕੰਟਰੈਕਸ਼ਨ ਦਾ ਕੰਮ ਹੀ ਏਦਾਂ ਦਾ ਆ ਕਈ ਡਿੱਗ ਪੈਂਦੇ ਵਿਚਾਰੇ ਮਰਦੇ ਮੁਰਦੇ ਤਾਂ ਹੈ ਹੀ ਏਦਾਂ ਹੀ ਆ ਭਾਜੀ ਭਰਾਵਾ ਉੱਥੇ ਮੈਂ ਪੜਿਆ ਜਿੱਦਾਂ ਬਈ ਉੱਥੇ ਦੁਆ ਕਤਰ ਇੰਨੇ ਸਟੇਡੀਅਮ ਜਲਦੀ ਚ ਬਣਾਉਣ ਡੇ ਕਾਲੀ ਕਾਲੀ ਚ ਇੰਨੇ ਬਣਦੇ ਪਏ ਬੰਦੇ ਏਦਾਂ ਮਰਦੇ ਜਿੱਦਾਂ ਕੀੜੀਆਂ ਕਾਢੇ ਮਰਦੇ ਹੁੰਦੇ ਉਹਨਾਂ ਨੂੰ ਕੇਰੇ ਹੀ ਨੀ ਮਰ ਗਿਆ ਬਿਲਕੁਲ ਬਿਲਕੁਲ ਭਾਜੀ ਹੁਣ ਦੇਖੋ ਆ ਆਪਣਾ ਕਰੋਨਾ ਦੇ ਕਰਕੇ ਇਹਨਾਂ ਨੇ ਕੰਮ ਵੀ ਬੰਦ ਨੀ ਕੀਤਾ ਹੈਗਾ ਕੰਮ ਵੀ ਜਿਹੜਾ ਆ ਲਗਾਤਾਰ ਚਾਲੂ ਹੀ ਰਿਹਾ ਇਹਨਾਂ ਦਾ ਇਹਨਾਂ ਨੇ ਬੰਦ ਨੀ ਕੀਤੇ ਕੰਮ ਵੀ ਉਹਨਾਂ ਦੀ ਅੱਗੇ ਹੋਈ ਹੈ ਨਾ ਇਹਨਾਂ ਦੇ ਕਰਪਸ਼ਨ ਦੇ ਚਾਰਜ ਲੱਗੇ ਆ ਨਾ ਵੀ FIFA ਵਰਲਡ ਕੱਪ ਲੈਣ ਵਾਸਤੇ ਇਹਨਾਂ ਨੇ ਆਹੋ ਰਿਸ਼ਵਤ ਦੇ ਕੇ ਲੱਗੇ ਨਾ ਤੇ ਵੀ ਭਾਜੀ ਰਿਸ਼ਵਤ ਦੇ ਕੇ ਖਰੀਦਿਆ ਅੱਛਾ ਜੀ ਸਾਹਿਬ ਜੀ ਭਾਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਭਾਜੀ ਭਾਜੀ ਮੈਂ ਤੁਹਾਡੀ ਵੀਡੀਓ ਲਗਾਤਾਰ ਹੁਣਾ ਜਿਹੜਾ ਸਿਆਲਾਂ ਚ ਹੋਣਾ ਆ ਨਹੀਂ ਤਾਂ ਜੂਨ ਚ ਹੁੰਦੇ ਹਮੇਸ਼ਾ ਵਰਲਡ ਕੱਪ ਫੁੱਟਬਾਲ ਦੇ ਇਹ ਕਿਹੜੇ ਮੈਨੂੰ ਲੱਗਦਾ ਨਵੰਬਰ ਚ ਆ ਖਰੇ ਅਕਤੂਬਰ ਸ਼ਾਇਦ ਹਾਂਜੀ ਦਸੰਬਰ ਉਦਾਂ ਦਸੰਬਰ 2021 ਦੇ ਵਿੱਚ ਜਾਨੀ ਕਿ ਪਹਿਲਾ ਮੈਚ ਇਹਦਾ 18 ਤਰੀਕ ਨੂੰ ਪਰ ਇਹ 2022 ਗਿਣਦੇ ਆ ਜਾਨੀ ਕਿ ਬਾਅਦ ਵਿੱਚ 2022 ਚ ਹੀ ਆ ਜ਼ਿਆਦਾ ਮੈਚ ਭਾਜੀ ਹਾਂ ਨਹੀਂ ਜਿੰਨੇ ਵੀ ਵਰਲਡ ਕੱਪ ਹੋਏ ਆ ਜੂਨ ਚ ਹੋਏ ਆ ਇੱਥੇ ਤੈਨੂੰ ਪਤਾ ਜੂਨ ਚ ਕਿੱਥੋਂ ਦੋਹਾ ਕਤਰ ਚ ਖੇਲ ਹੋਜੂ ਬਹੁਤ ਜਿਆਦਾ ਗਰਮੀ ਭਾਜੀ ਇੱਥੇ ਤੁਹਾਨੂੰ ਪਤਾ ਹੀ ਆ ਆਪਣੇ 45 ਦੇ ਨੇੜੇ ਤੇੜੇ ਟੈਂਪਰੇਚਰ ਹੈ ਇਸ ਵੇਲੇ ਵੀ ਤੁਸੀਂ ਕਾਹਦਾ ਕੰਮ ਕਰਦੇ ਵੀਰੇ ਭਾਜੀ ਮੈਂ ਤੇ ਆਪਰੇਟਰ ਐਕਸਾਵੇਟਰ ਆਪਰੇਟਰ ਚਲਾਉਣਾ ਆਪਣੀ ਮਸ਼ੀਨ ਚਲਾਉਣਾ ਮੈਂ ਤੇ ਭਾਜੀ ਮੈਨੂੰ 8 ਸਾਲ ਹੋ ਗਏ ਤੈਨੂੰ ਚਾਹੁੰਦਾ ਵੇ ਦੋਹਾ ਕਤਰ ਠੀਕ ਆ ਕੀ ਕਹਿਣਾ ਚਾਹੁੰਦੇ ਤੁਸੀਂ ਸੁਣਨ ਵਾਲਿਆਂ ਨੂੰ ਭਾਜੀ ਠੀਕ ਹੈ ਜੇ ਆਪਾਂ ਆਈਏ ਇੱਥੇ ਆਪਣੇ ਡਰਾਈਵਰ ਔਰ ਆਪਰੇਟਰ ਆਈਏ ਤੇ ਬਹੁਤ ਵਧੀਆ ਆ ਜਾਨੀ ਕਿ ਰੁਪਈਆ 40-50 ਹਜ਼ਾਰ ਰੁਪਈਆ ਬਣਦਾ ਬੰਦੇ ਦਾ ਬਹੁਤ ਵਧੀਆ ਬੱਲੇ ਫੇਰ ਤਾਂ ਵਧੀਆ ਭਾਜੀ ਹਾਂਜੀ ਪਰ ਇਹ ਹੈ ਲਾਇਸੈਂਸ ਭਾਜੀ ਬਣਾਉਣਾ ਪੈਣਾ ਕਿਉਂ ਪਹਿਲਾਂ ਲਾਇਸੈਂਸ ਦੇ ਆਪਣੇ 70-80 ਹਜ਼ਾਰ ਰੁਪਇਆ ਦਾ ਲੱਗਦਾ ਹੀ ਲੱਗਦਾ ਹੈ ਇੰਡੀਆ ਦਾ ਹਾਂਜੀ ਤੇ ਲਾਇਸੈਂਸ ਜਿਹੜਾ ਹੈ ਉਹ ਬਣ ਗਿਆ ਉਹ ਤੋਂ ਬਾਅਦ ਨੋਰਮਲ ਵੀ ਆਪਾਂ ਕੋਈ ਵੀ ਕੰਪਨੀ ਦੇ ਵਿੱਚ ਵੀ ਕੰਮ ਕਰਾਂਗੇ ਨਾ ਨੋਰਮਲ ਵੀ ਬੰਦਾ 30,000 ਰੁਪਇਆ ਤਾਂ ਕਮਾਊਗਾ ਬਾਕੀ ਕੰਪਨੀਆਂ ਵਧੀਆ ਤੋਂ ਵਧੀਆ ਵੀ ਘਟੀਆ ਤੋਂ ਘਟੀਆ ਵੀ ਹੈਗੇ ਭਾਜੀ ਤੁਸੀਂ ਇੰਡੀਆ ਤੋਂ ਭਾਜੀ ਕੰਪਨੀ ਥਰੂ ਆਏ ਜਾਂ ਆਜ਼ਾਦ ਵੀਜ਼ਾ ਸੀ ਤੁਹਾਡਾ ਨਹੀਂ ਭਾਜੀ ਅਸੀਂ ਕੰਪਨੀ ਥਰੂ ਆਏ ਸੀ ਕਿ ਮੈਂ ਪਹਿਲਾਂ ਇੱਥੇ ਕਤਰ ਹੋਣ ਤੋਂ ਪਹਿਲੇ ਮੈਂ ਦੁਬਈ ਵੀ ਰਿਹਾ ਦੁਬਈ ਮੈਂ ਲਾਇਸੈਂਸ ਬਣਾਇਆ ਉਸ ਤੋਂ ਬਾਅਦ ਮੈਂ ਚਲਾ ਗਿਆ ਫਿਰ ਏਜੰਟ ਦੇ ਥਰੂ ਮੈਂ ਦੋਹਾ ਕਤਰ ਆਇਆ ਭਾਜੀ ਤੇ ਚਲੋ ਵਧੀਆ ਬਹੁਤ ਵਧੀਆ ਟਾਈਮ ਪਾਸ ਹੋ ਜਾਂਦਾ ਰੁਪਈਆ 40,000-50,000-45,000 ਬਹੁਤ ਵਧੀਆ ਬਚੀ ਜਾਂਦਾ ਭਾਜੀ ਬਹੁਤ ਵਧੀਆ ਬਚੀ ਜਾਂਦਾ ਬਹੁਤ ਵਧੀਆ ਭਾਜੀ ਬਹੁਤ ਵਧੀਆ ਫੇਰ ਤਾਂ ਅੱਛਾ ਹਾਂਜੀ ਬਹੁਤ ਵਧੀਆ ਆ ਪਰ ਇਹੀ ਆ ਚਲੋ ਗਰਮੀ ਆ ਥੋੜੀ ਬਾਕੀ ਸਭ ਠੀਕ ਹੈ ਭਾਜੀ ਬਹੁਤ ਵਧੀਆ ਬਾਕੀ ਤੁਹਾਡੇ ਨਾਲ ਭਾਜੀ ਗੱਲ ਕਰਕੇ ਸਹੀ ਆ ਮੈਨੂੰ ਅੱਜ ਇੰਨੀ ਖੁਸ਼ੀ ਹੋ ਗਈ ਨਾ ਘੱਟੋ ਘੱਟ ਮੈਨੂੰ ਸਾਲ ਹੋ ਗਿਆ ਤੁਹਾਡੀਆਂ ਵੀਡੀਓ ਵੇਖਦਿਆਂ ਨੂੰ ਸਾਬੀ ਭਾਜੀ ਦਾ ਸੁਭਾਅ ਵੀ ਬਹੁਤ ਵਧੀਆ ਔਰ ਬਹੁਤ ਵਧੀਆ ਬੰਦੇ ਨੂੰ ਦੱਸਦੇ ਆ ਵੀ ਤੁਸੀਂ ਏਦਾਂ ਕਰੋ ਏਦਾਂ ਕਰੋ ਬਹੁਤ ਵਧੀਆ ਸਾਬੀ ਭਾਜੀ ਸੁਣਦੇ ਪਏ ਨਾ ਤੁਸੀਂ ਵੀ ਹਾਂਜੀ ਹਾਂਜੀ ਭਾਜੀ ਸੁਣਦਾ ਥੈਂਕ ਯੂ ਭਾਜੀ ਭਾਜੀ ਬਹੁਤ ਮੇਰੇ ਰੂਮ ਪਾਰਟਨਰ ਹੋਰ 2-3 ਜਾਣੇ ਆਪਾਂ ਸਾਰੇ ਇਕੱਠੇ ਬਹਿ ਕੇ ਸੁਣਦੇ ਹੁਣ ਵੀ ਉਹ ਸੁਣਦੇ ਪਏ ਆਪਾਂ ਗੱਲ ਕਰਦੇ ਪਏ ਹੁਣ ਵੀ ਸੁਣਦੇ ਪਏ ਮੈਨੂੰ ਨਾਲ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਉਹਨਾਂ ਵੀਰਿਆਂ ਨੂੰ ਵੀ ਜਿਹੜੇ ਸੁਣਦੇ ਪਏ ਏਦਾਂ ਹੀ ਪਿਆਰ ਰੱਖੋ ਤੁਹਾਡੇ ਪਿਆਰ ਸਦਕਾ ਹੀ ਆਪਾਂ ਤਰੱਕੀਆਂ ਕਰਨੀਆਂ ਰੇਡੀਓ ਚ ਵੀ ਬਿਲਕੁਲ ਬਿਲਕੁਲ ਭਾਜੀ ਅਸੀਂ ਤਾਂ ਕਹਿੰਦੇ ਦਿਨ ਦੁੱਗਣੀ ਰਾਤ ਚੁੱਗਣੀ ਤੁਸੀਂ ਤਰੱਕੀ ਕਰੋ ਭਾਜੀ ਹਾਂਜੀ ਹਾਂਜੀ ਓਕੇ ਸ਼ੁਕਰੀਆ ਭਰਾ ਮੇਰਾ ਤੇ ਏਦਾਂ ਹੀ ਕਾਲ ਕਰਦੇ ਰਿਹਾ ਕਰੋ ਥੈਂਕ ਯੂ ਵੀਰ ਮੇਰਾ ਥੈਂਕ ਯੂ ਓਕੇ ਭਾਜੀ ਓਕੇ ਓਕੇ ਥੈਂਕ ਯੂ ਤੁਸੀਂ ਮੇਰੀ ਕਾਲ ਰਿਸੀਵ ਕੀਤੀ ਭਾਜੀ ਇੱਕ ਹਫਤਾ ਹੋ ਗਿਆ ਮੈਨੂੰ ਟਰਾਈ ਕਰਦੇ ਨੂੰ ਭਾਜੀ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਵੀਰ ਮੇਰਾ ਸੌਰੀ ਸੌਰੀ ਥੈਂਕ ਯੂ ਹਾਂਜੀ ਅਗਲੇ ਬੰਦੇ ਮਨੀਸ਼ ਮਹਿਰਾ ਜੀ ਸਾਡੀ ਗੱਲ ਵੀ ਹੋਈ ਸੀ ਇੰਦੀ ਭਾਜੀ ਨਾਲ ਮੈਂ ਹੌਸਪੀਟਲ ਜੌਬ ਕਰਦਾ ਵੀ ਯਾਦ ਹੋਗਾ ਤੁਹਾਨੂੰ ਰਾਤੀ ਹਾਂਜੀ ਹਾਂਜੀ
ਸੇਬੀ ਭਾਜੀ ਨੇ ਇੱਕ ਵਾਰ ਨਾ ਬਹੁਤ ਵਧੀਆ ਗੱਲ ਫੇਸਬੁੱਕ ਤੇ ਕੀਤੀ ਸੀ ਹਾਂਜੀ ਫੇਸਬੁੱਕ ਤੇ ਕੀਤੀ ਸੀ ਕਿ ਤੁਸੀਂ ਜਦੋਂ ਆਪਣੇ ਗੁੜੀਆ ਦੀ ਫੋਟੋ ਪਾਉਂਦੇ ਆ ਤੇ ਉੱਥੇ ਕਹਿੰਦੇ ਮੇਰਾ ਪੁੱਤ ਹੈ ਨਾ ਹਾਂ ਬਹੁਤ ਵਧੀਆ ਮੈਨੂੰ ਲੱਗੀ ਗੱਲ ਤੁਸੀਂ ਤੇ ਇਸ ਕਰਕੇ ਮੈਂ ਅੱਜ ਕਾਲ ਕੀਤੀ ਹੈ ਥੈਂਕ ਯੂ ਭਾਜੀ ਥੈਂਕ ਯੂ ਹਾਂਜੀ ਤੇ ਕਿ ਜ਼ਰੂਰੀ ਹੈ ਕਿ ਵੀ ਮੁੰਡਾ ਹੋਣਾ ਚਾਹੀਦਾ ਬੰਸ ਹੋਣਾ ਚਾਹੀਦਾ ਵੀ ਬੁਢਾਪੇ ਦਾ ਸਹਾਰਾ ਹੋਣਾ ਚਾਹੀਦਾ ਜ਼ਰੂਰੀ ਇਹ ਭਾਜੀ ਇਨ ਫਿਊਚਰ ਤੇ ਸਾਰੀਆਂ ਗੱਲਾਂ ਇਰਰੈਲੇਵੈਂਟ ਹੋ ਜਾਣੀਆਂ ਕਿਉਂਕਿ ਇੰਡੀਆ ਦੇ ਵਿੱਚ ਵੀ ਇਹ ਕੰਮ ਹੋਣਾ ਵਾ ਅੱਜ ਨਹੀਂ ਤੇ ਹੋਰ 30-40 ਸਾਲਾਂ ਤੱਕ ਵੀ ਮੈਂ ਤੇ ਰੋਕਿਆ ਨਹੀਂ ਰੋਕ ਸਕਦਾ ਤੁਸੀਂ ਨਾ ਕਰਾਇਆ ਤੁਸੀਂ ਨਰਕਾਂ ਚ ਜਾਣਾ ਹਨਾ ਬਈ ਮਤਲਬ ਲੋਕ ਇੱਦਾਂ ਟ੍ਰੀਟ ਕਰ ਚਲੋ ਮੁੰਡਿਆਂ ਦਾ ਤਾਂ ਭਰਾਵਾ ਉਹ ਸਰ ਜਾਂਦਾ ਜੀ ਨਹੀਂ ਵਿਆਹ ਨਹੀਂ ਕਰਾਇਆ 30-35 ਪਲੱਸ ਹੋ ਗਿਆ ਵਟਐਵਰ ਹਨਾ ਕੁੜੀਆਂ ਮੈਂ ਤਾਂ ਕੁੜੀਆਂ ਬਾਰੇ ਸੋਚਦਾ ਹੁੰਦਾ ਵੀ ਜਿਹੜੀਆਂ ਕੁੜੀਆਂ ਨੇ ਵਿਆਹ ਨਹੀਂ ਕਰਾਇਆ ਜਾਂ ਹੋਇਆ ਨਹੀਂ ਕਿਸੇ ਕਾਰਨ 30-35 ਪਲੱਸ ਹੋ ਗਈਆਂ ਉਹਨਾਂ ਦੀ ਜ਼ਿੰਦਗੀ ਵਿਚਾਰੀਆਂ ਦੀ ਕਿੱਦਾਂ ਲੰਘਦੀ ਹੋਊਗੀ ਉਹਨਾਂ ਨੂੰ ਤਾਂ ਉਹੀ ਉਹਨਾਂ ਦੀਆਂ ਮਦਰ ਫਾਦਰ ਨੂੰ ਸੁਣਦਾ ਪੈਂਦਾ ਹੋਣਾ ਕੁੜੀ ਘਰੇ ਹੀ ਰੱਖੀ ਹੋ ਇੰਨੇ ਸਾਲ ਹੋ ਗਏ ਮਤਲਬ ਨਾ ਚਲੋ ਘਰਦਿਆਂ ਨੂੰ ਭਾਵੇਂ ਕੋਈ ਨਾ ਹੋਊ ਕੁੜੀ ਦੇ ਮਾਂ ਪਿਓ ਨੂੰ ਵੀ ਸਾਡੀ ਕੁੜੀ ਨਹੀਂ ਵਿਆਹ ਹੋਇਆ ਜੋ ਵੀ ਆ ਆਂਢ ਗੁਆਂਢ ਰਿਸ਼ਤੇਦਾਰ ਉਹਨਾਂ ਕੋਲ ਤਾਂ ਹੋਰ ਕੋਈ ਟੋਪਿਕ ਹੀ ਨਹੀਂ ਹੁੰਦਾ ਨੀ ਹਾਏ ਹਾਏ ਉਹਨਾਂ ਦੀ ਕੁੜੀ ਘਰੇ ਹੀ ਆ ਵਿਆਹ ਨੀ ਹੁੰਦਾ ਨੀ ਹਾਏ ਹਾਏ ਮਤਲਬ ਯਾਰ ਆਪਣੀ ਮੇਨ ਇੰਡੀਆ ਦੀ ਪਾਪੂਲੇਸ਼ਨ ਹੀ ਆ ਪ੍ਰੋਬਲਮ ਵੀ ਆਪਣੇ ਦੋ ਕਰ ਲੋ ਬੱਚੇ ਵੀ ਕੁੜੀਆਂ ਹੋ ਗਈਆਂ ਕੁੜੀਆਂ ਖੁਸ਼ ਰਹੋ ਮੁੰਡੇ ਹੋ ਗਏ ਮੁੰਡੇ ਖੁਸ਼ ਰਹੋ ਮੈਂ ਏਦਾਂ ਮਤਲਬ ਇੱਕ ਹੋਰ ਸਵਾਲ ਸੀ ਮੇਰਾ ਤੇ ਆਪਾਂ ਅਗਰ ਆਪਣੀ ਬੇਟੀਆਂ ਨੂੰ ਅੱਛੀ ਪਰਵਰਿਸ਼ ਦੇਣ ਤੇ ਉਹ ਵੀ ਆਪਣਾ ਭਵਿੱਖ ਆਪਣਾ ਐਂਡ ਦਾ ਕਰ ਸਕਦੇ ਤੇ ਉਹ ਵੀ ਆਪਣਾ ਬੰਸ ਲਾ ਸਕਦੀਆਂ ਨਾਮ ਤਾਂ ਸਾਡਾ ਵੀ ਹੋਣਾ ਹੀ ਆ ਹਾਂਜੀ ਹਾਂਜੀ ਜ਼ਰੂਰ ਭਾਜੀ ਵੀ ਸਾਰਾ ਕੁਛ ਹਾਂ ਭਾਜੀ ਇਹ ਹੌਲੀ ਹੌਲੀ ਨਾ ਅੱਗੇ ਆਪਣੇ ਸਿਸਟਮ ਬਦਲ ਰਹੇ ਆ ਨਾ ਵੀ ਅੱਗੇ ਹੁਣ ਮੇਨ ਆ ਬੁਢਾਪਾ ਵੀ ਕੱਟਣਾ ਕੱਟਣਾ ਤਾਂ ਪੈਸੇ ਨਾਲ ਹੀ ਆ ਹੁਣ ਜਿੱਦਾਂ ਇੱਥੇ ਲੋਕ ਆਪਣੇ ਆਪ ਨੂੰ ਜਿਹੜੇ ਆ ਉਹ ਨਾਲੋ ਨਾਲ ਸਿਕਿਓਰ ਕਰੀ ਜਾਂਦੇ ਰਹਿੰਦੇ ਪੈਨਸ਼ਨ ਦਾ ਜਗਾੜ ਕਰੀ ਜਾਂਦੇ ਰਹਿੰਦੇ ਵੀ ਨਿਆਣਿਆਂ ਨੂੰ ਇੱਥੇ ਦੇ ਯੂਰਪ ਤੇ ਪਤਾ ਹੀ ਇਹਨਾਂ ਨੇ ਚਲੇ ਜਾਣਾ ਸੋ ਏਦਾਂ ਹੀ ਕੰਮ ਹੌਲੀ ਹੌਲੀ ਆਪਣੇ ਲੋਕਾਂ ਨੂੰ ਇੰਡੀਆ ਵੀ ਹੋਣਾ ਵਾ ਤੇ ਕਰਨਾ ਹੀ ਪੈਣਾ ਵਾ ਵੀ ਆਪਣੇ ਆਪ ਨੂੰ ਸਿਕਿਓਰ ਕਰਨਾ ਆਪਣਾ ਬੁਢਾਪੇ ਆ ਮੇਰੇ ਪਿੱਛੋਂ ਆ ਰਹੀ ਅਵਾਜ ਨਹੀਂ ਹੁਣ ਠੀਕ ਆ ਹਾਂਜੀ ਭਾਜੀ ਹੋਰ ਕੋਈ ਸਵਾਲ ਕਾਲਰ ਬਹੁਤ ਆ ਵੀਰ ਮੇਰਾ ਹੈਲੋ ਗੁਰਜੰਟ ਸਿੰਘ ਸੰਧੂ ਬੋਲਦਾ ਪੁਰਤਗਾਲ ਤੋਂ ਹਾਂਜੀ ਹਾਂਜੀ ਵੀਰ ਵੀਰ ਮੈਂ ਪਹਿਲਾਂ ਸਾਡੇ ਨਾਲ ਬੜੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਵੀਰ ਪੁਰਤਗਾਲ ਤੋਂ ਰਿਲੇਟਿਡ ਕੋਈ ਗੱਲ ਕਰਨੀ ਸੀਗੀ ਪੁਰਤਗਾਲ ਅੱਜ ਦੇ ਟਾਈਮ ਦੇ ਇਕਲੌਤੀ ਕੰਟਰੀ ਆ ਮੇਰੇ ਹਿਸਾਬ ਨਾਲ ਯੂਰਪ ਦੇ ਵਿੱਚ ਜਿਹੜੀ ਇੱਕ ਸਾਲ ਦੇ ਵਿੱਚ ਆਪਾਂ ਨੂੰ ਪੇਪਰ ਦੇ ਦਿੰਦੀ ਹੈ ਨਾ ਤੇ ਉਸ ਤੋਂ ਬਾਅਦ ਉੱਥੋਂ ਦਾ ਲਾਇਸੈਂਸ ਵੀ ਬੜਾ ਈਜ਼ੀਲੀ ਮਿਲ ਜਾਂਦਾ ਆ ਤੇ ਬਟ ਜੇ ਗੱਲ ਕਰਕੇ ਚੱਲੀ ਅੱਜ ਤੋਂ 4-5 ਸਾਲ ਪਹਿਲਾਂ ਦੀ ਹਨਾ ਵੀ ਪੁਰਤਗਾਲ ਦਾ ਇੰਨਾ ਜ਼ਿਆਦਾ ਪਤਾ ਨਹੀਂ ਸੀਗਾ ਲੋਕਾਂ ਨੂੰ ਤੇ ਹੁਣ ਪੁਰਤਗਾਲ ਦਾ ਪਤਾ ਹੋਣ ਕਰਕੇ ਇੰਡੀਆ ਦੇ ਵਿੱਚ ਕਿੰਨੀ ਠੱਗੀ ਵੱਜ ਰਹੀ ਉਹਦੇ ਨਾਂ ਦੇ ਹਨਾ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਬਹੁਤਾ ਦੱਸਦਾ ਆ ਇੱਥੇ ਨਾ ਹੁਣ ਪਤਾ ਕੀ ਹੈ ਇੱਥੇ ਆਪਣੇ ਇੰਡੀਆ ਦੇ ਵਿੱਚ ਫੇਸਬੁੱਕ ਤੇ ਨਾ ਪੇਜ ਬਣੇ ਹੋਏ ਆ ਜਿੱਦਾਂ ਮਤਲਬ ਕਿ ਪਤਾ ਨੀ ਕੌਣ ਚਲਾ ਰਿਹਾ ਕੌਣ ਨਹੀਂ ਚਲਾ ਰਿਹਾ ਹਨਾ ਪੇਜ ਬਣਦਾ ਆ ਉਹਦੇ ਤੇ ਇੱਕ ਪੋਸਟ ਪੈਂਦੀ ਆ ਪੁਰਤਗਾਲ ਦੇ ਵੀਜ਼ੇ ਤੋਂ ਰਿਲੇਟਿਡ ਹਨਾ ਵੀ 35 ਦਿਨਾਂ ਦੇ ਵਿੱਚ 40 ਦਿਨਾਂ ਦੇ ਵਿੱਚ ਵੀਜ਼ਾ ਲਓ ਪੁਰਤਗਾਲ ਦਾ ਉਹ ਵੀ ਵਰਕ ਪਰਮਿਟ ਤੇ ਉਹਦੇ ਉਹਦੇ ਪੋਸਟ ਦੇ ਥੱਲੇ ਘੱਟੋ ਘੱਟ ਜ਼ਿਆਦਾ ਨਹੀਂ ਤੇ ਮੈਂ ਕਈ ਇਹੋ ਜਿਹੀਆਂ ਪੋਸਟਾਂ ਦੇਖੀਆਂ ਉਹਨਾਂ ਦੀਆਂ ਵੀ ਥੱਲੇ 10-10 ਹਜ਼ਾਰ ਕਮੈਂਟ ਵੀ ਆਏ ਹੋਏ ਹੈ ਨਾ
ਕਿੰਨੇ ਕਮੈਂਟ ਆਏ ਜਦਕਿ ਪੇਜਾਂ ਤੇ ਲਾਈਕ ਯਾਨੀ ਕਿ ਉਹਨਾਂ ਦੇ 7 ਲਾਈਕ ਕਿਸੇ ਦੇ 100 ਲਾਈਕ ਵੀ ਪੂਰਾ ਨਹੀਂ ਹੁੰਦਾਗਾ ਪੇਜਾਂ ਤੇ ਬਟ ਕਮੈਂਟ ਇੰਨੇ ਜ਼ਿਆਦਾ ਹੁੰਦੇ ਆ ਤੁਹਾਨੂੰ ਪਤਾ ਹੈ ਵੀ ਬੂਸਟ ਮਾਰ ਕੇ ਹਨਾ ਪੇਜ ਬਣਾਇਆ ਸਹੀ ਹੈ ਓਹਦੇ ਨਾਂ ਤੋਂ ਇਹਨਾਂ ਨੇ ਕੀ ਕੀਤਾ ਪਹਿਲਾਂ ਓਹਦੇ ਨਾਂ ਤੋਂ ਲੋਕਾਂ ਨੂੰ ਲੁੱਟਿਆ ਹਜ਼ਾਰਾਂ ਓਹਦੇ ਤੇ ਕਮੈਂਟ ਆਏ ਹਨਾ ਹਜ਼ਾਰ ਮਤਲਬ ਪੇਜ ਜਦੋਂ ਮੈਂ ਚੈੱਕ ਕੀਤਾ ਪੇਜ ਤੇ ਸਾਰੇ 70 ਕੇ 80 ਲਾਈਕ ਉਸ ਤੋਂ ਬਾਅਦ ਭਾਜੀ ਉਹਨਾਂ ਨੇ ਭੇਜ ਦਿਓ ਹਨਾ ਮੈਂ ਪੋਸਟ ਵੀਡੀਓ ਬਣਾ ਕੇ ਵਧੀਆ ਜੀ ਪਾ ਦੂੰਗਾ ਫਿਰ ਦਿਖਾ ਕੇ ਹਾਂਜੀ ਭਾਜੀ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਭੇਜ ਦੂੰਗਾ ਉਸ ਤੋਂ ਬਾਅਦ ਭਾਜੀ ਉਹਨਾਂ ਨੇ ਕੀ ਕੀਤਾ ਬੰਦਿਆਂ ਨੇ ਜਦੋਂ ਉਹਨਾਂ ਦੀ ਉਹ ਥੋੜੀ ਜਿਹੀ ਠੱਗੀ ਸਾਹਮਣੇ ਆਉਣ ਲੱਗ ਗਈ ਨਾ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਲੋਕਾਂ ਨੂੰ ਉਹਨਾਂ ਨੇ ਉਹ ਪੇਜ ਡਿਲੀਟ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਉਹਨਾਂ ਹੀ ਬੰਦਿਆਂ ਨੇ ਬਣਾਇਆ ਪੇਜ ਪੁਰਤਗਾਲ ਵਾਲੇ ਉਹ ਸੋਰੀ ਪੁਰਤਗਾਲ ਜੋਬਸ ਦੇ ਨਾਂ ਤੋਂ ਪੁਰਤਗਾਲ ਜੋਬਸ ਦੇ ਨਾਂ ਤੋਂ ਉਹਨਾਂ ਨੇ ਪੇਜ ਬਣਾਇਆ ਉਹਦੇ ਤੇ ਫਿਰ ਗਲਤੀ ਕੀ ਕਰ ਬੈਠੇ ਉਹ ਨੰਬਰ ਆਪਦਾ ਪੁਰਾਣਾ ਹੀ ਉੱਥੇ ਉਹਦੇ ਉਹ ਪੋਸਟ ਦੇ ਉੱਤੇ ਉਹਨਾਂ ਨੇ ਕਰਤਾ ਹਨਾ ਚਲੋ ਹੁਣ ਮੈਂ ਵੀ ਇਹ ਚੀਜ਼ਾਂ ਦੇ ਵਿੱਚ ਵਿਚਰਦਾ ਨਹੀਂ ਤਾਂ ਕਰਕੇ ਮੈਂ ਇਹ ਚੀਜ਼ ਉਹਨਾਂ ਦੀ ਫੜ ਲਈ ਹਨਾ ਉੱਥੋਂ ਵੀ ਉਹਨਾਂ ਨੇ ਨਾ ਹਜ਼ਾਰਾਂ ਕਮੈਂਟ ਮੈਂ ਦੇਖੇ ਉਸ ਪੋਸਟ ਤੋਂ ਵੀ ਹਨਾ ਚਲੋ ਵੀ ਉੱਥੇ ਵੀ ਜਦੋਂ ਉੱਥੋਂ ਵੀ ਉਹਨਾਂ ਨੇ ਪੈਸੇ ਕਮਾਏ ਹੋਣੇ ਹਜ਼ਾਰਾਂ ਲੋਕਾਂ ਤੋਂ ਲੱਖਾਂ ਰੁਪਇਆ ਹਨਾ ਉਸ ਤੋਂ ਬਾਅਦ ਹੁਣ ਉਹ ਕਿਹੜਾ ਪੇਜ ਚਲਾ ਰਹੇ ਆ ਰਸ਼ੀਅਨ ਸਿਟੀਜ਼ਨ ਦੇ ਨਾਂ ਤੋਂ ਗਲਤੀ ਕੀ ਕਰਦੇ ਆ ਉਹ ਨੰਬਰ ਜਿਹੜੇ ਉਹਨਾਂ ਦੇ 5-7 ਨੰਬਰ ਹੁੰਦੇ ਨੇ ਪੋਸਟਾਂ ਦੇ ਪਏ ਹੁੰਦੇ ਉਹੀ ਨੰਬਰ ਰਿਪੀਟ ਕਰੀ ਜਾਂਦੇ ਆ ਉੱਥੋਂ ਇਹ ਲੱਗਦਾ ਵੀ ਜਿੱਦਾਂ ਇਹਨਾਂ ਦਾ ਇੱਕ ਗਰੋਹ ਹੁੰਦਾ ਜਿੱਦਾਂ ਮੈਨੂੰ ਲਾ ਲਓ ਕਿ ਇੱਕ ਵੀ ਕੋਈ ਏਜੰਟ ਸੌਖਾ ਹੀ ਆ ਭਾਜੀ ਆਪਣੇ ਨਾ ਬਹੁਤ ਬਹੁਤ ਪਿੱਛੇ ਰੇਡੀਓ ਪਤਾ ਨਹੀਂ ਚੱਲ ਪਿਆ ਮੇਰੀ ਆਵਾਜ਼ ਬੜੀ ਭੈੜੀ ਇਹਦਾ ਮਤਲਬ ਹੈ ਮੈਂ ਫੇਰ ਚੱਕੀ ਖੇਡਦਾ ਵਾ ਅੱਛਾ ਮੈਂ ਗੱਲ ਉਹ ਲੱਗਾ ਕਹਿਣ ਵੀ ਇਹ ਬੜਾ ਹੀ ਯਾਰ ਸੌਖਾ ਹੀ ਫਰੋਡ ਚੱਲਦਾ ਵਾ 5-5-10 ਹਜ਼ਾਰ ਲੈ ਲਓ ਐਵੇਂ ਮੈਡੀਕਲ ਦੇ ਨਾਂ ਤੇ ਉਹਦੇ ਤੇ ਹਨਾ ਜਿੱਦਾਂ ਤੁਸੀਂ ਆਖਣਾ ਹਜ਼ਾਰਾਂ ਕਮੈਂਟ ਆ ਹਜ਼ਾਰਾਂ ਦੇ ਵਿੱਚੋਂ ਹਜ਼ਾਰ ਬੰਦਾ ਵੀ 10,000 ਦਾ 1,000 ਵੀ ਇਹਨਾਂ ਦਾ ਡਿੱਕੇ ਚੜ ਗਿਆ ਤੇ ਉਹ ਰੁਪਈਆ ਮੋਟਾ ਛਾਪ ਜਾਂਦੇ ਭਾਜੀ ਕੀਤਾ ਨਾ ਉਹ ਕਹਿੰਦੇ ਵੀ ਜਾ ਕੇ ਆਏ ਆ 500 ਰੁਪਇਆ ਸਾਡੇ ਤੋਂ ਉਦਣ ਹੀ ਲੈ ਲੈਂਦੇ ਜਿੱਦਣ ਮਤਲਬ ਕਿ ਗਏ ਹਨਾ 500 ਉਦਣ ਹੀ ਲੈ ਲਿਆ 8,000 ਰੁਪਇਆ ਉਦਣ ਹੀ ਕਹਿ ਦਿੰਦੇ ਆ ਵੀ ਹਨਾ 19 ਤਰੀਕ ਨੂੰ ਤੁਹਾਡਾ ਮੈਡੀਕਲ ਆ ਤੇ 8,000 ਰੁਪਇਆ ਮੈਡੀਕਲ ਦੇ ਲੱਗਣਾ ਫਲਾਨੀ ਹੋਸਪਿਟਲ ਹੋਸਪਿਟਲ ਵਾਲੇ ਪੈਸੇ ਲੈਣਗੇ ਹਨਾ ਅਸੀਂ ਕੁਛ ਨੀ ਲੈਣਾ ਹੁਣ ਆਪਾਂ ਨੂੰ ਤਾਂ ਪਤਾ ਵਾ ਵੀ ਹੋਸਪਿਟਲ ਨਾਲ ਇਹਨਾਂ ਦੀ ਕਿਹੜੀ ਹਨਾ ਵੀ ਸਾਂਝ ਹੁੰਦੀ ਆ ਨਹੀਂ ਨਹੀਂ ਉਹ ਗੱਲ ਨਾ ਭਾਜੀ ਲੋਕੀ ਬਹੁਤ ਹੱਟਦੇ ਆ ਪਤਾ ਨੀ ਕਿੱਦਾਂ ਹੱਟਨੇ ਇਹਦੇ ਸਮਝ ਨੀ ਆਉਂਦੀ ਖੁਦ ਨੂੰ ਵੀਰ ਮੇਰਾ ਜਿਹੜੇ ਜਿਹੜੇ ਪੇਜਾਂ ਦੇ ਨਾਲ ਹੈ ਮੈਨੂੰ ਲਿੰਕ ਪਲੀਜ਼ ਭੇਜ ਦੀ ਹਨਾ ਮੇਰੇ ਪੇਜ ਤੇ ਮੈਂ ਵੀਡੀਓ ਬਣਾ ਕੇ ਪਾਉਣਾ ਮਤਲਬ ਭਈ ਆਪਾਂ ਤਾਂ ਕੋਸ਼ਿਸ਼ ਕਰੀ ਜਾਂਦੇ ਆ ਹਨਾ ਹੁਣ ਯਾਰ ਪਤਾ ਨੀ ਕਿੱਦਾਂ ਲੋਕ ਲੁੱਟੋ ਹੀ ਜਾਂਦੇ ਸਮਝ ਨੀ ਲੱਗਦੀ ਹਾਂ ਵੀਰ ਮੈਂ ਤਾਂ ਕਹਿੰਦਾ ਵੀ ਮੇਰਾ ਇੰਨਾ ਹਨਾ ਫੋਲੋ ਹੈ ਏਜੰਟ ਕੋ ਲੈ ਗਿਆ ਤੇ ਉਹਨੇ ਥੋੜੀ ਦੱਸਿਆ ਸਪੇਨ ਤੋਂ ਆਇਆ ਉਹ ਪਿਓ ਦਾ ਪੁੱਤਰ ਮੇਰੇ ਸਾਹਮਣੇ ਇਹਨੂੰ 5 ਸਾਲ ਦਾ ਵਰਕ ਕੰਟਰੈਕਟ ਦੱਸੀ ਆ ਮੈਨੂੰ ਇੱਥੋਂ ਇੰਨੇ ਦਾ ਵਰਕ ਕੰਟਰੈਕਟ ਆ ਉੱਥੇ ਆ ਜਾਵਾ ਵਾ ਫਿਰ ਮੈਂ ਬੋਲਿਆ ਮੈਂ ਕਿਹਾ ਯਾਰ ਮੈਂ ਉੱਥੋਂ ਹੀ ਆਇਆ ਵਾ ਕੋਈ ਏਦਾਂ ਦਾ ਕੋਈ ਚੱਕਰ ਨੀ ਗਾ ਬਾਅਦ ਚ ਗੱਲ ਨੀ ਆਉਂਦੀ ਅਗਲੀ ਹੇਰਾ ਉਹ ਅੰਮ੍ਰਿਤਸਰ ਚਲ ਗਏ ਉੱਥੇ ਏਜੰਟਾਂ ਨੂੰ ਮਿਲੇ ਵੱਖਰੇ ਵੱਖਰੇ ਕੰਸਲਟੈਂਟ ਸੀ ਉਹਨਾਂ ਨੂੰ ਮਿਲੇ ਤੇ ਕੋਈ ਮਾਲਟਾ ਦਾ ਸਾਨੂੰ ਕਹੀ ਜਾਵੇ ਵਰਕ ਪਰਮਿਟ ਲਵਾ ਲਓ ਕੋਈ ਕੁਛ ਲਵਾ ਲਓ ਕੋਈ ਕੁਛ ਲਵਾ ਲਓ ਹਨਾ ਇੰਨਾ ਚਿਰ ਤੋਂ ਉਹਨਾਂ ਨੂੰ ਕੁਛ ਨੀ ਦੱਸਿਆ ਮੈਂ ਹਨਾ ਵੀ ਮੈਂ ਕਿੱਥੋਂ ਕੀ ਸਿਸਟਮ ਆ ਉਹਨਾਂ ਚਿਰ ਤੋਂ ਆਪਣੀਆਂ ਰੈਗੂਲਰ ਠੀਕ ਹੈ ਜਦੋਂ ਮੈਂ ਦੱਸਤਾ ਵੀ ਮੈਂ ਪੁਰਤਗਾਲ ਤੋਂ ਮੈਨੂੰ ਇੰਨਾ ਚਿਰ 5 ਸਾਲ ਹੋ ਗਿਆ ਦੇਖਦੇ ਨੂੰ ਕੀ ਹੋਣਾ ਫਿਰ ਉਹ ਠੰਡੇ ਪੈ ਗਏ ਫਿਰ ਬਾਅਦ ਵਿੱਚ ਗੱਲ ਕੀ ਉਹ ਮੇਰੇ ਤੋਂ ਪੁੱਛਣ ਲੱਗਿਆ ਵੀ ਮੈਂ ਪੁਰਤਗਾਲ ਦੇ ਰਹਿਣਾ 1 ਸਾਲ ਦਾ ਮੇਰੇ ਕੋਲ ਯੂਰਪ ਦਾ ਵੀਜ਼ਾ ਮੈਂ ਪੁਰਤਗਾਲ ਦੇ ਪੇਪਰ ਲਾਉਣੇ ਕਿੱਦਾਂ ਕਿੱਦਾਂ ਕੀ ਕੁਛ ਇਹੋ ਜਿਹੇ ਇਹਨਾਂ ਦੇ ਬਾਤ ਹੈ ਸਤਿ ਸ੍ਰੀ ਅਕਾਲ ਜੀ ਕਿਥੋਂ ਬੋਲਦਾ ਜੀ ਹਾਂਜੀ ਹਾਂਜੀ ਕੀ ਸਵਾਲ ਬਲਜਿੰਦਰ ਸਿੰਘ ਜੀ
ਵਿਜ਼ਟਰ ਵੀਜ਼ਾ ਲਾਇਆ ਸੀ ਪਰ ਉਹ ਰਿਜੈਕਸ਼ਨ ਆ ਗਈ ਜੀ। ਤੇ ਹੁਣ ਮੈਨੂੰ ਦੀਦੀ ਕਹਿ ਰਹੇ ਸੀ ਪੀ ਆਰ ਅਪਲਾਈ ਕਰ ਲਾ, ਪੀ ਆਰ ਦਾ ਕੋਈ ਜਾਂ ਵਰਕ ਪਰਮਿਟ ਦਾ ਦੇਖ ਲਾ, ਕੋਈ ਭਾਜੀ ਹੈ ਕੋਈ ਗਾਈਡ ਗਾਈਡ ਕਰ ਸਕਦੇ ਉਹਦੇ ਬਾਰੇ? ਆਪਣੀ ਸਿਸਟਰ ਨੂੰ ਕਹੋ ਕਿਸੇ ਵਕੀਲ ਕੋ ਜਾ ਕੇ ਵਰਕ ਪਰਮਿਟ ਇਥੋਂ ਪਤਾ ਕਰਨਾ ਪੈਣਾ ਕੋਈ ਯਕੀਨ ਵਾਲੇ ਬੰਦੇ। ਅੱਛਾ ਜੀ, ਹਾਂਜੀ ਜਿਹੜਾ ਪ੍ਰੋਵਾਈਡ ਕਰ ਦਵੇ ਐਲ ਐਲ ਕੋਈ ਹੋਰ ਪ੍ਰੋਗਰਾਮ ਤੇ ਬੰਦਾ ਚਾਹੀਦਾ ਕੈਨੇਡਾ ਚ। ਠੀਕ ਹੈ ਜੀ, ਤੇ ਹੋਰ ਕੋਈ ਹੁੰਦਾ ਹੋਰ ਕੋਈ ਪ੍ਰੋਗਰਾਮ ਜੀ ਜਿੰਦੇ ਰਾਹੀਂ ਮੈਂ ਆ ਸਕਦਾ ਉੱਥੇ? ਭਾਜੀ ਹੋਰ ਕੋਈ ਪ੍ਰੋਗਰਾਮ www.cic.ca ਭਰ ਕੇ ਦੇਖ ਲਓ, ਸਾਰਾ ਹੀ ਤੁਹਾਡੇ ਹੱਲ ਮਿਲ ਜਾਣਾ, ਜੋ ਵੀ ਤੁਹਾਡੇ ਦਿਲ ਚ ਸਵਾਲ ਆ ਸਾਰੇ ਹੀ ਉੱਤਰ ਮਿਲ ਜਾਣੇ ਆ। ਠੀਕ ਹੈ ਜੀ, ਮੈਂ ਤੁਹਾਡੀ ਐਪ ਵੀ ਦੇਖੀ ਸੀ ਭਾਜੀ, ਕਾਫੀ ਵਧੀਆ ਐਪ ਬਣੀ ਹੋਈ ਹੈ ਤੁਹਾਡੀ। ਹਾਂਜੀ ਵਧੀਆ ਭਾਜੀ, ਦੋਨੇ ਮਤਲਬ ਮੈਂ ਕਾਫੀ ਦੇਰ ਤੇ ਤੁਹਾਡੀਆਂ ਵੀਡੀਓ ਦੇਖਦਾ ਤੇ ਫੋਲੋ ਵੀ ਕੀਤਾ ਤੁਹਾਨੂੰ, ਤੇ ਸੈਬੀ ਭਾਜੀ ਦੇ ਮੈਂ ਘੱਟ ਵੀਡੀਓ ਦੇਖੀਆਂ ਨੇ, ਪਰ ਤੁਹਾਡੀ ਇੰਡੀ ਭਾਜੀ ਤਾਂ ਕਾਫੀ ਦੇਰ ਦਾ ਫੋਲੋ ਕਰਦਾ ਪਿਆ ਤੁਹਾਨੂੰ ਮੈਂ, ਤੇ ਇਹ ਰੇਡੀਓ ਵਾਲੀ ਐਪ, ਹਾਂਜੀ ਰੇਡੀਓ ਵਾਲੀ ਐਪ ਵੀ ਤੁਹਾਡੀ ਮੈਂ ਦੇਖੀ ਹੈ ਕਈ ਚੀਜ਼ਾਂ। ਕੱਲ ਤੁਸੀਂ ਆਈ ਥਿੰਕ ਤੁਸੀਂ ਕਹਿ ਰਹੇ ਸੀ ਕਿ ਕੋਈ ਸੁਜੈਸ਼ਨ ਹੋਵੇ ਤਾਂ ਦੱਸ ਦਿਆ ਕਰੋ। ਹਾਂਜੀ ਹਾਂਜੀ ਦੱਸੋ ਭਾਜੀ ਦੱਸੋ। ਭਾਜੀ ਮੈਂ ਤੁਹਾਡੀ ਜਿਹੜੀ ਐਪ ਦੇਖੀ ਹੈ ਉਹਦੇ 'ਚ ਕਈ ਸਾਰੀ ਕਈ ਚੀਜ਼ਾਂ ਨਾ ਚੱਲਦੀਆਂ ਨੇ ਪਈਆਂ, ਜਿਵੇਂ ਜੇ ਕੋਲ ਲਾਈਏ ਕੋਲ 'ਤੇ ਵੀ ਕਈ ਮਿਸਟੇਕ ਹੋ ਜਾਂਦੀਆਂ ਨੇ, ਕਈ ਤੁਹਾਡੇ ਫੇਸਬੁੱਕ 'ਤੇ ਲਿੰਕ ਨਹੀਂ ਚੱਲਦੇ ਪਏ। ਹਾਂਜੀ ਤੇ ਹਾਂਜੀ ਦੱਸੋ ਭਾਜੀ ਕੀ ਕਹਿੰਦੇ ਸੀ? ਹੈਲੋ ਮੈਂ ਉਹਦੇ ਕੋਲ ਕਰਾਉਣਾ, ਉਹਨੇ ਭਾਜੀ ਐਕਸਪ੍ਰੈਸ ਐਂਟਰੀ ਥਰੂ ਅਪਲਾਈ ਕੀਤਾ, ਉਹਨੇ ਉਹਦੇ ਪੁਆਇੰਟ ਪੂਰੇ ਆ ਉਹਦੇ ਹਨਾ, ਉਹਨੇ ਉਹ ਸਾਈਡ ਜਾਬ ਉਹਨੇ ਉੱਥੋਂ ਉਹਨੇ ਆਪਣਾ ਵਰਕ ਪਰਮਿਟ ਉੱਥੋਂ ਜਾਨੀ ਕਿ ਇੱਕ ਐਲ ਐਮ ਆਈ ਲਈ ਉੱਥੇ ਇੱਕ ਵਕੀਲ ਦੇ ਐਜ਼ ਏ ਅਸਿਸਟੈਂਟ ਦੀ, ਉਹਨੇ ਉਹ ਨਾਲ ਲਾ ਕੇ ਉਹਦੇ ਪੁਆਇੰਟ ਪੂਰੇ ਉਹਦੀ ਐਕਸਪ੍ਰੈਸ ਐਂਟਰੀ ਉਹਦੀ ਚੱਲਣ ਦੀ, ਕੋਵਿਡ ਕਰਕੇ ਉਹਦਾ ਰਹਿ ਗਿਆ ਨਹੀਂ ਤੇ ਹੁਣ ਉਹਦੀ ਪੀ ਆਰ ਆ ਜਾਣੀ ਸੀ। ਹਾਂਜੀ ਹਾਂ, ਤੁਸੀਂ ਵੀ ਉਹਦੇ ਥਰੂ ਅਪਲਾਈ ਕਰੋ, ਸਿੱਧੇ ਜਾਓ ਸਗੋਂ। ਹਾਂਜੀ ਖਰਚਾ ਤਾਂ ਜ਼ਰੂਰ ਆਉਣਾ ਕੋਈ ਮੇਰੇ ਖਿਆਲ ਨਾਲ ਰੁਪਈਆ 20-25 ਲੱਖ ਦੇ ਲਾਗੇ ਸਮਥਿੰਗ, ਬਟ ਇਹ ਵੀ ਜਾਣਾ ਸਿੱਧਾ ਪੀ ਆਰ ਹੀ ਆ। ਹਾਂਜੀ ਭਾਜੀ ਮੇਨ ਚੱਕਰ ਹੈ ਕਿ ਆਪਾਂ ਨੂੰ ਲਿਮੀਆਂ ਵੀ ਮੰਗਾ ਲਈਏ ਕੋਈ ਚੱਕਰ ਨਹੀਂ, ਮੇਰੇ ਫਾਦਰ ਸਾਹਿਬ ਪਲੈਨਿੰਗ ਅਫਸਰ ਰਿਟਾਇਰ ਹੋਏ ਨੇ, ਪਰ ਮੈਨੂੰ ਇਹ ਚੱਕਰ ਹੈ ਕਿ ਜਿਵੇਂ ਮੇਰਾ ਪਹਿਲਾਂ ਇੱਕ ਵਿਜ਼ਟਰ ਵੀਜ਼ਾ ਅਸੀਂ ਅਪਲਾਈ ਕੀਤਾ ਇੱਥੋਂ, ਕਾਫੀ ਵਧੀਆ ਬਣੀਆਂ ਪਰ ਉਹਦੇ ਤੇ ਕਈ ਚੀਜ਼ਾਂ ਜਿਵੇਂ ਕਾਲਿੰਗ ਤੇ ਕਰੀਏ, ਹੁਣੇ ਮੈਂ ਪਹਿਲਾਂ ਚੈੱਕ ਕਰ ਰਿਹਾ ਸੀ ਕਿ ਭਾਜੀ ਦਾ ਰੇਡੀਓ ਚੱਲਦਾ ਪਿਆ ਨਹੀਂ ਚੱਲਦਾ ਪਿਆ, ਉੱਥੇ ਸੌਂਗ ਵੀ ਚੱਲਦਾ ਰਹਿੰਦਾ ਵੀਰ ਜੀ, ਮਤਲਬ ਰਿਪੀਟ ਤੇ ਸੌਂਗ ਚੱਲਦੇ ਰਹਿੰਦੇ ਆ ਉੱਥੇ, ਜਿਵੇਂ ਤੁਸੀਂ ਹੁਣ ਲਾਈਵ ਹੋਏ ਉੱਥੇ ਉੱਥੇ ਵੀ ਲਾਈਵ ਹੋਣੇ ਚਾਹੀਦੇ ਹੋ, ਜਾਂ ਤੁਹਾਡੇ ਉੱਤੇ ਕੋਲ ਤੇ ਕਲਿੱਕ ਸੌਂਗ ਚੱਲਦਾ ਪਿਆ ਜੀ ਅਜੇ ਵੀ। ਮੈਂ ਰੁਕੀ ਹੁਣੇ ਚੈੱਕ ਕਰਦਾ, ਰੁਕਦਾ ਤੇ ਭਾਜੀ ਉੱਤੇ ਮਤਲਬ ਸੌਂਗ ਤਾਂ ਨਹੀਂ ਚੱਲਦੇ ਹੁਣ। ਉਸ ਤੋਂ ਬਾਅਦ ਨਾ ਉਸ ਤੋਂ ਬਾਅਦ ਅੰਦਰ ਪੇਜ ਤੇ ਜਾਈਏ ਨਾ, ਤੁਹਾਡੇ ਫੇਸਬੁੱਕ ਦਾ ਪੇਜ ਜਦੋਂ ਕਲਿੱਕ ਕਰਾਂ ਜਾਂ ਸਕਾਈਪ ਤੇ ਕਲਿੱਕ ਕਰਾਂ, ਤੇ ਮੈਂ ਤੁਹਾਨੂੰ ਕੱਲ ਵੀ ਸਕਾਈਪ ਤੇ ਮੈਸੇਜ ਕਰ ਸਕੀ, ਤੁਹਾਡੀ ਜਿਹੜੀ ਐਪ ਆ ਉਹ ਸਿੱਧਾ ਡਾਇਰੈਕਟ ਨੀ ਓਪਨ ਹੁੰਦੀ ਜੀ, ਉਹ ਤੁਹਾਨੂੰ ਮੈਂ ਜੇ ਤੁਸੀਂ ਕਹੋਗੇ ਤੁਹਾਨੂੰ ਮੈਂ ਸਕਰੀਨਸ਼ਾਟ ਵੀ ਭੇਜ ਦਾਂਗਾ। ਭਾਜੀ ਮੈਨੂੰ ਪੇਜ ਤੇ ਮੈਸੇਜ ਕਰਿਓ ਫਿਰ ਦੱਸਿਓ ਜੋ ਵੀ ਸਿਸਟਮ ਆ। ਹੈਲੋ
ਹਾਂਜੀ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਐਪ ਵਿੱਚ ਹੋਣ ਵਾਲੀਆਂ ਨੇ ਪੇਜ ਤੇ ਮੈਸੇਜ ਕਰਿਓ ਹੁਣੇ ਹੀ ਤੇ ਮੈਨੂੰ ਦੱਸਿਓ ਜੋ ਵੀ ਆ ਤੇ ਫਿਰ ਕਰਦੇ ਗੱਲ ਬਾਤ ਕੋਈ ਗੱਲ ਭਾਜੀ ਮੈਂ ਜਿੰਨਾ ਵੀ ਜੋ ਜਾਣ ਹੋ ਸਕਦਾ ਤੁਹਾਨੂੰ ਪਾ ਦੂੰਗਾ ਕੋਈ ਚੱਕਰ ਨਹੀਂ ਮੇਰਾ ਆਪ ਦਾ ਕੰਮ ਇਹ ਹੈਗਾ ਵਾ ਤੇ ਕੋਈ ਚੱਕਰ ਮੈਨੂੰ ਮੈਸੇਜ ਪੇਜ ਤੇ ਮੈਂ ਪੇਜ ਤੇ ਕਰ ਦਿੰਦਾ ਜੀ ਤੁਹਾਨੂੰ ਥੈਂਕ ਯੂ ਭਾਜੀ ਬਹੁਤ ਬਹੁਤ ਉਹ ਆ ਦੇ ਹਾਂਜੀ ਉਹ ਸਾਬੀ ਮੈਂ ਵੀ ਲਾਇਆ ਰੇਡੀਓ ਹੁਣ ਪਤਾ ਕੀ ਚੱਕਰ ਆ ਉਹ ਰਿਫਰੈਸ਼ ਕਰਨੀ ਪੈਂਦੀ ਭਰਾਵਾ ਜਿੱਥੇ ਤੂੰ ਛੱਡਿਆ ਨਹੀਂ ਉਹ ਮੈਂ ਸਮਝ ਗਿਆ ਵੀ ਪਰ ਇਦਾਂ ਨਹੀਂ ਨਾ ਹੋਣਾ ਚਾਹੀਦਾ ਉਹ ਇੰਡੀਆ ਦੇ ਇੰਟਰਨੈਟ ਨਾਲ ਕਨੈਕਟਡ ਆ ਆਪਣੇ ਆਪ ਹੀ ਹੋ ਜਾਣਾ ਚਾਹੀਦਾ ਆ ਇਹ ਉਹ ਆ ਇਹ ਕਹੂੰਗਾ ਉਹਨਾਂ ਨੂੰ ਹਾਂ ਇਹ ਕਮੀ ਹੈਗੀ ਆ ਚੱਲਦਾ ਤਾਂ ਉਹਦਾ ਮੇਰਾ ਹੀ ਪ੍ਰੋਗਰਾਮ ਆ ਵੀ ਹੁਣ ਆਪਾਂ ਨੂੰ ਆਤ ਹੁੰਦੀ ਥੋੜ ਕੋਈ ਉੱਤੇ ਫੇਰਲੇ ਕਰਤਾ ਉਹ ਵੀ ਰਿਫਰੈਸ਼ ਨਹੀਂ ਹੁੰਦੀ ਉਹ ਭਾਜੀ ਨੂੰ ਮੈਂ ਕਹਿੰਦਾ ਵੀ ਆਟੋਮੈਟਿਕ ਰਿਫਰੈਸ਼ ਹੋਵੇ ਹਾਂ ਇਹ ਤਾਂ ਹੈ ਸਹੀ ਹੈ ਹਾਂਜੀ ਅਗਲੇ ਕਾਲਰ ਭਾਜੀ ਸਟੇਡੀਆ ਤੋਂ ਕੀ ਕਹਿਣਾ ਚਾਹੁੰਦੇ ਆ ਵਧੀਆ ਵਧੀਆ ਭਾਜੀ ਕੀ ਕਹਿਣਾ ਚਾਹੁੰਦੇ ਮੈਨੂੰ ਪਤਾ ਨੀ ਸੀ ਉਹ ਚ ਗਾਣੇ ਵੀ ਚੱਲ ਗਏ ਚਾਰ ਪੰਜ ਤੇ ਉਹ ਗਾਣੇ ਭਰਾਵਾ ਇਹਨਾਂ ਦਾ ਸਿੰਗਰਾਂ ਦੀ ਮੇਰੇ ਨਾਲ ਲੱਗਦੀ ਲਾ ਲਾ ਜਾਂ ਫੇਸਬੁੱਕ ਦੀ ਕੋਈ ਪਾਲਿਸੀ ਲਾ ਲਾ ਉਹਨੇ ਪਤੰਦਰਾਂ ਨੇ ਮਿਊਟ ਕਰਤੀ ਜਿੱਥੇ ਜਿੱਥੇ ਗਾਣੇ ਸੀਗੇ ਉਹ ਤਾਂ ਚੱਲ ਮਿਊਟ ਕਰੇ ਦਿੱਤੇ ਫਿਰ ਮੈਂ ਕੀ ਕੀਤਾ ਇੱਕ ਪੁਰਤਗਾਲ ਵਾਲੇ ਭਰਾ ਨਾਲ ਗੱਲ ਹੋਈ ਸੀ ਉਹ ਵਾਲੀ ਕਲਿੱਪ ਮੈਂ 10 ਮਿੰਟ ਦੀ ਕੱਟ ਕੇ ਪਾਤੀ ਤੇ ਬਾਕੀ ਉਹ ਵੀਡੀਓ ਡਿਲੀਟ ਕਰਤੀ ਸੀ ਮੈਂ ਕਿਹਾ ਹੋਰ ਨਾ ਪੰਗਾ ਪੈ ਜਾਵੇ ਵੀ ਸਿੰਗਰਾਂ ਦੀ ਤਾਂ ਆਪਣੇ ਨਾਲ ਅੱਗੇ ਨਹੀਂ ਬਣਦੀ ਸਟ੍ਰਾਈਕ ਨਾਲ ਲਵਾ ਦੇਣ ਵੀ ਸਾਡਾ ਗਾਣਾ ਚੱਲਿਆ ਇਹਦੇ ਰੇਡੀਓ ਤੇ ਇੱਥੇ ਫੇਸਬੁੱਕ ਤੇ ਰੇਡੀਓ ਤੇ ਤਾਂ ਚੱਲ ਸਕਦਾ ਫੇਸਬੁੱਕ ਤੇ ਨਹੀਂ ਪਲੇ ਹੋ ਸਕਦਾ ਪਿਆਰ ਕਰਦੇ ਰਹੋ ਤੇ ਜੁੜੇ ਰਹੋ ਸ਼ੁਕਰੀਆ ਵੀਰੇ ਹਾਂਜੀ ਅਗਲੇ ਕਾਲਰ ਜਿੜ ਚੁੱਕੇ ਸੱਤਾ ਭਾਜੀ ਸਤਿ ਸ੍ਰੀ ਅਕਾਲ ਕਿੱਥੋਂ ਤੇ ਕੀ ਸਵਾਲ ਆ ਪੰਜਾਬ ਚ ਜਿਹੜੇ ਨਸ਼ੇ ਉਹਨਾਂ ਬਾਰੇ ਹਾਂਜੀ ਹਾਂਜੀ ਦੱਸੋ ਭਾਜੀ ਕੀ ਕਹਿਣਾ ਚਾਹੁੰਦੇ ਪੰਜਾਬ ਚ ਨਸ਼ਿਆਂ ਬਾਰੇ ਹੈਲੋ ਸਤਿ ਸ੍ਰੀ ਅਕਾਲ ਝੂਠੇ ਵਾਅਦੇ ਕਰੀ ਜਾਂਦੀਆਂ ਮਾਂ ਦਾ ਨਾ ਪੁੱਤ ਮਰਦਾ ਇਹਦੇ ਬਾਰੇ ਸਰਕਾਰ ਆਪਾਂ ਬਾਹਰਲੇ ਨੈਰੀਆਂ ਨੂੰ ਕੀ ਕਰਨਾ ਆਪਾਂ ਕੀ ਕਰਨਾ ਮੋਹਰੇ ਹਾਂਜੀ ਹਾਂਜੀ ਸਾਬੀ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਉਹ ਭਰਾਵਾ ਹੁਣ ਤੈਨੂੰ ਉਹ ਆਖਣ ਡਿਆ ਵੀ ਉਹ ਥੱਲਿਓ ਲੈ ਕੇ ਉੱਪਰ ਤੱਕ ਹੀ ਆਪਾਂ ਕਰਾਪਟਾਂ ਆਪਾਂ ਹੀ ਆ ਵੀ ਉਹ ਜਿਵੇਂ ਉਹ ਗੱਲ ਉਹੀ ਆ ਵੀ ਹੁਣ ਮੈਂ ਉਹਨੂੰ ਸਰਕਾਰਾਂ ਦਾ ਕੋਈ ਦੋਸ਼ ਨੀਗਾ ਮੈਂ ਤੁਹਾਨੂੰ ਸਿੱਧੀ ਜੀ ਗੱਲ ਦਾ ਉਹ ਆਪਣਾ ਦੋਸ਼ ਆਪਣਾ ਹੀ ਅਸੀਂ ਮੰਨਦੇ ਨਹੀਂ ਆਪਾਂ ਕਹਿੰਦੇ ਸਰਕਾਰਾਂ ਦਾ ਦੋਸ਼ ਆ ਦੋਸ਼ ਆਪਣਾ ਹੀ ਆ ਕੋਈ ਮੁਕਮਾਗੇ ਸਰਕਾਰਾਂ ਇਹ ਚੋਰੀ ਕਰਦੇ ਯਾਰ ਪੁਲਿਸ ਵਾਲੇ ਦੇ ਹੱਥ ਅੱਧਾ ਦਾ ਬਾਹਰ ਨਹੀਂ ਨਾ ਦੇਣ ਵੀਰੇ ਨਸ਼ੇ ਧਰਮਵੀਰ ਗਾਂਧੀ ਨੂੰ ਤਾਂ ਆਪਾਂ ਜਿਤਾਉਂਦੇ ਨੀ ਕੌਣ ਆ ਦੋਸ਼ੀ ਆਪਾਂ ਹੀ ਆ ਤੇ ਆਪਾਂ ਕਹੀ ਜਾਂਦੇ ਸਰਕਾਰ ਮਾੜੀ ਮੈਂ ਵੀਰ ਤੈਨੂੰ ਨੀ ਕਹਿੰਦਾ ਮੈਂ ਸਾਨੂੰ ਕਹਿੰਦਾ ਸਾਰਿਆਂ ਨੂੰ ਵਿੱਚ ਕਹਿੰਦਾ ਬਈ ਦੋਸ਼ ਸਾਡਾ ਹੀ ਆ ਜੋ ਵੀ ਨਸ਼ਾ ਚੱਲਦਾ ਪੰਜਾਬ ਨਾਲ ਜ਼ਿਆਦਾ ਨਸ਼ਾ ਸਰੀ ਚ ਹੋਣਾ ਮੈਂ ਤੈਨੂੰ ਦੱਸ ਦਿੰਦਾ।